ਇਲਾਵਾ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਦੇ ਪੀਲੇ ਵਾਲਾ ਕਮੇਆਣਾ ਤੇ ਰੱਤੀ ਰੋੜੀ ਇਹ ਟੀਮਾਂ ਦੇ ਜਿਹੜੇ ਮੁਕਾਬਲੇ ਨੇ ਸੋ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਉਧਰਲੇ ਪਾਸੇ ਪੰਜਾਬ ਪੁਲਿਸ ਦੇ ਸਾਰੇ ਮੁਲਾਜ਼ਮਾਂ ਦਾ ਵੱਡਾ ਧੰਨਵਾਦ ਕਰਦੇ ਹਾਂ ਸੋ ਜਿਨ੍ਹਾਂ ਨੇ ਭਾਈ ਸ਼ਾਮ ਤੱਕ ਜਿਵੇਂ ਕਹਿੰਦੇ ਨੇ ਵੀ ਡਿਊਟੀਆਂ ਨਿਭਾਉਣੀਆਂ ਨੇ ਔਰ ਆਪਣੀਆਂ ਜ਼ਿੰਮੇਵਾਰੀਆਂ ਅਦਾ ਕਰਨੀਆਂ ਨੇ ਕਿਉਂਕਿ ਜੇ ਪੰਜਾਬ ਪੁਲਿਸ ਨਾ ਹੋਵੇ ਤਾਂ ਕਹਿੰਦੇ ਨੇ ਸਵਾਦ ਨਹੀਂ ਆਉਂਦਾ ਇੱਕ ਤਰ੍ਹਾਂ ਦੀ ਦੁੱਧ ਨੂੰ ਜਾਗ ਤਾਂ ਇਹਨਾਂ ਨੇ ਲਾਉਣੀ ਹੈ ਜਿਹੜੇ ਵੀ ਕਿਸੇ ਨੇ ਕਿੰਤੂ ਪ੍ਰੰਤੂ ਕੀਤਾ ਤਾਂ ਸਮਝ ਲਓ ਬੱਲੇ ਬੱਲੇ ਕਰਾ ਦੇਣਗੇ ਬਾਈ ਜੀ ਹੋਰੀ ਖੜੇ ਨੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਮੈਚ ਚੱਲਦੇ ਹੁਣ ਮੈਚ ਗਰਮ ਨਾ ਹੋਣ ਮੈਚ ਗਰਮ ਹੋਣ ਤੇ ਗਰਮੀ ਦੇ ਵਿੱਚ ਦਰਸ਼ਕ ਕਹਿੰਦੇ ਨੇ ਆਪਣਾ ਆਪ ਖੋ ਪੈਂਦੇ ਨੇ ਪਰ ਉਹਨਾਂ ਨੂੰ ਲੋਟ ਕਰਨ ਦੇ ਲਈ ਪੰਜਾਬ ਪੁਲਿਸ ਪੁੱਜੀ ਹੋਈ ਹੈ ਇਹਨਾਂ ਵੀਰਾਂ ਦਾ ਵੀ ਵੱਡਾ ਧੰਨਵਾਦ ਹੈ ਜਿਹੜੇ ਕਿ ਇੱਥੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਪੁੱਜੇ ਨੇ ਸਤਿਕਾਰ ਸਹਿਤ ਮੁਲਾਜ਼ਮਾਂ ਦਾ ਵੱਡਾ ਧੰਨਵਾਦ ਕਬੱਡੀ ਇੱਕ ਪਿੰਡ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਸਾਡੇ ਕੋਲੇ ਪੁੱਜੀਆਂ ਨੇ ਉਹ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾਓ ਪਹਿਲਾ ਮੈਚ ਮੈਂ ਮੋਣਾ ਤੇ ਗਿੱਦੜ ਦਾ ਟੀਮ ਗਰਾਊਂਡ 'ਚ ਆਵੇ ਬਾਬਾ ਫਰੀਦ ਫਰੀਦਕੋਟ ਤੇ ਬੀਲੇ ਵਾਲੇ ਦਾ ਦੂਸਰਾ ਮੈਚ ਕਮੇਆਣਾ ਤੇ ਰੱਤੀ ਰੋੜੀ ਤਿੰਨ ਮੈਚਾਂ ਦੀਆਂ ਲਿਸਟਾਂ ਬਾਏ ਛੇ ਟੀਮਾਂ ਦਾ ਲੇਖਾ ਜੋਖਾ ਮੇਰੇ ਕੋਲੇ ਪੁੱਜਿਆ ਤਿੰਨ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ ਮੈਂ ਮੋਣਾ ਤੇ ਗਿੱਦੜ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਤੇ ਬੀਲੇ ਵਾਲਾ ਕਮੇਆਣਾ ਤੇ ਰੱਤੀ ਰੋੜੀ ਸੋ ਠੀਕ 32 ਨਹੀਂ ਕਹਿੰਦੇ ਨੇ 22 ਟੀਮਾਂ ਅਸੀਂ ਐਂਟਰ ਕਰਾਂਗੇ 22 ਟੀਮਾਂ ਤੋਂ ਇਲਾਵਾ ਹੋਰ ਕੋਈ ਵੀ ਟੀਮ ਅਸੀਂ ਐਂਟਰ ਨਹੀਂ ਕਰਾਂਗੇ ਤੇ ਕਲੱਬ ਦਾ ਜਿਹੜਾ ਫੈਸਲਾ ਲਿਆ ਗਿਆ ਕਿ 22 ਟੀਮਾਂ ਹੀ ਐਂਟਰ ਕਰਾਂਗੇ ਉਸ ਤੋਂ ਇਲਾਵਾ ਕੋਈ ਵੀ ਟੀਮ ਐਂਟਰ ਨਹੀਂ ਕਰਾਂਗੇ ਸੋ ਹਾਂਜੀ ਇਧਰਲੇ ਪਾਸੇ ਸਾਡੇ ਪ੍ਰਬੰਧਕ ਕਹਿਣ ਲੱਗੇ ਨੇ ਕਿ ਟੀਮ ਕੱਟਣ ਜਾ ਰਹੇ ਹੈ ਜਿਹੜੀ ਟੀਮ ਰੈਫਰੀ ਦੇ ਫੈਸਲੇ ਨੂੰ ਚੈਲੰਜ ਕਰਦੀ ਹੈ ਹਾਂ ਪ੍ਰਬੰਧਕਾਂ ਦੇ ਵੱਲੋਂ ਸਾਨੂੰ ਬੇਨਤੀ ਕੀਤੀ ਗਈ ਹੈ ਰੈਫਰੀ ਦੇ ਫੈਸਲੇ ਨੂੰ ਜਿਹੜੀ ਟੀਮ ਚੈਲੰਜ ਕਰਦੀ ਹੈ ਉਹਨੂੰ ਟੀਮ ਕੱਟਾਂਗੇ ਮੈਂ ਨਹੀਂ ਬੋਲਦਾ ਜੀ ਮੇਰੇ ਚੋਂ ਕਮੇਟੀ ਬੋਲਦੀ ਹੈ ਪ੍ਰਬੰਧਕਾਂ ਦੇ ਵੱਲੋਂ ਹੁਕਮ ਹੈ ਵੀ ਜਿਹੜੀ ਟੀਮ ਰੈਫਰੀ ਦੇ ਫੈਸਲੇ ਨੂੰ ਕਿੰਤੂ ਪ੍ਰੰਤੂ ਕਰਦੀ ਉਹ ਕੱਟਾਂਗੇ ਜਿਹੜਾ ਫੈਸਲਾ ਰੈਫਰੀ ਨੇ ਦੇ ਦਿੱਤਾ ਉਹ ਰੈਫਰੀ ਦਾ ਫੈਸਲਾ ਟੱਲ ਹੈ ਸੋ ਰੈਫਰੀ ਦਾ ਜਿਹੜਾ ਫੈਸਲਾ ਟੱਲ ਹੋਵੇਗਾ ਜਿਹੜੀ ਪਾਸੇ ਪਹਿਲਾ ਪੁਆਇੰਟ ਗਿਆ ਕਲੱਬ ਵਾਲੇ ਕਹਿੰਦੇ ਨੇ ਉਧਰਲੇ ਪਾਸੇ ਜਾਵੇਗਾ ਸਰਵਿੰਦਰ ਹਰਵਿੰਦਰ ਕੁਮਾਰ ਜੀ ਸ਼ਰਮਾ ਮੈਂਬਰ ਆਫ ਪੰਚਾਇਤ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਭੇਜ ਗਏ ਨੇ ਹਰਵਿੰਦਰ ਕੁਮਾਰ ਸ਼ਰਮਾ ਜੀ ਮੈਂਬਰ ਪੰਚਾਇਤ ਬਹੁਤ ਸਾਰਾ ਮਾਣ ਸਨਮਾਨ ਮੇਰੇ ਲਈ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਭੇਜ ਗਏ ਨੇ ਵੱਡਾ ਧੰਨਵਾਦ ਹੈ ਵੀਰ ਦਾ ਨਾਲ ਦੀ ਨਾਲ ਜਿਹੜਾ ਫੈਸਲਾ ਕਮੇਟੀ ਦੇ ਲਾਏ ਹੋਏ ਸੱਦੇ ਹੋਏ ਰੈਫਰੀਆਂ ਨੇ ਦੇ ਦਿੱਤਾ ਉਹ ਅੰਤਮ ਹੈ ਕਿਉਂਕਿ ਕਿਸੇ ਖੇਡ ਤੋਂ ਅਣਜਾਣ ਤਾਂ ਹੈ ਨਹੀਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਨੇ ਫਿਰ ਜਾ ਕੇ ਕਿਤੇ ਆਪਣੇ ਅਫੀਸ਼ੀਅਲ ਭੂਮਿਕਾ ਦਾ ਕਰ ਰਹੇ ਨੇ ਇਹਨਾਂ ਨੇ ਜਿਹੜਾ ਫੈਸਲਾ ਦੇ ਦਿੱਤਾ ਉਹਨਾਂ ਨੂੰ ਕੋਈ ਚੈਲੰਜ ਨਾ ਕਰੇ ਵੱਡੇ ਵੀਰ ਧੰਨਵਾਦ ਉਧਰਲੇ ਪਾਸੇ ਖਾਲਸਾ ਜੀ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਮੈਂ ਕਰੂੰ ਨਿਵਾਸ ਖਾਲਸੇ ਨੇ ਜਾਨਦਾਰ ਢੰਗ ਦੇ ਨਾਲ ਸ਼ਾਨਦਾਰ ਜੱਫਾ ਲਾ ਕੇ ਅੱਜ ਲੀਹਾਂ ਤੇ ਲੈ ਆਂਦੀ ਗੱਡੀ ਜਲਾਲਾਬਾਦ ਦੀ ਦਰਸ਼ਕਾਂ ਨੇ ਕਹਿੰਦੇ ਨੇ ਜੱਫੇ ਤੋਂ ਖੁਸ਼ ਹੋ ਕੇ ਤਾੜੀਆਂ ਮਾਰੀਆਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਹਿੰਦੇ ਨੇ ਪ੍ਰੇਮ ਕਰਦੇ ਨੇ ਕੌਡੀ ਨੂੰ ਕੌਡੀ ਦੇ ਆਸ਼ਕ ਨੇ ਔਰ ਸਾਰੇ ਆਸ਼ਕਾਂ ਦਾ ਕੌਡੀ ਦਿਆਂ ਦਾ ਧੰਨਵਾਦ ਕਰਦਾ ਜਸਵਿੰਦਰ ਆਸਾ ਬੁੱਟਰ ਆਪਣੇ ਇਸ ਮਾਈਕ ਦੇ ਜ਼ਰੀਏ ਔਰ ਉਧਰਲੇ ਪਾਸੇ ਕੌਡੀ ਦੀ ਗੱਲ ਕੌਡੀ ਦੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਮੁਕਾਬਲੇ ਜਿਹੜੇ ਤਕੜੇ ਨੇ ਕਿ ਖੇਡ ਤੇਰੀ ਦੀ ਹੁੰਦੀ ਚਰਚਾ ਹੁੰਦੀ ਬੰਨੇ ਬੰਨੇ ਨੰਗੇ ਪਿੰਡੇ ਚੜੀ ਜਵਾਨੀ ਦੁਨੀਆਂ ਸਾਰੀ ਮੰਨੇ ਅੰਕ ਧਾਵੀ ਦਾ ਰਮਨ ਮੇਰੇ ਵੀਰੋ ਜਲਾਲਾਬਾਦ ਦੀ ਟੀਮ ਕਹਿੰਦੇ ਨੇ ਅੰਕ ਆਪਣੇ ਵੱਲ ਲਿਜਾਂਦੀ ਹੋਈ ਬਾਬਾ ਜੀ ਕਹਿੰਦੇ ਨੇ ਕੁਝ ਦਰਜੇ ਤਾੜੀਆਂ ਮਾਰਦੇ ਨੇ ਨਾਲੇ ਉਂਗਲਾਂ ਖੜੀਆਂ ਕਰ ਕਰਕੇ ਐਲਾਨ ਕਰਦੇ ਨੇ ਬਿਆਨ ਕਰਦੇ ਨੇ ਨਾ ਉਹਨਾਂ ਤੇਰਾ ਹੀ ਆ ਸਾਰਾ ਕੁਝ ਭਾਈ ਵਾਹ ਦੋਨੋਂ ਟੀਮਾਂ ਜਿਹੜੀਆਂ ਬਰਾਬਰ ਦੀਆਂ ਹੱਕਦਾਰ ਨੇ ਔਰ ਬਰਾਬਰ ਦੀਆਂ ਤਾੜੀਆਂ ਮਾਰ ਦਿਓ ਉਧਰਲੇ ਪਾਸੇ ਖਿਡਾਰੀ ਨੂੰ ਤਾੜੀ ਜਥੇਦਾਰ ਨੂੰ ਦਾੜੀ ਤੇ ਬੰਗਾਲਣ ਨੂੰ ਸਾੜੀ
ਕਿਉਂ ਵਾਂਗੂ ਲੱਗਦੀ ਹੈ। ਸੋ ਸਾਰੇ ਦਰਸ਼ਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਤਾੜੀ ਮਾਰੀ। ਅੰਕ ਜਿਹੜਾ ਕੀਦਾ ਸਰਾਵਾਂ ਦਾ ਮੈਚ ਦੇ ਵਿੱਚੋਂ ਜਸਪਾਲ ਜੀ ਕਿਹੜੀ ਟੀਮ ਜੇਤੂ? ਸਰਾਵਾਂ ਦੀ ਟੀਮ ਜੇਤੂ ਹੈ, ਸਰਾਵਾਂ ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ। ਗਿੱਦੜ, ਹਾਂਜੀ ਗਿੱਦੜ ਨਹੀਂ ਪਹੁੰਚਿਆ, ਮੈਂ ਮੁਹਾਣਾ ਨਹੀਂ ਪੁੱਜਿਆ, ਬਾਬਾ ਫਰੀਦ ਕਬੱਡੀ ਕਲੱਬ ਨਹੀਂ ਪਹੁੰਚਿਆ। ਉਧਰਲੇ ਪਾਸੇ ਜਸਪਾਲ ਜੀ ਕਹਿੰਦੇ ਨੇ ਵੀ 15.5 ਜਿਹੜੇ ਪੁਆਇੰਟ ਨੇ ਸ਼ਰਾਮਾਂ ਦੇ ਤੇ 12 ਜਿਹੜੇ ਪੁਆਇੰਟ ਨੇ ਜਲਾਲਾਬਾਦ ਦੇ। ਇਸ ਮੈਚ ਦੇ ਵਿੱਚੋਂ ਸ਼ਰਾਮਾਂ ਦੀ ਟੀਮ ਜਿਹੜੀ ਜੇਤੂ ਹੈ, ਸ਼ਰਾਮਾਂ ਦੀ ਟੀਮ। ਸੋ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਉਹਨਾਂ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਇਸ ਟੂਰਨਾਮੈਂਟ ਦੇ ਲਈ ਵੱਡੇ ਸਹਿਯੋਗ ਅਦਾ ਕੀਤੇ ਨੇ। ਉਹਨਾਂ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਾਂਗਾ। ਰਮਨ, ਜਸਕਰਨ ਬਰਾੜ ਮਨੀਲਾ ਦੇ ਵਿੱਚ ਨੇ, ਚਰਨਪ੍ਰੀਤ ਤੇ ਗੁਰਪ੍ਰੀਤ ਬਰਾੜ ਕੈਨੇਡਾ ਦੇ ਵਿੱਚ ਨੇ, ਕੈਲਗਰੀ ਦੇ ਵਿੱਚ। ਸੋ ਪੀਪਲਸ ਐਕਸਪ੍ਰੈਸ ਆਫ ਕੈਲਗਰੀ, ਸੋ ਨਾਲ ਧੰਨਵਾਦ ਹੈ ਸਾਡੇ ਵੀਰ ਅਮਨ ਸੰਧੂ ਜੀ, ਗੋਪੀ ਗਿੱਲ ਮਨੀਲਾ, ਰਣਜੀਤ ਬਰਾੜ ਆਸਟ੍ਰੇਲੀਆ, ਦਿਲਬਾਗ ਸਿੰਘ ਕੈਨੇਡਾ, ਦਿਲਬਾਗ ਸ਼ਰਮਾ ਜੀ, ਅੰਮ੍ਰਿਤਲਾਲ ਸ਼ਰਮਾ ਜੀ ਸਾਬਕਾ ਸਰਪੰਚ ਦੇ ਬੇਟੇ ਨੇ। ਸੋ ਉਧਰਲੇ ਪਾਸੇ ਰਣਜੀਤ ਜੀਤੀ ਕੈਨੇਡਾ, ਅਮਨ ਸੰਧੂ ਕੈਨੇਡਾ, ਇੰਦਰਜੀਤ ਮਨੀਲਾ ਦਿਲਬਾਗ ਸਿੰਘ ਕੈਨੇਡਾ, ਫਰਦੀਪ ਸਿੰਘ ਕੈਨੇਡਾ ਦਿਲਬਾਗ ਸਿੰਘ ਮਨੀਲਾ, ਰਮਾ ਕੈਨੇਡਾ, ਖੁਸ਼ ਬਰਾੜ ਆਸਟ੍ਰੇਲੀਆ ਧੂੜਕੋਟ ਵਾਲੇ ਨੇ, ਮਨੀ ਆਸਟ੍ਰੇਲੀਆ, ਜਿੱਥੇ ਚਰਨਪ੍ਰੀਤ ਕੈਨੇਡਾ ਪੀਪਲ ਐਕਸਪ੍ਰੈਸ ਕੈਲਗਰੀ ਦੇ ਵੱਲੋਂ ਕਬੱਡੀ ਓਪਨ ਦਾ ਪਹਿਲਾ ਪ੍ਰਾਈਜ ਅਗਲੇ ਸਾਲ ਦੇ ਲਈ 1,11,000 ਦਾ ਹੁਣੇ ਐਲਾਨ ਕਰ ਦਿੱਤਾ, ਉਹਨਾਂ ਦਾ ਵੱਡਾ ਧੰਨਵਾਦ ਹੈ। ਉੱਥੇ 71,000 ਰੁਪਇਆ ਦੂਸਰਾ ਪ੍ਰਾਈਜ ਜਿੱਥੇ ਖੁਸ਼ ਬਰਾੜ ਆਸਟ੍ਰੇਲੀਆ ਤੇ ਮਨੀ ਸਰਪੰਚ ਆਸਟ੍ਰੇਲੀਆ ਦੇ ਵੱਲੋਂ ਦਿੱਤਾ ਜਾਵੇਗਾ। ਇਹ ਹੁਣੇ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਅਗਲੇ ਸਾਲ 5ਵੇਂ ਕਬੱਡੀ ਕੱਪ ਦਾ ਇਨਾਮ। ਅਗਲੇ ਸਾਲ ਜਸਕਰਨ ਸਿੰਘ ਬਰਾੜ ਮਨੀਲਾ ਤੇ ਰਮਨ ਬਰਾੜ ਮਨੀਲਾ 1,10,000 ਦੇ ਦੋ ਜਿਹੜੇ ਮੋਟਰਸਾਈਕਲ ਇਹਨਾਂ ਦੇ ਵੱਲੋਂ ਬੈਸਟ ਰੇਟਰ ਤੇ ਜਾਫੀ ਨੂੰ ਦਿੱਤੇ ਜਾਣਗੇ, ਵੱਧ ਵੀ ਸਕਦੇ ਹੈ। ਸੋ ਇਹਨਾਂ ਦਾ ਵੀ ਧੰਨਵਾਦ ਹੈ। ਔਰ ਉਸ ਤੋਂ ਬਾਅਦ ਅਗਲੇ ਸਾਲ ਦੇ ਪੀਪਲ ਐਕਸਪ੍ਰੈਸ ਆਫ ਕੈਲਗਰੀ ਦੇ ਸਾਡੇ ਵੱਡੇ ਵੀਰ ਨੇ ਚਰਨਪ੍ਰੀਤ ਜੀ, ਗੁਰਪ੍ਰੀਤ ਜੀ ਬਰਾੜ ਕਬੱਡੀ ਤੋਂ ਇਲਾਵਾ ਕਹਿੰਦੇ ਨੇ ਕੁੜੀਆਂ ਦਾ ਵਾਲੀਬਾਲ ਦਾ ਜੋ ਮੈਚ ਹੋਵੇਗਾ 25,000 ਤੇ 15,000। ਸੋ ਕੁੱਲ ਮਿਲਾ ਕੇ 40,000 ਰੁਪਈਏ ਦਾ ਪ੍ਰਾਈਜ ਇਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਵੱਲੋਂ ਦਿੱਤੇ ਜਾਣਗੇ। ਔਰ ਅਗਲੇ ਸਾਲ 51,000 ਰੁਪਏ ਦਿਲਬਾਗ ਸਿੰਘ ਕੈਨੇਡਾ, ਪ੍ਰਦੀਪ ਕੈਨੇਡਾ ਦੇ ਵੱਲੋਂ ਦਿੱਤੇ ਜਾਣਗੇ। ਰਮਨ ਬਰਾੜ ਤੇ ਜਸਕਰਨ ਬਰਾੜ ਦੇ ਵੱਲੋਂ ਮਨੀਲਾ ਦੇ ਟੂਰਨਾਮੈਂਟ ਦੇ ਦਾਸ ਦੇ ਲਈ ਖੁੱਲੇ ਸੱਦੇ ਆ ਗਏ ਨੇ। ਸੋ ਧੰਨਵਾਦ ਹੈ। ਔਰ ਪੰਜਾਬੀ ਮਾਂ ਖੇਡ ਕਬੱਡੀ ਦੇ ਸਾਰੇ ਵੀਰਾਂ ਦਾ ਮੈਂ ਹਾਰਦਿਕ ਧੰਨਵਾਦ ਕਰਦਾ, ਨਾਲ ਧੰਨਵਾਦ ਕਰਦਾ ਆਜ਼ਾਦ ਸਪੋਰਟਸ ਕਲੱਬ ਦੇ ਸਾਰੇ ਨੁਮਾਇੰਦਿਆਂ ਦਾ ਜਿਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ। ਧਰਮਿੰਦਰ ਸਿੰਘ ਬਰਾੜ ਆਜ਼ਾਦ ਸਪੋਰਟਸ ਕਲੱਬ ਦੇ ਪ੍ਰੈਜੀਡੈਂਟ ਨੇ, ਬੇਅੰਤ ਸਿੰਘ ਬਰਾੜ ਮੈਂਬਰ ਆਫ ਪੰਚਾਇਤ, ਅਮਰੀਕ ਸਿੰਘ ਬਰਾੜ ਖਜਾਨਚੀ ਹੈ, ਅਰਸ਼ਵੀਰ ਬਰਾੜ, ਸੁਰਜੀਤ ਸਿੰਘ ਜੀ ਲੋਕੜੀ ਅੰਕਲ ਜੀ, ਕੁਲਵੰਤ ਸਿੰਘ ਬਰਾੜ, ਪਾਲ ਸਿੰਘ ਸੰਧੂ, ਜੱਗਾ ਬਰਾੜ ਜੀ, ਜਸਵਿੰਦਰ ਬਰਾੜ, ਗੁਰਮੀਤ ਖਾਲਸਾ, ਬਘੇਲ ਖਾਲਸਾ ਜੀ, ਹਰਵਿੰਦਰ ਕੁਮਾਰ ਜੀ ਮੈਂਬਰ ਆਫ ਪੰਚਾਇਤ, ਪਰਮਜੀਤ ਮਾਨ ਮੈਂਬਰ ਆਫ ਪੰਚਾਇਤ ਚਮਕੌਰ ਸਿੰਘ ਬਰਾੜ ਤੇ ਡਾਕਟਰ ਸੁੱਖਾ ਜੀ, ਰਾਮ ਸਿੰਘ ਬਰਾੜ, ਚਮਕੌਰ ਸਿੰਘ ਸੰਧੂ, ਖੁਸ਼ਕਿਰਤ ਬਰਾੜ, ਗੁਰਪ੍ਰੀਤ ਬਰਾੜ ਗੋਲਾ ਜੀ, ਹਰਵਿੰਦਰ ਬਰਾੜ ਗਿੰਦਾ ਬਰਾੜ, ਮਨਪ੍ਰੀਤ ਬਰਾੜ, ਗੁਰਵਿੰਦਰ ਬਰਾੜ ਗਿੰਦਾ, ਗੁਰਜੀਤ ਸਿੰਘ ਬਰਾੜ ਪਾਪਾ, ਦਲਵਾਰਾ ਬਰਾੜ, ਯਾਦਵਿੰਦਰ ਬਰਾੜ, ਦਲਵੀਰ ਬਰਾੜ, ਕੁਲਵੀਰ ਫੌਜੀ, ਅਮਨ ਸ਼ਰਮਾ ਪ੍ਰਧਾਨ ਦਸ਼ਮੇਸ਼ ਸਪੋਰਟਸ ਕਲੱਬ, ਅਮਨਦੀਪ ਸੰਧੂ ਅਮਨਾ, ਦਿਲਪ੍ਰੀਤ ਬਰਾੜ ਟਾਟਾ ਜੀ, ਸੁੱਖੀ ਬਾਟ, ਬਲਤੇਜ ਗੱਗ, ਸੋਨੂ ਬਾਟ ਲਵਲੀ ਸਟੂਡੀਓ ਤੇ ਸੁਖਮਨ ਬਰਾੜ, ਵੀਰਾਂ ਦਾ ਸਾਰਿਆਂ ਦਾ ਧੰਨਵਾਦ ਹੈ। ਉਧਰਲੇ ਪਾਸੇ ਸਾਡਾ ਵੱਡਾ ਵੀਰ ਗੁਰਮੇਲ ਸਿੰਘ ਮਚਾਕੀ ਮੱਲ ਸਿੰਘ ਵਾਲੀ, ਔਰ ਅੰਤਰਰਾਸ਼ਟਰੀ ਪਲੇਅਰ ਮੇਰੇ ਵੀਰੋ ਗੁਰਪਿਆਰ ਸਿੰਘ ਕਲੇਰ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ, ਉਹਨਾਂ ਦੇ ਸਾਰੇ ਮਿੱਤਰ ਮੰਡਲੀ ਦਾ ਇੱਥੇ ਪੁੱਜਣ ਤੇ ਧੰਨਵਾਦ ਕਰਦੇ ਹਾਂ, ਜੀਆਂ ਨੂੰ ਆਖਦੇ ਹਾਂ। ਸੋ ਨਾਲ ਆਜ਼ਾਦ ਸਪੋਰਟਸ ਕਲੱਬ ਦੇ ਵੱਲੋਂ ਵੱਡੇ ਵੀਰ ਅੰਮ੍ਰਿਤਪਾਲ ਸਿੰਘ ਜੀ, ਬੱਬੂ ਆਸਾ ਪੁੱਟਰ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ, ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ। ਸੇਵਕ ਸਿੰਘ ਜੀ ਸਰਪੰਚ ਹੋਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਸੋ ਸਾਡੇ ਨਾਇਬ ਸਿੰਘ ਜੀ, ਸੋ ਜਿੰਨੇ ਵੀ ਗੁਰਮੇਲ ਸਿੰਘ ਜੀ, ਜਿੰਨੇ ਵੀ ਸਤਿਕਾਰਯੋਗ ਚਿਹਰੇ ਬੈਠੇ ਨੇ, ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਸ਼੍ਰੀ ਮੇਘਰਾਜ ਸ਼ਰਮਾ ਜੀ ਪੱਤਰਕਾਰ ਨੇ ਅਜੀਤ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ, ਉਹਨਾਂ ਦਾ ਵੀ ਧੰਨਵਾਦ ਹੈ।
हेलो भी धूड़कोट आज पर्ची लगे साढ़े को आ गया यार धूड़कोट मैमो आने की टीम जी ग्राउंड च आ गई मैमो आने है जी जगह जी शमा जी मैमो आने की टीम जी ग्राउंड च है गिदड़ की टीम जी पुजे गिदड़ की टीम मैमो आना की टीम जी ग्राउंड च गिदड़ की टीम जी ग्राउंड पुज जाए मैमो आना ग्राउंड च गिदड़ की टीम ग्राउंड पुज जाए दीपू अमरगढ़ वह भी बोल बोलन के लिए मैदान के आ जाए सो ओपन वर्ग का पहला मैच गिदड़ से मैमो आना मेरा ख्याल है भी हाले तक जी गिदड़ की टीम नहीं पुजी मैमो आना पुज चुके हैं और उस तो इलावा जो बाबा फरीद कबड्डी क्लब फरीदकोट बीले आला कमे आना रत्ती रोड़ी ये टीम भी जड़िया मैदान च आ जाए लो जी वीर वालों कहा भी एक मैं पुलिस ना कि शेर कह लगे एक मिनट के पंजाब पुलिस वाले लोगों वास्ते की करते ने किड़े वीर कुलवंत उबे ने भी 14 साल पंजाब पुलिस की सर्विस सेवावान निभाइया ने अजकल ग्राउंडा के कबूतरबाजी मुकाबलों उत्ते पानी सेवावान मिलदिया ने कहते लोगो आखते महकमा बहुत माड़ा वो कोई जानता ना इसकी शान लोगो भुखण भाने इलाकों से खड़े रेंदे हूं तो लोगों सदा हैरान लोगो वेखो झुलिया झखड़ पंजाब अंदर कोई कर नहीं सकता सी बयान लोगो गर्मी सर्दी दे विच ने डटे रहंदे लोड़ पैण ते वार दे जान लोगो उबे वालिया लोड़ पैण ते वार दे जान लोगो हेलो हाँ जी बहुत धन्यवाद साढ़े सत्कारयोग दर्शक वीर माखिड़ कबड्डी के ग्राउंडा दे नाल जुड़े हुए ने हुण जिहड़ा मैच आपां देखणा ओपन भारत का पहला मैच एक पासे मैमो आना ते गिदड़ गिदड़ पिंड की टीम आ गई है या नहीं आई मैं दस दे नहीं तो असि फिर अगले मैच दिया दोहां टीमां नूं सदा दे रहे हैं बाबा फरीद कबड्डी क्लब वर्सज बीलेवाल ये जिहड़ियां दोहें टीमां ग्राउंड दे विच जल्दी पुजणगियां कम्मे आना ते रत्ती रोड़ी सारिया ओपन दीआं टीमां ध्यान दिओ वीरे मैं दो आवाजा ही मारांगा ओपन दीआं टीमां नूं तीसरी आवाज जिहड़ी स्क्रैच की होवेगी क्योंकि असि इस आवाजा मारी जाने हुंदे आ तुसीं पतंदरों मिस पूजा सुनी जाने हुंदे आ बैठे साडा ग्राउंड खाली हो जाता है बाद विच मेरे खिडारी भीर इतराज ना करन भी साडी टीम कटती है ये बेनती कबूल कर लियो मेरी ओपन दे जिन्ने खिडारी पहुंचे है चलते मैच दे विच वेटिंग रूम विच आ जाया करो हुण जिहड़ा मैच खेडिया जाणा है गिदड़ वर्सज मैमो आणा एक मिनट का टाइम है विरोधी टीम नूं जेकर नहीं आउंदी असीं दूसरी टीम नूं वाक ओवर देण लगे है नाल बाबा फरीद कबड्डी क्लब फरीदकोट वर्सज बीले आला गिदड़ वाले खिडारी जिथे आवाज सुनते ने ग्राउंड विच आ जाण गिदड़ की टीम के खिडारी खेड मैदान के विच पुजण जिथे आवाज नूं सुनते है एक मिनट तो पहला पहला गिदड़ पिंड की टीम ग्राउंड विच आवे बाबा फरीद क्लब फरीदकोट वर्सज बीले आला जेकर गिदड़ा वाले खिलाड़ी नेड़े खड़े है तो भाई हाथ खड़ा करके दस दो भी असि इत्थे खड़े है जेकर गिदड़ा वाले 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 हेलो हेलो गिदड़ा की टीम नो एक मिनट का टाइम है जी गिदड़ पिंड की टीम नो एक मिनट का टाइम है गिदड़ पिंड की टीम नो एक मिनट का टाइम एक मिनट का टाइम है जी गिदड़ पिंड की टीम नो असी वाक ओवर देन लगे हैं दूजी टीम नो हेलो ये है जी गब्बर साउंड सर्विस पंजाब की मन्नी परमन्नी साउंड स्टेज ते बैठी बहुत ही सत्कारयोग महान हस्तियां सरदार
पत्रकारों की दुनिया के विच मेघराज शर्मा जी अजीत तो विशेष तौर पर पहुंचे है। हैलो ਬੇ ਗਿੱਦੜਾ ਵਾਲੇ ਆਉਂਦੇ ਆ, ਇੱਕ ਮਿੰਟ ਆਉਂਦੇ ਨਾ ਪਲੇਅਰ ਸਾਡੇ ਕੋਲ ਆ ਕੇ ਗਿੱਦੜਾ ਵਾਲੇ ਆਉਂਦੇ ਆ। ਠੀਕ ਹੈ ਵੀਰੇ, ਆ ਬਈ ਕਹਿੰਦੇ ਗੀਤ ਗਾਉਣਾ, ਆਜੋ ਭੱਜ ਕੇ ਆਜੋ। ਹੈਲੋ ਬਈ ਅਗਲਾ ਮੈਚ ਕੰਮੇ ਵਾਲਾ ਰੱਤੀ ਰੋੜੀ ਦਾ, ਕੰਮੇ ਵਾਲਾ ਰੱਤੀ ਰੋੜੀ ਆ ਗੱਜਣ ਵਾਲੇ ਦਾ ਮੁਕੰਦਰ ਗਰਾਊਂਡ ਦਾ ਕਹਿੰਦਾ ਮੈਂ ਚੱਕਰ ਲਾਉਣਾ ਹੈ ਮੁਕੰਦਰ ਗੱਜਣ ਵਾਲੇ ਦਾ ਕਮੇਟੀ ਕੋਲੇ ਆ ਪਹਿਲਾਂ ताड़ियां मार दो जी। बाई ने गीत गाना है, आ भी बाई ए एक गीत जेड़ा साड़े वीर ने लिखिया तुहाडे रूबरू करेगा, लै भी वीरिया। हैलो श्री वाहेगुरु जी का खालसा, श्री वाहेगुरु जी की फतेह। बड़ा धन्यवाद है टूरनामेंट कमेटी का जिन्होंने मैनु ये सौंग गाउण दा मौका दिता कि जावा बलहारे जी ने काढ़ इहदी कढ़ी है। दुनिया दे विच अज शाही भी कबड्डी है, जरा नहीं ओ झूठ गल सच मित्रो, कबड्डी गई है हद्दां सब टप मित्रो। धन्नवाद करां मैं अज सरकारां दा, पाया जिन्ना मुल इन्हां सुपर स्टारां दा, जोश ते जवानी वाला चढ़िया सरूर है, केड़े विच केड़ी खूबी दसना जरूर है, केड़े विच केड़ी खूबी दसना जरूर है। सुपर स्टार जाफी नंगलंबियां संदीप भई, दुनिया दे विच ओहदी करदा ना रीस भई, हौली हौली सीखी अजे नवी तकनीक बई, जोश नाल जफा लाउंदा सैटल दा मीक बई। जग विच सानी ना कोई यारो गुरलाल दा, सिरे दा रेडर कहिंदे गगन जोगे वाल दा, खेडदे कबड्डी कट्ठे बड़ा प्यार भरावां दा, मालवे दी शान यारो सुखबीर सरावां दा, खड़दा है अड़के भी जादा सुरखपुर दा, चीते वाली चाल चले किंदा बिहारीपुर दा, रुकदा नहीं छेती सौंसपुरिया सुल्तान बई, दुल्ला कुलजीता दा पंजाबियां दी शान बई, लखे गाजी पुरी नूं रोकू कौन बई, कला ही जताउंदा रुड़की दा सोण बई, झाका दे के रेडर दी सत्तू खुच कढ़दा, फड लवे केरा गोपी माण की नहीं छड्डदा, मनजोत मासी वाड़ा तुरे चौड़ा कर सीना बई, आउंदा यारो नचदा डरोली वाला नीना बई, जीती कुंदर दा कहिंदे जफा हुंदा पक्का बई, वधिया जाफी यारो चीमियां दा लखा बई। दुनिया दे विच सिरे पिथों दी चढ़ाई आ, बल्ले बल्ले डगो सतनाम ने कराई आ, सादगी दे नाल खेडे गगी खीरा वाल बई, सिर मोर जाफी कहिंदे बिट्टू दगाल बई, फसदे ग्राउंडा विच सिंग मित्रो, मंगी बग्गा जाफियां दा किंग मित्रो, वक्खरी जी तौर गुलजारी तुरदा, जाफी ए स्टार पहला जलालपुर दा, गोपी फरंदी पुरीए नूं डौलियां ते माण बई, मंगे मिठे पुरीए च शेर जिन्नी जान बई, कई लाउण कैंची कई गुट पक्का कर दे, गुरजीत ऊत कोलों जाफी अज भी ने डर दे, गोगो रुड़की नूं कबड्डी जान तो प्यारी आ, जसे सिद्धवां दी यारो खेड न्यारी आ, फड़ लैंदा गुट भाजी जंड नहीं सी छड्डदा, अड़े होए महज संदीप लल्लियां सी कढ़दा, लुद्र संदीप नूं कोई छेती हथ पाउंदा नहीं, दड़बे दे खुशी वांग हरेक जफा लाउंदा नहीं, मल्लण दा बाजा यारो पूरा मशहूर बई, सिरे दा जाफी कहिंदे एक महठूर बई, ਝਨੇਰਾਂ ਦਾ ਪ੍ਰੇਮ ਗੁੱਟ ਫੜ ਕੈਂਚੀ ਲਾਉਂਦਾ ਸੀ, ਟੌਪ ਦੇ ਨੰਬਰ ਕੀਪਾ ਵਧਣੀ ਲਿਆਉਂਦਾ ਸੀ, ਸੁੱਖੇ ਪੰਡਾਲ ਦੀ ਕਬੱਡੀ ਨਾਲ ਪ੍ਰੀਤ ਬਈ, ਸੁਪਰ ਸਟਾਰ ਜਾਫੀ ਸੈਦੋ ਬਲਜੀਤ ਬਈ, ਭੱਜਦਾ ਏ ਡੋਗਰ ਜਿਵੇਂ ਹਵਾ ਦਾ ਬੁੱਲਾ ਬਈ, ਸਿਰੇ ਦੇ ਪਲੇਅਰ ਚਿਸ਼ਤੀ ਲਾਲਾ ਹੋਵੇ ਦੁੱਲਾ ਬਈ, ਵੱਖਰਾ ਸਟਾਈਲ ਯਾਰੋ ਗੁਰਵਿੰਦਰ ਭਲਵਾਨ ਦਾ, ਪੱਪੂ ਚੂੜ ਚੱਕੀਏ ਨੂੰ ਸਾਰਾ ਜੱਗ ਜਾਣਦਾ, ਮੋਠੇ ਘਮਿਹਾਰੇ ਅੱਗੇ ਕੋਈ ਨਹੀਂ ਸੀ ਖੜਦਾ, ਟੌਪ ਦਾ ਜਾਫੀ ਯਾਰੋ ਬਗੀਚਾ ਇੰਦ ਖੜਦਾ, ਮਾੜੀ ਵਾਲੇ ਸਿਕੰਦਰ ਦੀ ਖੇਡ ਕਮਾਲ ਦੀ, ਦੁਨੀਆ ਦੀਵਾਨੀ ਕਹਿੰਦੇ ਬੱਬੂ ਜਲਾਲ ਦੀ, ਚੱਲਦਾ ਨੀ ਪਤਾ ਯਾਰੋ ਚੜ੍ਹਦੀ ਵੀ ਗੁੱਡੀ ਦਾ, ਵਧੀਆ ਜਾਫੀ ਕਹਿੰਦੇ ਚਿੰਮਾ ਢੁੱਡੀ ਦਾ, ਤਗੜੀ ਸੀ ਰੇਡ ਕਹਿੰਦੇ ਜਮੇਰ ਜਲਾਲ ਦੀ, ਵਧੀਆ ਸੀ ਖੇਡ ਯਾਰੋ ਜਗਦੀਪ ਟੀਮਾਂ ਵਾਲ ਦੀ, ਖੇਡਣ ਕਬੱਡੀ ਆਉਂਦਾ ਵੱਖਰਾ ਨਜ਼ਾਰਾ ਬਈ, ਟੌਪ ਦਾ ਇਹ ਜਾਫੀ ਯਾਰੋ ਸ਼ਕਤੀਮਾਨ ਖਾਰਾ ਬਈ, ਕਬੱਡੀ ਨਾਲ ਦੁਨੀਆ ਦੇ ਮਾਣ ਪੰਜਾਬ ਦਾ, ਸੱਚੀ ਗੱਲ ਆਖਦਾ ਏ ਸਿਮਰਾ ਵੀ ਢਾਵਦਾ, ਸੱਚੀ ਗੱਲ ਲਿਖਦਾ ਏ ਢਿੱਲੋਂ ਵੀ ਢਾਵਦਾ, ਰਹਿਣ ਸਾਰੇ ਹੱਸਦੇ ਵੀ ਆਸ ਕਰਦਾ, ਹੱਥ ਜੋੜੇ ਹੀ ਅਰਦਾਸ ਕਰਦਾ, ਹੱਥ ਜੋੜੇ ਹੀ ਅਰਦਾਸ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾੜੀ ਮਾਰ ਦੋ ਜੀ, ਬਹੁਤ ਧੰਨਵਾਦ ਸਾਡੇ ਭਰਾ ਦਾ। ਸੋ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਦਾ।
ਸਾਡੇ ਸਰਜੀਤ ਸਿੰਘ ਜੀ ਲੋਹਗੜ ਨਾਲ ਹੀ ਬਾਈ ਜਗਪਾਲ ਦੇ ਵੱਲੋਂ ਬਹੁਤ ਸਾਰਾ ਮਾਨ ਸਨਮਾਨ ਇਸ ਨੌਜਵਾਨ ਦੇ ਲਈ। ਉਧਰ ਜਸਕਰਨ ਮਨੀਲਾ ਤੇ ਨਾਲ ਰਮਨ ਮਨੀਲਾ ਸਾਡਾ ਬਹੁਤ ਹੀ ਪਿਆਰਾ ਵੀਰ ਜਸਕਰਨ ਮਨੀਲਾ ਤੇ ਰਮਨ ਮਨੀਲਾ ਆ ਜਿਹੜੇ ਵੀਰ ਨੇ ਕਬੱਡੀ ਦੇ ਟੱਪੇ ਬੋਲੇ ਸੀ ਉਹ ਆਪਣਾ ਮਾਨ ਸਨਮਾਨ ਲੈ ਜਾਵੇ ਜਿੱਥੇ ਵੀ ਆਵਾਜ਼ ਸੁਣਦਾ ਸਾਡਾ ਭਰਾ ਬਹੁਤ ਹੀ ਸਤਿਕਾਰਯੋਗ ਵੀਰ ਰਣ ਸਿੰਘ ਵਾਲੇ ਦੀ ਸੌਰੀ ਦਲ ਸਿੰਘ ਵਾਲੇ ਪਿੰਡ ਦੇ ਜਾਂ ਖੇਡਾਂ 7, 6, 7, 8 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਨੇ। ਕਬੱਡੀ ਓਪਨ ਦਾ ਪਹਿਲਾ ਪ੍ਰਾਈਜ 41,000 ਆ, ਦੂਜਾ 31, ਕਬੱਡੀ 75 ਕਿੱਲੋ 11 ਤੇ 9,000, ਕਬੱਡੀ 65 ਕਿੱਲੋ 6,000 ਤੇ 5,000, ਕਬੱਡੀ 55 ਕਿੱਲੋ 4 ਤੇ 3, 43 ਕਿੱਲੋ 3500 ਤੇ 2500 ਦੇ ਜਿਹੜੇ ਪ੍ਰਾਈਜ ਹੋਣਗੇ 6, 7, 8 ਦਸੰਬਰ ਪਿੰਡ ਦਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ। ਇਹ ਆ ਜੀ ਰਮਨ ਮਨੀਲਾ ਤੇ ਸਾਡਾ ਵੀਰ ਜਸਕਰਨ ਮਨੀਲਾ। ਬਾਈ ਜੀ ਗਿੱਦੜ ਪਿੰਡ ਦੀ ਟੀਮ ਨੂੰ 1 ਮਿੰਟ ਦਾ ਟਾਈਮ ਹੈ, ਬਾਈ ਗਿੱਦੜ ਪਿੰਡ ਦੀ ਟੀਮ ਨੂੰ 1 ਮਿੰਟ ਦਾ ਟਾਈਮ ਹੈ। ਅਸੀਂ ਬਹੁਤ ਇੰਤਜ਼ਾਰ ਕੀਤਾ ਲੇਕਿਨ ਉਹ ਟੀਮ ਨਹੀਂ ਆਈ, ਇਸ ਕਰਕੇ ਸਾਡੀ ਮਜਬੂਰੀ ਹੈ ਭਰਾ ਬਣ ਕੇ ਉਹਨਾਂ ਨੂੰ ਬੇਨਤੀ ਕਰਦੇ ਆ ਵੀਰੇ ਜਲਦੀ ਦੇ ਨਾਲ ਜੇਕਰ ਨੇੜੇ ਤੇੜੇ ਹੈਗੇ ਤਾਂ ਦੱਸ ਦਿਓ ਤੇ ਨਹੀਂ ਅਸੀਂ ਟੀਮ ਕੱਢ ਦੇਣੀ ਆ। ਸਰਦਾਰ ਅੰਗਰੇਜ ਸਿੰਘ ਜੀ ਭਾਊ ਸਰਪੰਚ ਸਾਹਿਬ ਕੋਠੇ ਵੜਿੰਗ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ, ਅਸੀਂ ਇੱਥੇ ਆਉਣ ਦੇ ਵੱਡਾ ਧੰਨਵਾਦ ਕਰਦੇ ਹਾਂ ਇਆਸ ਸਪੋਰਟਸ ਕਬੱਡੀ ਕਲੱਬ ਦੇ ਵੱਲੋਂ, ਸਾਰੇ ਵੀਰਾਂ ਦੇ ਵੱਲੋਂ, ਇੱਥੋਂ ਦੀ ਨਗਰ ਪੰਚਾਇਤ ਦੇ ਵੱਲੋਂ, ਇੱਥੋਂ ਦੇ ਹਰ ਇੱਕ ਵੀਰ ਦੇ ਵੱਲੋਂ। ਬਾਈ ਜੀ ਤਰਵਿੰਦਰ ਟੀਮ ਆਈ ਹੈ ਜਾਂ ਨਹੀਂ ਆਈ, ਕੱਢ ਦਈਏ ਫਿਰ, ਕਿੱਥੇ ਆਉਂਦੇ ਆ ਉਹ ਗਿੱਦੜ ਪਿੰਡ ਵਾਲੇ, ਉਹ ਹੱਥ ਖੜਾ ਕਰ ਦੋ ਜੇਕਰ ਆਉਂਦੇ ਹੋ ਯਾਰ, ਇੰਨਾ ਇੰਨਾ ਟਾਈਮ ਹੈਲੋ ਹੈਲੋ ਕਿਹੜੀ ਟੀਮ ਨੀ ਆਈ ਯਾਰ? ਆ ਗਈ ਯਾਰ ਗਿੱਦੜ ਪਿੰਡ ਦੀ ਟੀਮ ਆ ਗਈ ਹੈ। ਇਹਦੂ ਬਾਅਦ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਤੇ ਬੀਲੇ ਵਾਲਾ, ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਤੇ ਬੀਲੇ ਵਾਲਾ, ਇਹ ਜਿਹੜੀਆਂ ਦੋਵੇਂ ਟੀਮਾਂ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ ਦੇ ਨੇੜੇ ਆ ਜਾਣ। ਕਮਿਆਣੇ ਦੀ ਟੀਮ ਆ ਗਈ ਹੈ, ਰੱਤੀ ਰੋੜੀ ਦੇ ਖਿਡਾਰੀ ਜਿੱਥੇ ਆਵਾਜ਼ ਸੁਣਦੇ ਆ ਗਰਾਊਂਡ ਵਿੱਚ ਪੁੱਜ ਜਾਣਗੇ। ਰੱਤੀ ਰੋੜੀ ਤੇ ਕਮਿਆਣਾ, ਹੈਲੋ ਰੱਤੀ ਰੋੜੀ ਦੇ ਕਮਿਆਣਾ ਮੈਚ ਦੇ ਦੋ ਅਗਲਾ ਯਾਰ, ਕਮਿਆਣੇ ਦੀ ਟੀਮ ਆ ਗਈ ਹੈ ਰੱਤੀ ਰੋੜੀ ਗਰਾਊਂਡ ਵਿੱਚ ਪੁੱਜਾਵੇ ਬਈ ਮਨੇ ਪ੍ਰਧਾਨ ਯਾਰ ਬੰਦਾ ਕਰ। ਰੱਤੀ ਰੋੜੀ ਤੇ ਕਮਿਆਣਾ ਅਗਲਾ ਮੈਚ ਹੈ ਜੀ, ਗਰਾਊਂਡ ਵਿੱਚ ਆ ਜਾਣ ਦੋਨੇ ਟੀਮਾਂ। ਗਿੱਦੜ ਪਿੰਡ ਦੀ ਟੀਮ ਗਰਾਊਂਡ ਦੇ ਵਿੱਚ ਆਉਂਦੀ ਹੈ ਤਾਂ ਹੱਥ ਖੜਾ ਕਰ ਦਿਓ, ਮਾਨ ਗਿੱਦੜਾਂ ਵਾਲਾ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਵਿੱਚ ਆ ਜਾਵੇ। ਹੈਲੋ ਉਹ ਬਾਈ ਆ ਜਾਓ ਯਾਰ, ਇਹ ਆ ਜੀ ਮੈਮੂ ਆਣਾ ਵਰਸਜ ਗਿੱਦੜ, ਕਮਿਆਣੇ ਦੀ ਟੀਮ ਆ ਗਈ ਰੱਤੀ ਰੋੜੀ ਗਰਾਊਂਡ ਵਿੱਚ ਆਵੇ। ਰੱਤੀ ਰੋੜੀ ਆ ਗਈ ਬਾਈ, ਸੋ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਜਿਹੜੀਆਂ ਵਿਸ਼ੇਸ਼ ਤੌਰ ਤੇ ਪੁੱਜ ਚੁੱਕੀਆਂ ਨੇ। ਹਿੰਮਤਪੁਰੇ ਦਾ ਗੱਗੂ ਸਾਡਾ ਵੀਰ ਸਤਨਾਮ ਸ਼ਰਨੇ ਹੋਣੀ, ਨਾਲ ਸਾਡੇ ਸੰਦੀਪ ਦੋਦੇ ਵਰਗੇ ਖਿਡਾਰੀ ਪੁੱਜੇ ਨੇ, ਆਪਾਂ ਜੀਆਂ ਨੂੰ ਆਖਦੇ ਹਾਂ, ਸਿਕੰਦਰ ਮਾੜੀ ਦਾ, ਰਸੂਲਪੁਰ ਦਾ ਸਾਡਾ ਵੀਰ ਕਾਲੂ ਆਪਣੀ ਟੀਮ ਨੂੰ ਲੈ ਕੇ ਪੁੱਜਿਆ, ਆਪਾਂ ਉਹਦਾ ਵੀ ਧੰਨਵਾਦ ਕਰਦੇ ਹਾਂ। ਜਿਹੜੇ ਵਿਸ਼ੇਸ਼ ਤੌਰ ਤੇ ਵੱਡੇ ਵੱਡੇ ਖਿਡਾਰੀ ਇੰਟਰਨੈਸ਼ਨਲ ਲੰਡੇ, ਬਾਈ ਬਲਕਾਰ ਸਿੰਘ ਭਾਊ ਸਾਡੀ ਜ਼ਿੰਦਗੀ ਦਾ ਬਹੁਤ ਹੀ ਪਿਆਰਾ ਵੀਰ ਹੈ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ।
ਹਰਿੰਦਰ ਸ਼ਰਮਾ ਜੀ ਤੇ ਨਾਲ ਪਰਮਜੀਤ ਮਾਨ ਜੀ ਪੰਚਾਇਤ ਮੈਂਬਰ ਨੇ ਜੋ ਬਹੁਤ ਸਾਰਾ ਮਾਨ ਸਨਮਾਨ ਇਹਨਾਂ ਵੱਲੋਂ ਵਿਸ਼ੇ ਤੌਰ ਤੇ ਪੁੱਜਿਆ ਧੰਨਵਾਦ ਆ ਸਾਡੇ ਭਰਾਵਾਂ ਦੇ ਕੁੰਡੀਆਂ ਦੇ ਸਿੰਘ ਫਸਣ ਤੋਂ ਵੱਡੀ ਗੱਲ ਹੋਣੀ ਹੈ ਅੱਜ ਦੇ ਇਸ ਚੌਥੇ ਕਬੱਡੀ ਕੱਪ ਦੇ ਵਿੱਚ ਬੇਨਤੀ ਕਰਾਂਗੇ ਗਿੱਦੜ ਪਿੰਡ ਦੀ ਟੀਮ ਵਿਸ਼ੇ ਤੌਰ ਤੇ ਜਲਦੀ ਦੇ ਨਾਲ ਗਰਾਊਂਡ ਵਿੱਚ ਬਾਕੀ ਦੀ ਜਿਹੜੀ ਟੀਮ ਰਹਿੰਦੀ ਆ ਉਹ ਆ ਜਾਵੇ ਇਹ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਹੈ ਕੰਮਿਆਣਾ ਤੇ ਰੱਤੀ ਰੋੜੀ ਇਹ ਦੋਵੇਂ ਟੀਮਾਂ ਦੇ ਖਿਡਾਰੀ ਇੱਥੇ ਆਵਾਜ਼ ਨੂੰ ਸੁਣਦੇ ਨੇ ਗਰਾਊਂਡ ਵਿੱਚ ਪੁੱਜਣਗੇ ਹੈਲੋ 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 ਬਿੱਦੜਾ ਵਾਲੇ ਹੱਥ ਖੜਾ ਕਰ ਦਿਓ ਜਿੰਦਰ ਕਬੱਡੀ ਓਪਨ ਦਾ ਜਿਹੜਾ ਪਹਿਲਾ ਮੈਚ ਸ਼ੁਰੂ ਹੋਣਾ ਹੈ ਗੀਤਾ ਕੋਟਕਪੁਰ ਦਾ ਰੈਫਰੀ ਹੋਵੇਗਾ ਅਸ਼ੋਕ ਜੈਤੋ ਦਾ ਇਸ ਮੈਚ ਦੇ ਜਿਹੜੇ ਅੰਪਾਇਰ ਹੋਣਗੇ ਸਾਡੇ ਯਾਦ ਸਪੋਰਟਸ ਕਬੱਡੀ ਕਲੱਬ ਦੇ ਵੱਲੋਂ ਇੱਕ ਬੇਨਤੀ ਹੈ ਵੀ ਜਿਹੜੀਆਂ ਪਹਿਲੇ ਰਾਊਂਡ ਦੇ ਵਿੱਚ ਟੀਮਾਂ ਹਾਰ ਜਾਣਗੀਆਂ ਉਹਨਾਂ ਨੂੰ ਕੋਈ ਵੀ ਜਿਹੜਾ ਕਿਰਾਇਆ ਨਹੀਂ ਦਿੱਤਾ ਜਾਣਾ ਨਾਲ ਹੀ ਜਿਹੜੀਆਂ ਫਾਈਨਲ ਦੀਆਂ ਟੀਮਾਂ ਫਸਟ ਸੈਕਿੰਡ ਆਉਣਗੀਆਂ ਉਹਨਾਂ ਨੂੰ ਵੀ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਜਿਹੜਾ ਨਹੀਂ ਦਿੱਤਾ ਜਾਣਾ ਉਧਰ ਕੋਠੇ ਸਾਡੇ ਸਤਿਕਾਰਯੋਗ ਬਡਿੰਗਾ ਵਾਲੇ ਅੰਗਰੇਜ਼ ਸਿੰਘ ਜੀ ਭਾਊ ਵਿਸ਼ੇ ਤੌਰ ਤੇ 100 ਰੁਪਇਆ ਭੇਜਦੇ ਨੇ ਜਿਹੜੀ ਟੀਮ ਪਹਿਲੇ ਮੈਚ ਦੀ ਜੇਤੂ ਟੀਮ ਹੋਵੇਗੀ ਓਪਨ ਭਾਰਤ ਦੀ ਧੰਨਵਾਦ ਕਰਦੇ ਹਾਂ ਅੰਗਰੇਜ਼ ਸਿੰਘ ਜੀ ਸਰਪੰਚ ਬਡਿੰਗ ਕੋਠੇ ਉਧਰ ਜਸਕਰਨ ਮਨੀਲਾ ਜੀ ਨਾਲ ਸਾਡਾ ਵੀਰ ਰਮਨ ਮਨੀਲਾ ਜਿਨ੍ਹਾਂ ਦੇ ਬਹੁਤ ਸਾਰੇ ਯੋਗਦਾਨ ਹੈ ਗੀਤੇ ਕੋਟਕਪੁਰ ਦੇ ਲਈ ਜੈਤੋ ਦੇ ਅਸ਼ੋਕ ਦੇ ਲਈ 100-100 ਰੁਪਏ ਦੇ ਮਾਨ ਸਨਮਾਨ ਭੇਜਦੇ ਨੇ ਆਪਾਂ ਧੰਨਵਾਦ ਕਰਦੇ ਹਾਂ ਇਹਨਾਂ ਦੋਵਾਂ ਵੀਰਾਂ ਦਾ ਹਰਵਿੰਦਰ ਸ਼ਰਮਾ ਜੀ ਕਲਵੰਤੂਬੇ ਦੇ ਲਈ ਬਹੁਤ ਸਾਰਾ ਮਾਨ ਭੇਜਦੇ ਨੇ ਆ ਜਾਓ ਯਾਰ ਗਿੱਦੜਾਂ ਵਾਲਿਓ ਇੰਨੇ ਟਾਈਮ ਨੂੰ 2 ਮੈਚ ਹੋ ਜਾਂਦੇ ਬਾਈ ਤੁਸੀਂ ਮਾਂ ਦੇ ਪੁੱਤੋਂ ਹੌਲੀ ਹੌਲੀ ਆਉਂਦੇ ਹੋ ਹੈਲੋ ਵੀ ਕਬੱਡੀ ਓਪਨ ਦੀ ਕੋਈ ਐਂਟਰ ਹੋਣਾ ਟੀਮ ਰਹਿੰਦੀ ਆ ਸਾਡੇ ਨਾਲ ਸੰਪਰਕ ਕਰ ਲੈ ਕਬੱਡੀ ਓਪਨ ਦੀ ਸਿਰਫ 10 ਮਿੰਟ ਹੀ ਐਂਟਰ ਕੀਤੀਆਂ ਜਾਣੀਆਂ ਬਾਅਦ ਚ ਐਂਟਰੀਆਂ ਬੰਦ ਆ ਕਬੱਡੀ ਓਪਨ ਦੀ ਭਾਈ ਰੂਪਾ ਜੀ ਬਈ ਭਾਈ ਰੂਪਾ ਟੀਮ ਐਂਟਰ ਕਰਿਓ ਲਿਖ ਲਿਓ ਆ ਰਹੇ ਆ ਨਾਲ ਚੱਕ ਰਾਮ ਸਿੰਘ ਵਾਲਾ ਲਓ ਇਸ ਵੇਲੇ ਮੈਦਾਨ ਦੇ ਵਿੱਚ 2 ਟੀਮਾਂ ਦਾ ਜਿਹੜਾ ਮੈਚ ਆਪਾਂ ਦੇਖਣਾ ਹੈ ਕਿ ਆ ਗਏ ਨੇ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਵੇਖੋ ਬਾਡੀਆਂ ਸ਼ਿੰਗਾਰੀਆਂ ਲੱਗਦਾ ਮੈਦਾਨ ਵਿੱਚ ਜ਼ੋਰ ਝੋਟੀ ਅੱਡੀ ਦਾ ਬੰਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਵੱਡੀ ਦਾ ਮਹਿਮੂਆਣੇ ਦੀ ਟੀਮ ਪਿੰਡ ਵਾਲੇ ਪਾਸੇ ਆ ਜੀ ਤਾੜੀ ਮਾਰ ਦਿਓ ਓਪਨ ਦੇ ਪਹਿਲੇ ਮੈਚ ਦੇ ਲਈ ਔਰ ਦੂਸਰੇ ਪਾਸੇ ਜਿਹੜੀ ਟੀਮ ਹੈ ਇਹ ਮੇਰੇ ਵੀਰੋ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈ ਮਸਾਣੇ ਦੀ ਬੁੱਕਲ ਵਿੱਚ ਵਸਿਆ ਪਿੰਡ ਹੈ ਗਿੱਦੜ ਪਿੰਡ ਦਾ ਨੌਜਵਾਨ ਨਹੀਂ ਇਹ ਫਲ ਆ ਸਕਿਆ 100 ਰੁਪਇਆ ਆਉਣਾ ਹੈ ਜਸਕਰਨ ਮਨੀਲਾ ਤੇ ਰਮਨ ਮਨੀਲਾ ਵੱਲੋਂ ਜਿਹੜੀ ਵੀ ਟੀਮ ਜਿੱਤੂਗੀ ਉਧਰੋਂ ਅੰਗਰੇਜ਼ ਸਿੰਘ ਜੀ ਭਾਊ ਉੱਥੇ ਬਡਿੰਗ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ ਜੇਤੂ ਟੀਮ ਦੇ ਲਈ ਪਹਿਲੇ ਮੈਚ ਦੇ ਵਿੱਚੋਂ ਵੱਡਾ ਮਾਣ ਦਿੱਤਾ ਜਾਣਾ ਹੈ ਲਓ ਇਸ ਵੇਲੇ ਨੌਜਵਾਨ ਗਿੱਦੜ ਪਿੰਡ ਦਾ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਯੱਗਾ ਵਾਧਾ ਹੋਇਆ ਆਹ ਮੁੰਡੇ ਨੇ ਗੇੜੇ ਲਾਏ ਆ ਤਾਂ ਵੀ ਮਾਣ ਸਨਮਾਨ ਕਰ ਦਿਓ ਲਓ ਇਸ ਵੇਲੇ ਗੱਭਰੂ ਦੀ ਪਾਈ ਹੋਈ ਕਬੱਡੀ ਪਰ ਸਾਹਮਣੇ ਵੇਖਦਾ ਵੀ ਕਿੰਦਰ ਨੇ ਮਹਿਮੂਆ ਨੇ ਪਿੰਡ ਦੇ ਰੋਮੀ ਦੀ ਕੋਸ਼ਿਸ਼ ਯਫਾ ਨਹੀਂ ਲੱਗਿਆ ਤੇ ਨੰਬਰ ਜਿਹੜਾ ਇਸ ਸਮੇਂ ਧਾਵੀ ਦਾ ਅੰਕ ਜਿਹੜਾ ਰੇਡਰ ਦਾ ਚੱਲ ਵੀ ਇੱਕ ਨੌਜਵਾਨਾ ਪਾ ਦੇ ਕਬੱਡੀ ਲਾ ਦਿਓ ਜੀ ਲਾ ਦਿਓ ਇਧਰ ਪੈ ਗਿਆ ਪਟਾਕਾ ਲਓ ਗਿੱਦੜਾਂ ਵਾਲਾ ਮਾਨ ਕੋਸ਼ਿਸ਼ ਕਰਦਾ ਹੋਇਆ ਜਫਾ ਲਾਉਣ ਦੀ ਪਰ ਪੁਆਇੰਟ ਜਿਹੜਾ ਧਾਵੀ ਦਾ ਕਿ ਖੇਡ ਖੇਡਾਂ ਵਿੱਚੋਂ ਵੱਡੀ
ਇਹ ਨਵਾਖ ਦੀ ਕਬੱਡੀ ਖੇਡੀ ਜਾਂਦੀ ਹੈ ਲਾ ਕੇ ਪੂਰਾ ਤਾਨ ਮਿੱਤਰੋ ਤੁਹਾਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਬਹੁਤ ਸੋਹਣਾ ਸਾਊਂਡ ਅੱਜ ਕਹਿੰਦੇ ਦੁਨੀਆ ਦੀਵਾਨੀ ਹੋ ਜਾਣੀ ਹੈ ਕਬੱਡੀ ਦੇ ਖਿਡਾਰੀਆਂ ਦੀ ਕਬੱਡੀ ਦੇ ਸੁਪਰ ਸਟਾਰਾਂ ਦੀ ਦੁਨੀਆ ਦੀਵਾਨੀ ਹੋਵੇਗੀ ਦੀਵਾਨੀ ਹੋਵੇ ਵੀ ਕਿਉਂ ਨਾ ਕਿਉਂਕਿ ਪੂਰੇ ਪੰਜਾਬ ਦੇ ਜਿਹੜੇ ਉੱਚ ਕੋਟੀ ਦੇ ਖਿਡਾਰੀ ਪੁੱਜੇ ਨੇ ਲਓ ਜਿੰਦਰ ਇਸ ਵੇਲੇ ਨੌਜਵਾਨ ਗੱਭਰੂ ਗਿੱਦੜ ਪਿੰਡ ਦਾ ਖੇਡ ਲੈ ਕੇ ਵਾਪਸ ਲਓ ਮੁੰਡਾ ਕੁਲਵਿੰਦਰ ਸਿੰਘ ਇਸ ਸਮੇਂ ਮੈਦਾਨ ਵਿੱਚ ਕਬੱਡੀ ਮਹਿਮੂਆਂ ਨੇ ਪਿੰਡ ਦੇ ਵੱਲੋਂ ਪਾਉਂਦਾ ਹੋਇਆ ਸਾਦਕ ਦੇ ਏਰੀਏ ਦਾ ਖਿਡਾਰੀ ਜ਼ਿਲ੍ਹੇ ਫਰੀਦਕੋਟ ਦਾ ਨੌਜਵਾਨ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਉਧਰ ਕਹਿੰਦੇ ਪੈ ਗਿਆ ਪਟਾਕਾ ਖੇਡ ਮੈਦਾਨ ਵਿੱਚ ਉੜਦੀ ਧੂੜ ਹੈ ਰੇਡਰ ਕਹਿੰਦਾ ਹੱਥ ਨਹੀਂ ਟਿਕਾਉਣਾ ਯਾਫੀ ਕਹਿੰਦਾ ਯਫਾ ਲਾਉਣਾ ਅੱਜ ਦੋਨਾਂ ਵਿੱਚ ਮੇਰੇ ਵੀਰੇ ਡਾਂਗ ਖੜ ਕੇ ਹੁਣ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਸਿਰ ਚੜ ਕੇ ਹੁਣ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਸਿਰ ਚੜ ਕੇ ਉਧਰ ਜਿਸ ਕਰਨ ਮਨੀਲਾ ਨਾਲ ਮੇਰਾ ਵੀਰ ਰਮਨ ਮਨੀਲਾ ਵਿਸ਼ੇਸ਼ ਤੌਰ ਤੇ ਕਹਿੰਦੇ ਵੱਡੇ ਮਾਣ ਭੇਜਦੇ ਨੇ ਕਬੱਡੀ ਦੇ ਖਿਡਾਰੀਆਂ ਦੇ ਲਈ ਜਿਹੜੀ ਟੀਮ ਜੇਤੂ ਹੋਵੇਗੀ ਪਹਿਲੇ ਮੈਚ ਦੀ ਵੱਡਾ ਮਾਣ ਦਿੱਤਾ ਜਾਣਾ ਲਓ ਰੋਮੀ ਮਹਿਮੂਆਂ ਨੇ ਪਿੰਡ ਦਾ ਯਫਾ ਨਹੀਂ ਲਾ ਪਾਇਆ ਇਹ ਜਿਹੜਾ ਪੁਆਇੰਟ ਮੇਰੇ ਵੀਰੇ ਇਸ ਨੇ ਧਾਵੀ ਦਾ ਅੰਗ ਜਿਹੜਾ ਰੇਡਰ ਦਾ ਚੱਲ ਵੀ ਜਵਾਨਾ ਪਾ ਕਬੱਡੀ ਕੰਮਿਆਣਾ ਵਰਸਿਜ ਰੱਤੀ ਰੋੜੀ ਦਾ ਓਪਨ ਦਾ ਦੂਜਾ ਮੈਚ ਹੈ ਜਲਦੀ ਦੇ ਨਾਲ ਖੇਡ ਮੈਦਾਨ ਵਿੱਚ ਪੁੱਜਾਓ ਲਓ ਇਸ ਵੇਲੇ ਕਬੱਡੀ ਕਬੱਡੀ ਹੋਊਗੀ ਮਿੱਤਰੋ ਸਾਨਾਂ ਦਾ ਭੇੜ ਹੈ ਕੁੰਡੀਆਂ ਦੇ ਸਿੰਘ ਫਸ ਗਏ ਇੱਕ ਜ਼ੋਰ ਦੀ ਗੱਲ ਹੈ ਨਹੀਂ ਰਿਸਾ ਮੈਦਾਨ ਵਿੱਚ ਤੂੜ ਉੜਦੀ ਹੈ ਕਬੱਡੀ 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 ਮਾਰ ਦੋ ਤਾੜੀ ਇਸ ਨੌਜਵਾਨ ਦੇ ਵਾਸਤੇ ਮਾਰ ਦੋ ਤਾੜੀ ਇਹਦਾ ਪਿੰਡ ਗਿੱਦੜ ਹੈ ਕਹਿੰਦੇ ਉਧਰ ਗੁਰਲਾਬ ਸਿੰਘ ਜੀ ਖੱਟੜਾ ਸਤਿਕਾਰ ਦੇ ਯੋਗ ਮਾਨ ਸਨਮਾਨ ਭੇਜਦੇ ਨੇ ਅਸੀਂ ਆਫੀ ਦੇ ਲਈ ਇਹ 100 ਰੁਪਇਆ ਜਿਸ ਕਰਨ ਮਨੀਲਾ ਰਮਨ ਮਨੀਲਾ ਜੀ ਮਨੀ ਸੇਖੋ ਤੇ ਸੁਖ ਬਰਾੜ ਆਸਟ੍ਰੇਲੀਆ ਖੁਸ਼ ਬਰਾੜ ਆਸਟ੍ਰੇਲੀਆ ਤੇ ਨਾਲ ਮਨੀ ਸਾਡਾ ਵੀਰ ਆਸਟ੍ਰੇਲੀਆ ਉਹਨਾਂ ਦੇ ਲਈ ਓਪਨ ਦੇ ਵਿੱਚੋਂ ਜਿਹੜੀ ਜੇਤੂ ਟੀਮ ਹੋਵੇਗੀ ਉਹਦੇ ਲਈ ਮਾਨ ਸਨਮਾਨ ਲਓ ਕੁਲਵਿੰਦਰ ਮਹਿਮੂਆਂ ਨੇ ਪਿੰਡ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਲਓ ਗੋਰਾ ਗਿੱਦੜ ਪਿੰਡ ਦਾ ਇਸ ਵੇਲੇ ਜਫਰ ਲਾਉਣ ਦੀ ਪੂਰੀ ਤਿਆਰੀ ਦੇ ਵਿੱਚ ਪਾ ਇਹ ਨੌਜਵਾਨਾਂ ਕਬੱਡੀ ਕਿ ਔਖੇ ਰੋਕਣੇ ਤੂਫਾਨ ਪਾਣੀ ਨੇਰੀਆਂ ਔਖੇ ਰੋਕਣੇ ਖਿਡਾਰੀ ਸਾਨਾ ਵਰਗੇ ਔਖੇ ਰੋਕਣੇ ਖਿਡਾਰੀ ਸਾਨਾ ਵਰਗੇ ਉਧਰ ਫੇਰ ਨੌਜਵਾਨ ਖੱਟੀ ਨਿਕਰ ਮੇਰੇ ਵੀਰੋ ਇਸ ਨੌਜਵਾਨ ਦੀ ਵੱਖਰਾ ਜਿਹਾ ਅੰਦਾਜ਼ ਹੈ ਕਲੈਰੀ ਮੋਰ ਵਾਂਗੂ ਪਾਈ ਹੋਈ ਪਹਿਲ ਇਧਰਲੇ ਪਾਸੇ ਜੱਗਾ ਸ਼ੂਸ਼ਕ ਵਾਲਾ ਲੈ ਵੀ ਸ਼ੂਸ਼ਕ ਵਾਲਿਆ ਲਾ ਲੇ ਯਫਾ ਨੌਜਵਾਨਾ ਆ ਕਹਿੰਦੇ ਸ਼ੂਸ਼ਕ ਵਾਲਾ ਜੱਗਾ ਲਾਉਂਦਾ ਹੋਇਆ ਤਕੜਾ ਯਫਾ ਮਹਿਮੂਆਂ ਨੇ ਪਿੰਡ ਦੇ ਲਈ ਇਸ ਨੇ ਜੱਗਾ ਸ਼ੂਸ਼ਕ ਦਾ ਬਹੁਤ ਸੋਹਣਾ ਯਫਾ ਲਾਉਂਦਾ ਖੇਡ ਮੈਦਾਨ ਵਿੱਚ ਚੱਲ ਵੀ ਕੁਲਵਿੰਦਰ ਸਿੰਘ ਪਾ ਦੀ ਕਬੱਡੀ ਅਗਲੀਆਂ ਟੀਮਾਂ ਰੱਤੀ ਰੋੜੀ ਤੇ ਕੰਮਿਆਣੇ ਦਾ ਬਹੁਤ ਸੋਹਣਾ ਮੈਚ ਹੈ ਦੋਵੇਂ ਟੀਮਾਂ ਦੇ ਖਿਡਾਰੀ ਜਿੱਥੇ ਆਵਾਜ਼ ਨੂੰ ਸੁਣਦੇ ਹੈ ਗਰਾਊਂਡ ਵਿੱਚ ਪੁੱਜਣਗੇ ਆਪਾਂ ਬੇਨਤੀ ਕਰਾਂਗੇ ਇਧਰ ਅਯਾਸ ਸਪੋਰਟਸ ਕਬੱਡੀ ਕਲੱਬ ਦੇ ਪ੍ਰਧਾਨ ਤਰਵਿੰਦਰ ਜੀ ਭਾਈ ਬਿਆਨ ਤੋਣੀ ਜਿੱਥੇ ਕਹਿੰਦੇ ਪਾਲ ਸੰਧੂ ਵਰਗੇ ਸਾਡੇ ਸਤਿਕਾਰਯੋਗ ਵੀਰ ਪਰਮਜੀਤ ਮਾਨ ਵਰਗੇ ਹਰਿੰਦਰ ਸ਼ਰਮੇ ਹੋਣੀ ਉਧਰ ਭਾਊ ਹੋਣੀ ਅਮਨ ਸਾਡਾ ਵੀਰ ਸ਼ਰਮਾ ਸਤਿਕਾਰਯੋਗ ਵੀਰ ਨੇ ਇਧਰਲੇ ਪਾਸੋਂ ਫਿਰ ਵੇਖਦੇ ਆ ਵੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗੱਭਰੂ ਵਾਧਾ ਹੋਇਆ ਮੈਦਾਨ ਦੇ ਵਿੱਚ ਗੋਲ ਦੀਆਂ ਦਾਇਰਾ ਵਿੱਚ ਹੰਦੇ ਦੋ ਦਿਸਦੇ ਚੜ ਜਾਂਦਾ ਚਾਹ ਜਦ ਖਿਡਾਰੀ ਵੀ ਜਿਸਦੇ ਜਾਈਏ ਬਲਹਾਰੇ ਜਿਹਨੇ ਕਾਢੇ ਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਲਓ ਇਹ ਰੋਮੀ ਸੀ ਨੌਜਵਾਨ ਇਧਰਲੇ ਪਾਸੇ ਗਿੱਦੜਾ ਵਾਲਾ ਜਿੰਦਰ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਲਈ ਲਓ ਕੁਲਵਿੰਦਰ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਗੋਰਾ ਕਹਿੰਦੇ ਗਿੱਦੜਾ ਵਾਲਾ ਕਹਿੰਦਾ ਮੈਨੂੰ ਛੱਡੋ ਮੈਂ ਵੇਖਾਂਗਾ ਦੋ ਹੱਥ ਮੈਂ ਯਫਾ ਲਾਵਾਂਗਾ ਆਓ ਇਸ ਵੇਲੇ ਪੁਆਇੰਟ ਜਿਹੜਾ ਧਾਵੀ ਦਾ ਚਰਨਪ੍ਰੀਤ ਕੈਨੇਡਾ ਵਾਲਾ ਨਾਲ ਕਹਿੰਦੇ ਗੁਰਪ੍ਰੀਤ ਕੈਨੇਡਾ ਵੱਲੋਂ ਓਪਨ ਦਾ ਦੂਜਾ ਨਾਮ ਦਿੱਤਾ ਜਾਣਾ ਹੈ ਨਾਲ ਕਹਿੰਦੇ ਟੀਵੀ ਦਿੱਤੇ ਜਾਣੇ ਹੈ ਵੈਸਟ ਰੇਡਰ ਦੇ ਯਾਫੀ ਦੇ ਲਈ ਆਓ ਵੇਖੀਏ ਵੀ ਨੌਜਵਾਨ ਦੀ ਇਸ ਵੇਲੇ ਕਬੱਡੀ ਜਿਹੜੀ ਪੈ ਚੁੱਕੀ ਹੈ ਉਧਰ ਮਹਿਮੂਆਣਾ ਪਿੰਡ ਕਹਿੰਦੇ ਸੇਰੂ ਸੱਪ ਦਾ ਪੇਂਡੂ ਹੈ ਲਓ ਸ਼ੰਮਾ ਇਸ ਵੇਲੇ ਟਰਾਈ ਕਰਦਾ ਹੋਇਆ ਯਫਾ ਲਾਉਣ ਦੀ ਪਰ ਪੁਆਇੰਟ ਧਾਵੀ ਦਾ ਅੰਕ ਜਿਹੜਾ ਰੇਡਰ ਦਾ ਸੀ ਉਹ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਅੱਖੀਆਂ ਤੋਂ ਦੂਰ ਗਿਆ ਬਨ ਕੇ ਲਾੜੀ ਮੌਤ ਦਾ ਗਾਨਾ ਜਦੋਂ ਰੇਡਾ ਪਾਉਂਦਾ ਸੀ ਲੋਕੀ ਕਹਿੰਦੇ ਸੀ ਬਰਾੜ ਜਵਾਨ ਹੈਲੋ ਹੈਲੋ ਮੈਂ ਬਗਰਾੜੀ ਆ ਸੰਪਰਕ ਕਰਨਾ ਉਹਨਾਂ ਬਗਰਾੜੀ ਟਾਈਗਰ ਦੇ ਲੱਗੇ ਤੋਂ ਬਗਰਾੜੀ ਆ ਸਾਡੇ ਨਾਲ ਸੰਪਰਕ ਕਰਨਾ ਉਹਨਾਂ ਦਾ ਹਿਸਾਬ ਦਾ ਜਿਹਾ ਰਹਿੰਦਾ ਥੋੜਾ ਜਿਹਾ ਰੱਤੀ ਰੋੜੀ ਨੂੰ 1 ਮਿੰਟ ਦਾ ਟਾਈਮ ਹੈ ਰੱਤੀ ਰੋੜੀ ਦੀ ਟੀਮ ਜਿੱਥੇ ਵੀ ਆਵਾਜ਼ ਸੁਣਦੀ ਹੈ ਗਰਾਊਂਡ ਵਿੱਚ ਆ ਜਾਵੇ ਰੱਤੀ ਰੋੜੀ ਨੂੰ 1 ਮਿੰਟ ਦਾ ਜਿਹੜਾ ਆਪਾਂ ਟਾਈਮ ਦੇਵਾਂਗੇ ਕਿਉਂਕਿ ਕੁਝ ਸਮਾਂ ਬਾਕੀ ਹੈ ਇਸ ਮੈਚ ਦਾ ਕੁਝ ਬੀਤ ਰਿਹਾ ਕੁਝ ਬੀਤ ਗਿਆ
ਆਓ ਜਿੰਦਰ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖਿਲਾਰੀਆਂ ਬਾਹਾਂ ਉਧਰ ਕਹਿੰਦੇ ਏਕਮ ਨੂੰ ਹੱਥ ਲੱਗਿਆ ਤੇ ਰੋਮੀ ਨੇ ਫੜਿਆ ਕਿ ਜਿਮ ਵਿੱਚ ਮਸਲ ਬਣਾਈ ਫਿਰਦਾ ਮੋਢਿਆਂ ਤੇ ਟੈਟੂ ਛਪਾਈ ਫਿਰਦਾ ਮੁੰਡੇ ਆਓ ਸੋਹਣਿਆ ਸਣਖਿਆ ਤੇਰਾ ਨਾਂ ਕੀ ਨੇ ਰੱਖਿਆ ਰੈਂਬੋ 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 ਕੋਈ ਰੈਂਬੋ ਤੇ ਪ੍ਰਸਿੱਧ ਹੈ ਕੋਈ ਮੇਰੇ ਵੀਰਿਓ ਰੋਮੀ ਤੇ ਪ੍ਰਸਿੱਧ ਹੈ ਲੈ ਵੀ ਸੁਖਮਨ ਉਧਰ ਵੇਖ ਫਿਰ ਕਬੱਡੀ ਪੈ ਗਈ ਹੈ ਮਣੀ ਸਾਡਾ ਸਰਪੰਚ ਤੇ ਨਾਲ ਸੁਖ ਬਰਾੜ ਆਸਟ੍ਰੇਲੀਆ ਖੁਸ਼ ਬਰਾੜ ਆਸਟ੍ਰੇਲੀਆ ਜਿਹੜੇ 365 ਕਬੱਡੀ .com ਤੇ ਮੈਚਾਂ ਦਾ ਆਨੰਦ ਮਾਣਦੇ ਨੇ ਨਾਲ ਸਾਡਾ ਵੀਰ ਜਸਕਰਨ ਮਨੀਲਾ ਨਾਲ ਮੇਰਾ ਭਰਾ ਬਈ ਰਮਨ ਮਨੀਲਾ ਜਿਹੜੇ ਮੈਚਾਂ ਦਾ ਆਨੰਦ ਮਾਣਦੇ ਨੇ 365 ਕਬੱਡੀ .com ਤੇ ਔਰ ਵੇਖੀਏ ਵੀ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਗਿੱਦੜ ਪਿੰਡ ਦਾ ਇਹ ਨੌਜਵਾਨ ਖਿਡਾਰੀ ਜ਼ਿਲ੍ਹੇ ਬਠਿੰਡੇ ਦਾ ਨੌਜਵਾਨ ਹੈ ਜਿਵੇਂ ਕਹਿੰਦੀ ਹੈ ਵੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਜਾਂ ਬਠਿੰਡੇ ਵਾਲੇ ਬੋਤੇ ਰੱਖਣ ਦੇ ਸ਼ੌਂਕੀ ਪਰ ਅੱਜ ਪਤਾ ਲੱਗਦਾ ਵੀ ਬਠਿੰਡੇ ਵਿੱਚ ਕਬੱਡੀ ਸੋਹਣੀ ਖੇਡੀ ਜਾਂਦੀ ਹੈ ਉਹ ਰੋਮੀ ਨੇ ਟਰਾਈ ਕੀਤੀ ਇੱਕ ਲਾਲਤੋਂ ਦਾ ਰੋਮੀ ਪ੍ਰਸਿੱਧ ਹੋਇਆ ਪਰ ਆ ਯਾਫੀ ਮਹਿਮੂ ਵਾਲੇ ਪਿੰਡ ਦਾ ਨਹੀਂ ਜਫਾ ਲਾ ਸਕਿਆ ਅੰਕ ਜਿਹੜਾ ਰੇਡਰ ਦਾ ਅੰਕ ਜਿਹੜਾ ਗਿੱਦੜਾਂ ਵਾਲੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਤਾਂ ਆਓ ਖਿਡਾਰੀ ਆ ਨੌਜਵਾਨਾਂ ਕਬੱਡੀ ਜਿਸ ਕਾਰਨ ਸਾਡਾ ਯਾਰ ਹੈ ਪਿਆਰਾ ਤੇ ਨਾਲ ਕਹਿੰਦੇ ਰਮਨ ਯਾਰ ਹੈ ਰੰਗੀਲਾ ਬਾਹਮਣ ਵਾਲਾ ਪਿੰਡ ਪਰ ਬੈਠੇ ਆ ਮਨੀਲਾ ਜਿਹੜੇ ਯਾਰੀਆਂ ਦੀ ਯਾਰੀ ਦਾ ਨਿੱਘ ਸੇਕਦੇ ਦੀਪ ਅਮਰਗੜ ਨੂੰ ਸਹਾਰਾ ਜਿਨ੍ਹਾਂ ਦਾ ਅੱਜ 365 ਕਬੱਡੀ .com ਤੇ ਜੋ ਮੈਚ ਵੇਖਦੇ 365 ਕਬੱਡੀ ਤੇ ਜੋ ਮੈਚ ਵੇਖਦੇ ਲਓ ਕੁਲਵਿੰਦਰ ਦੀ ਕਬੱਡੀ ਤੇ ਯਫਾ ਨਹੀਂ ਲੱਗਿਆ ਪੁਆਇੰਟ ਜਿਹੜਾ ਰੇਡਰ ਨੂੰ ਮਿਲਿਆ ਲੈ ਵੀ ਜਗਪਾਲ ਇਹਦੇ ਵਿੱਚੋਂ ਦੱਸੀ ਨੌਜਵਾਨਾਂ ਜੇਤੂ ਟੀਮ ਮੈਮੂ ਆਣੇ ਦੀਆਂ ਜਗ੍ਹਾ ਨੋਟ ਕਰੀ ਬਾਈ ਮੈਮੂ ਆਣਾ ਪਹਿਲੇ ਮੈਚ ਦੀ ਜਿਹੜੀ ਜੇਤੂ ਟੀਮ ਹੈ ਇਸ ਮੈਚ ਦੇ ਵਿੱਚੋਂ ਮੈਮੂ ਆਣਾ ਮੈਮੂ ਆਣਾ ਜੀ ਲੈ ਵੀ ਜੇਤੂ ਖਿਡਾਰੀ ਆਪਣੇ ਮਾਨ ਸਨਮਾਨ ਲੈ ਜਾਣ ਜੇਤੂ ਟੀਮ ਦੇ ਜਿਹੜੇ ਖਿਡਾਰੀ ਹੋਣਗੇ ਰੱਤੀ ਰੋੜੀ ਤੇ ਕੰਮਿਆਣੇ ਦਾ ਮੈਚ ਜਿਹੜਾ ਸ਼ੁਰੂ ਹੋਣਾ ਹੈ ਦੋਹੇ ਟੀਮਾਂ ਦੇ ਖਿਡਾਰੀ ਜਿਹੜੇ ਇਸ ਵੇਲੇ ਮੈਦਾਨ ਦੇ ਵਿੱਚ ਪੁੱਜ ਗਏ ਨੇ ਉਧਰ ਸਟੇਜ ਤੇ ਬੈਠੀਆਂ ਮਹਾਨ ਸ਼ਖਸੀਅਤਾਂ ਦਾ ਵੱਡਾ ਧੰਨਵਾਦ ਹੈ ਸਾਡੇ ਸਤਿਕਾਰ ਦੇ ਯੋਗ ਨੇ ਜਿਹਨਾਂ ਖਿਡਾਰੀਆਂ ਦੇ ਲਈ ਜਿਹਨਾਂ ਇਹਨਾਂ ਨੌਜਵਾਨਾਂ ਦੇ ਲਈ ਵੱਡੇ ਜਿਹੜੇ ਯੋਗਦਾਨ ਪਾਏ ਨੇ ਆਪਾਂ ਧੰਨਵਾਦ ਕਰਦੇ ਬਗਰਾੜੀ ਟੀਮ ਸਾਡੇ ਕੋਲ ਸੰਪਰਕ ਕਰੋ ਬਗਰਾੜੀ ਬਟਾਈਆਂ ਕੱਢਣ ਲੱਗੇ ਬਗਰਾੜੀ ਇਸ ਵੇਲੇ ਮੈਦਾਨ ਵਿੱਚ ਹੁਣ ਜਿਹੜਾ ਮੈਚ ਸ਼ੁਰੂ ਹੋਣ ਲੱਗਿਆ ਹੈ ਕੰਮਿਆਣਾ ਤੇ ਰੱਤੀ ਰੋੜੀ ਇਹ ਦੋਹੇ ਟੀਮਾਂ ਦੇ ਖਿਡਾਰੀ ਜਿਹੜੇ ਇਸ ਵੇਲੇ ਮੈਦਾਨ ਵਿੱਚ ਪੁੱਜ ਚੁੱਕੇ ਨੇ ਨਾਲ ਹੀ ਆਪਾਂ ਬੇਨਤੀ ਕਰ ਦਈਏ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਤੇ ਬੀਲੇ ਵਾਲਾ ਇਹ ਦੋਹੇ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਪੁੱਜਣਗੀਆਂ ਬੇਨਤੀ ਹੈ ਸਾਡੇ ਸਤਿਕਾਰਯੋਗ ਵੀਰਾਂ ਨੂੰ ਹਾਂਜੀ ਇੱਕ ਬੇਨਤੀ ਹੈ ਸਾਡੇ ਓਪਨ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਜਿਹੜੀ ਟੀਮ ਗਰਾਊਂਡ ਵਿੱਚ ਪਹਿਲਾਂ ਐਂਟਰੀ ਕਰਦੀ ਹੈ ਉਹਨੂੰ ਪਹਿਲੀ ਕਬੱਡੀ ਦਿੱਤੀ ਜਾਣੀ ਹੈ ਅੱਗੇ ਨਾਲ ਦੀ ਨਾਲ ਸਾਡੇ ਸਕੋਰਾਂ ਵਾਲੇ ਵੀਰ ਨੂੰ ਲਿਖਾ ਦਿਆ ਕਰੋ ਪਹਿਲੀ ਕਬੱਡੀ ਦੇ ਨਾਲ ਜੁੜਦੇ ਆ ਇੱਕ ਪਾਸੇ ਕਹਿੰਦੇ ਵੀ ਕੰਮਿਆਣਾ ਪਿੰਡ ਪ੍ਰਸਿੱਧ ਪਿੰਡ ਹੈ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਹੈ ਬਾਬੇ ਦਾਮੂ ਸ਼ਾਹ ਦੀ ਧਰਤੀ ਹੈ ਕੰਮਿਆਣਾ ਪਿੰਡ ਆਓ ਵੇਖੀ ਵੀ ਇਸ ਹੱਥ ਜਿਹੜੀ ਟੀਮ ਹੈ ਉਹ ਮੇਰੇ ਵੀਰੋ ਕੰਮਿਆਣੇ ਦੀ ਹੈ ਮੇਨ ਰੋਡ ਵਾਲੇ ਪਾਸੇ ਜਿਹੜੀ ਟੀਮ ਹੈ ਕੰਮਿਆਣੇ ਦੀ ਪਹਿਲੀ ਕਬੱਡੀ ਜਗਮੀਤ ਨੇ ਪਾਈ ਰੱਤੀ ਰੋੜੀ ਦੀ ਟੀਮ ਜਿਹੜੀ ਪਿੰਡ ਵਾਲੇ ਪਾਸੇ ਖੇਡਦੀ ਹੈ ਲਓ ਜ਼ਿਲ੍ਹੇ ਫਰੀਦਕੋਟ ਦੀਆਂ ਦੋਹੇ ਟੀਮਾਂ ਲਓ ਇਸ ਵੇਲੇ ਧੀਰਾ ਨੌਜਵਾਨ ਗੱਭਰੂ ਇਸ ਵੇਲੇ ਕੋਸ਼ਿਸ਼ ਕਰਦਾ ਹੋਇਆ ਕਿ ਕੋਸ਼ਿਸ਼ ਤੇ ਕੀਤੀ ਏ ਲੱਭਣ ਦੀ ਲੱਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਕੋਈ ਹੋਰ ਹੀ ਅੱਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਕੋਈ ਹੋਰ ਹੀ ਅੱਖਾਂ ਨੇ ਉਧਰ ਜਸਕਰਨ ਮਨੀਲਾ ਜੀ ਨਾਲ ਬਾਈ ਰਮਨ ਮਨੀਲਾ ਜੀ
ਨਾਲ ਗੁਰਪ੍ਰੀਤ ਕੈਨੇਡਾ, ਨਾਲ ਸਾਡਾ ਵੀਰ ਰਮਨ ਸੰਧੂ, ਉੱਥੇ ਸਾਡਾ ਵੀਰ ਸੁਖ ਬਰਾੜ ਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਚਰਨਪ੍ਰੀਤ ਬਰਾੜ ਹੋਣੀ ਮੈਚਾਂ ਦਾ ਆਨੰਦ ਮਾਣਦੇ ਨੇ 365 kabaddi.com ਤੇ। ਇਸ ਨੌਜਵਾਨ ਨੂੰ ਕਹਿੰਦੇ ਦੁਨੀਆ ਜਾਣਦੀ ਹੈ, ਭੌਰੇ ਨੇ ਜੱਫਾ ਲਾ ਦਿੱਤਾ ਹੈ ਇਸ ਵੇਲੇ ਮੈਦਾਨ ਵਿੱਚ। ਲਓ ਗੰਮਿਆਣੇ ਦਾ ਭੌਰਾ ਕਾਕੇ ਨਾਲ ਤਗੜੀ ਕਬੱਡੀ ਖੇਡੀ ਇਸ ਨੌਜਵਾਨ ਖਿਡਾਰੀ ਨੇ। ਲਓ ਇਸ ਵੇਲੇ ਲਾਉਂਦਾ ਹੋਇਆ ਬਲਜਿੰਦਰ ਨੌਜਵਾਨ ਗੱਭਰੂ ਨੂੰ ਤਗੜਾ ਜੱਫਾ, ਚੱਲ ਵੀ ਗੱਭਰੂ ਆ ਪਾ ਦੇ ਕਬੱਡੀ। ਹੈਲੋ ਭਾਈ, ਚੌਥਾ ਮੈਚ ਬਰੀਵਾਲਾ ਤੇ ਪਿੰਡਰਾ, ਪੰਜਵਾਂ ਬਗਰਾੜੀ ਤੇ ਮੜਾਕ, ਛੇਵਾਂ ਮੈਚ ਡੱਗੋ ਰੁਮਾਨਾ ਪੰਜ ਗਰਾਈ ਤੇ ਸੱਤਵਾਂ ਮੈਚ ਨੱਥੂ ਵਾਲਾ ਗਰਬੀ ਬਾਦਲ, ਅੱਠਵਾਂ ਮੈਚ ਫਤਿਹ ਸਿੰਘ ਵਾਲਾ ਤੇ ਕਲਿਆਣ ਸੋਖਾ, ਨੌਵਾਂ ਮੈਚ ਹਰੀ ਕੇ ਕਲਾਂ ਦੇ ਜਲਾਲ, ਦਸਵਾਂ ਮੈਚ ਧੂਰਕੋਟ ਦੇ ਡਰੋਲਾ ਡਰੋਲੀ ਭਾਈ, ਸੰਤ ਬਾਬਾ ਨਜੱਤਰ ਸਿੰਘ ਪੰਜ ਗਰਾਈ ਤੇ ਕੋਟ ਭਾਈ, ਗਿਆਰਵਾਂ ਮੈਚ ਬਾਰਵਾਂ ਮੈਚ ਕੌਣੀ ਤੇ ਰਾਜਿਆਣਾ, ਤੇਰਵਾਂ ਮੈਚ ਜਲਾਲਾਬਾਦ ਤੇ ਆਜ਼ਾਦ ਕਲੱਬ ਖਾਈ ਤੇ ਚੌਦਾਂ ਮੈਚ ਖਾਰਾ ਤੇ ਭਾਈ ਰੂਪਾ। ਉਧਰ ਆਜ਼ਾਦ ਸਪੋਰਟਸ ਕਬੱਡੀ ਕਲੱਬ ਦੇ ਸਾਰੇ ਹੀ ਔਰਗੇਨਾਈਜ਼ਰਾਂ ਦਾ ਵੱਡਾ ਧੰਨਵਾਦ ਹੈ। ਲਓ ਕੂਕਾ ਇਸ ਵੇਲੇ ਟਰਾਈ ਕਰਦਾ ਹੋਇਆ ਜੱਫਾ ਲਾਉਣ ਦੀ, ਨੌਜਵਾਨ ਤੋਂ ਨਹੀਂ ਜੱਫਾ ਲੱਗਿਆ ਪੁਆਇੰਟ ਜਿਹੜਾ ਰੇਡਰ ਦਾ, ਜਗਮੀਤ ਨੇ ਕਬੱਡੀ ਪਾ ਦਿੱਤੀ ਹੈ ਇਸ ਵੇਲੇ ਜਗਮੀਤ ਕੰਮਿਆਣੇ ਦਾ, ਚਾਰ ਜਾਫੀ ਨੇ। ਉਧਰਲੇ ਪਾਸੇ ਰੱਤੀ ਰੋੜੀ ਪਿੰਡ ਦੇ ਜਿੰਦਰ ਦਾ ਪਿੰਡ ਹੈ ਰੱਤੀ ਰੋੜੀ, ਜਿਹਦੇ ਪਿਛਲੇ ਦਿਨ ਹੀ ਬਹੁਤ ਸੋਹਣੇ ਜਿਹੜੇ ਮੈਚ ਹੋਏ ਕਬੱਡੀ ਦੇ। ਲਓ ਕਬੱਡੀ ਦੇ ਖਿਡਾਰੀਆਂ ਚ ਵੱਖਰਾ ਹੀ ਰੋਬ ਹੁੰਦਾ, ਬੱਬਾ ਭਾਰ ਤੁਰਦੇ ਹੈ ਤੇ ਪੱਟਾਂ ਵਿੱਚ ਜ਼ੋਰ ਹੁੰਦਾ, ਕਬੱਡੀ ਦੇ ਖਿਡਾਰੀਆਂ ਚ ਵੱਖਰਾ ਹੀ ਰੋਬ ਹੁੰਦਾ। ਮੈਂ ਵੀ ਬਾਈ ਅਗਲੀਆਂ ਦੋਵੇਂ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਆ ਜਾਣ, ਬੀਲੇ ਵਾਲਾ ਵਰਸਿਸ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਜਲਦੀ ਦੇ ਨਾਲ ਗਰਾਊਂਡ ਵਿੱਚ ਆ ਜਾਣ ਦੋਹੇ ਟੀਮਾਂ ਦਾ, ਜਿਹੜਾ ਇੱਕ ਜੇ ਜ਼ੋਰ ਦੀ ਗੱਲ ਹੋਵੇਗੀ ਦੋਹੇ ਟੀਮਾਂ ਨੂੰ ਖੁੱਲਾ ਸੱਦਾ ਦੇ ਦਈਏ ਜਲਦੀ ਦੇ ਨਾਲ। ਸੁਰਜੀਤ ਸਿੰਘ ਜੀ ਲੋਹਗੜੀ ਆ, ਅਗਲਾ ਮੈਚ ਕਹਿੰਦੇ ਪਟਾਕੇਦਾਰ ਧੜਾਕੇਦਾਰ ਕਹਿ ਦਈਏ, ਬਹੁਤ ਸੋਹਣਾ ਹੋਣਾ ਹੈ। ਲਓ ਬਲਜਿੰਦਰ ਇਸ ਵੇਲੇ ਰੱਤੀ ਰੋੜੀ ਦਾ ਨੰਬਰ ਲੈ ਕੇ ਵਾਪਸ, ਪਾਲ ਸੰਧੂ ਸਾਡਾ ਵੀਰ ਜ਼ਿੰਦਗੀ ਦਾ ਬਹੁਤ ਹੀ ਪਰਮਿੱਤਰ ਹੈ, ਮਾਨ ਸਨਮਾਨ ਭੇਜਦੇ ਨੇ ਸਾਰੇ ਸਤਿਕਾਰਯੋਗ ਵੀਰ। ਲਓ ਇਸ ਵੇਲੇ ਜੀਵਨ ਦੀ ਪੈਂਦੀ ਹੋਈ ਕਬੱਡੀ ਮੈਦਾਨ ਵਿੱਚ, ਬਿੱਲੇ ਵਾਲਾ ਵਰਸਿਸ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ, ਅਗਲਾ ਜਿਹੜਾ ਮੈਚ ਹੋਣਾ ਹੈ ਦੋਵੇਂ ਟੀਮਾਂ ਜਲਦੀ ਦੇ ਨਾਲ ਵੇਟਿੰਗ ਰੂਮ ਵਿੱਚ ਆ ਜਾਣ। ਆਪਾਂ ਇੱਕ ਬੇਨਤੀ ਜ਼ਰੂਰ ਹੋਰ ਕਰਨੀ ਹੈ, ਉਦੋਂ ਬਾਅਦ ਜਿਹੜੀ ਟੀਮ ਸਕ੍ਰੈਚ ਕਰ ਦੇਣੀ ਹੈ। ਉਧਰ 365 ਤੇ ਕਹਿੰਦੇ ਫੋਟੋਆਂ ਦਾ ਵਾਲਪੇਪਰ ਬਣ ਲੈਣਾ, ਜਦੋਂ ਵੀ ਤੁਸੀਂ ਸਰਚ ਮਾਰੋਗੇ ਬਾਹਮਣ ਵਾਲੇ ਦੇ ਟੂਰਨਾਮੈਂਟ ਨੂੰ ਮੇਰੇ ਵੀਰਿਓ, ਅੱਜ ਦੇ ਯਾਦਗਾਰੀ ਪਲ ਸਾਡਾ ਵੀਰ ਲੱਕੀ ਸਾਡੇ ਸਤਿਕਾਰਯੋਗ ਸ਼ਰਮੇ ਹੋਣੀ ਜਿਹੜੇ ਫੋਟੋਆਂ ਖਿੱਚਦੇ ਨੇ ਇਹਨਾਂ ਖਿਡਾਰੀਆਂ ਦੀ। ਲਓ ਇਸ ਵੇਲੇ ਰੂਪ ਰੇਖਾ ਬਣਾ ਲਏ ਨੇ, ਲੈ ਵੀ ਅਰਸ਼ਿਆ ਵੇਖ ਸਾਹਮਣੇ ਮੁੰਡਾ ਇਸ ਵੇਲੇ ਕੂਕਾ ਆਖਦੇ ਆ ਇਸ ਗੱਭਰੂ ਨੂੰ ਜਿਹਨੇ ਫੱਕੀ ਡਾਤੀ, ਇੱਕ ਲੱਤ ਥੱਲੀ ਚੱਕੀ ਦੂਜੀ ਰੱਖੀ, ਆਹ ਵੇਖ ਲੋ ਡਾਤੀ ਫੱਕੀ, ਆਹ ਵੇਖ ਲੋ ਡਾਤੀ ਫੱਕੀ, ਇਹ ਹੈ ਕੂਕਾ ਇਸ ਵੇਲੇ ਜੱਫਾ ਲਾਉਂਦਾ ਹੋਇਆ ਮੈਦਾਨ ਵਿੱਚ। ਲੈ ਵੀ ਬਾਈ ਚੱਕਰ ਲਾਤੇ ਆ ਤਾਂ ਤੂੰ ਵੀ ਇਧਰ ਮਾਨ ਸਨਮਾਨ ਜਿਹੜਾ ਜ਼ਰੂਰ ਲੈ ਲਈ। ਲਓ ਇਸ ਵੇਲੇ ਜਗਮੀਤ ਮੈਦਾਨ ਵਿੱਚ ਕਬੱਡੀ ਪਾਉਂਦਾ ਹੋਇਆ, ਕਿ ਗੁੰਦਵੇਂ ਸਰੀਰ ਸਾਹਮੇ ਨਾਲੇ ਰੇਡਾ ਪਾਉਂਦੇ ਨੇ ਨਾਲੇ ਜੱਫੇ ਲਾਉਂਦੇ ਨੇ, ਗੱਭਰੂ ਕਬੱਡੀ ਖੇਡ ਕੇ ਪੂਰਾ ਯਾਦੂ ਤੇ ਨਾਚ ਚਮਕਾਉਂਦੇ ਨੇ। ਦੂਰੋਂ ਦੂਰੋਂ ਆਵੇ ਦੁਨੀਆ, ਜਦ ਮੈਚ ਕਬੱਡੀ ਵਾਲੇ ਹੁੰਦੇ ਪੌਣਾ ਚੋਂ ਸੰਗੀਤ ਗੂੰਜਦਾ, ਜਦੋਂ ਭਿੜਦੇ ਪੰਜਾਬੀਆਂ ਦੇ ਮੁੰਡੇ ਲੋਹੇ ਜਿਹੇ ਪਿੰਡਿਆਂ ਚੋਂ ਖਹਿ ਖਹਿ ਕੇ ਮੁੜ ਕੇ ਬਗਾਉਂਦੇ, ਗੱਭਰੂ ਕਬੱਡੀ ਖੇਡ ਕੇ ਪੂਰਾ ਯਾਗੂ ਤੇ ਨਾਚ ਮਕਾਉਂਦੇ। ਲਓ ਇਸ ਵੇਲੇ ਲੱਗ ਗਿਆ ਜੱਫਾ ਨੌਜਵਾਨ ਨੂੰ, ਬਲਜਿੰਦਰ ਦੀ ਅਗਲੀ ਕਬੱਡੀ ਪੈਂਦੀ ਹੈ ਰੱਤੀ ਰੋੜੀ ਪਿੰਡ ਦੇ ਇਸ ਨੌਜਵਾਨ ਦੀ। ਉਧਰ ਬਹਿ ਗਿਆ ਵਿੱਚ ਖੇਡ ਮੈਦਾਨ ਵਿੱਚ, ਬਹਿ ਜਾ ਹੋ ਗਈ ਹੈ, ਲੱਗ ਗਿਆ ਜੱਫਾ ਧਾ ਵੀ ਗਿਆ ਡੱਕਿਆ, ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ, ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ। ਉਧਰ ਇਸ ਵੇਲੇ ਫਿਰ ਅਗਲੀ ਕਬੱਡੀ ਜੀਵਨ ਪਾਉਣ ਦੇ ਲਈ ਵਾਧਾ ਹੋਇਆ, ਇੱਕ ਤੇ ਕਹਿੰਦੇ ਮਾਣੂਕਿਆਂ ਦਾ ਸੁਪਰ ਤੇ ਸਟਾਰਾਂ ਵਿੱਚ ਨਾ ਹੈ, ਇੱਕ ਸੁਪਰ ਹੁੰਦਾ ਹੈ, ਇੱਕ ਡੁਪਰ ਹੁੰਦਾ ਹੈ, ਇੱਕ ਸਟਾਰ ਹੁੰਦਾ ਹੈ, ਇੱਕ ਸੁਪਰ ਸਟਾਰ ਹੁੰਦਾ ਹੈ, ਕਿਉਂਕਿ ਇਹਨਾਂ ਖਿਡਾਰੀਆਂ ਦੇ ਮੇਰੇ ਵੀਰੋ ਨਾਂ ਜਿਹੜੇ ਪੂਰੇ ਪੰਜਾਬ ਵਿੱਚ ਫੈਲੇ ਹੋਏ ਨੇ, ਪੂਰੇ ਵਰਲਡ ਵਿੱਚ ਫੈਲੇ ਹੋਏ ਨੇ। ਲਓ ਜੀਵਨ ਇਸ ਵੇਲੇ ਨੌਜਵਾਨ ਕਬੱਡੀ ਪਾਉਂਦਾ ਹੋਇਆ, ਬਰੀਵਾਲਾ ਤੇ ਭਿੰਡਰ, ਬਰਗਾੜੀ ਤੇ ਮੜਾਕ, ਡੱਗੋ ਰੁਮਾਣਾ ਤੇ ਪੰਜ ਗਰਾਈ, ਨਾਲ ਹੀ ਨੱਥੂ ਵਾਲਾ ਗਰਬੀ ਤੇ ਬਾਦਲ, ਚੱਕ ਫਤਿਹ ਸਿੰਘ ਵਾਲਾ ਤੇ ਕਲਿਆਣ ਸੁਖਾ, ਹਰੀ ਕੇ ਕਲਾਂ ਤੇ ਜਲਾਲ, ਧੂੜਕੋਟ ਤੇ ਡਰੋਲੀ ਭਾਈ, ਸੰਤ ਬਾਬਾ ਨਛੱਤਰ ਸਿੰਘ ਜੀ ਪੰਜ ਗਰਾਈ, ਵਰਸਜ ਕੋਟ ਭਾਈ ਕੌਣੀ ਤੇ ਰਾਜਿਆਣਾ, ਨਾਲੀ ਜਲਾਲਾਬਾਦ ਤੇ ਆਜ਼ਾਦ ਕਬੱਡੀ ਕਲੱਬ ਖਾਰਾ ਨੇ ਖੇਡਣਾ, ਖਾਰੇ ਦੀ ਟੀਮ ਨੇ ਭਾਈ ਰੂਪੇ ਦੇ ਨਾਲ। ਲਓ ਇਸ ਵੇਲੇ ਲੱਗਦਾ ਹੋਇਆ ਜੱਫਾ ਮੈਦਾਨ ਵਿੱਚ ਹੁੰਦੀ ਹੋਈ ਚਰਚਾ ਇਸ ਵੇਲੇ, ਕਿ ਚਰਚੇ ਨੇ ਪੂਰੇ ਸਾਡੇ ਖੇਡ ਦੇ ਮੈਦਾਨਾਂ ਵਿੱਚ
ਵੱਖਰਾ ਜਿਹਾ ਜੋਰ ਇਹਨਾਂ ਨੌਜਵਾਨਾਂ ਵਿੱਚ। ਅੱਜ ਕੱਲੇ ਨਾਲ ਕੱਲਾ ਕਿਹੜਾ ਭਿੜਦਾ, ਅੱਜ ਵੇਖਣਾ ਕੱਪ ਕਿੱਧਰ ਨੂੰ ਐ ਰਿੜਦਾ, ਅੱਜ ਵੇਖਣਾ ਕਬੱਡੀ ਵਾਲਾ ਕੱਪ ਕਿੱਧਰ ਨੂੰ ਐ ਰਿੜਦਾ, ਕਿੱਧਰ ਨੂੰ ਰਿੜਦਾ ਕਬੱਡੀ ਦਾ ਕੱਪ। ਉਧਰੋਂ ਗੁਰਲਾਭ ਖੱਚੜਾ ਜੀ ਦੋਨੇ ਅਫੀਸ਼ਲਾਂ ਦੇ ਲਈ ਮਾਨ ਸਨਮਾਨ ਭੇਜਦੇ ਨੇ, ਬਹੁਤ ਧੰਨਵਾਦ ਕਰਦੇ ਹੈ। ਕੰਮਿਆਣਾ ਜਿੱਤ ਗਿਆ ਜੀ ਉਸ ਮੈਚ ਦੇ ਵਿੱਚੋਂ, ਬਾਈ ਨੋਟ ਕਰ ਲਈ, ਕੰਮਿਆਣੇ ਦੀ ਜਿਹੜੀ ਟੀਮ ਹੈ ਉਹ ਜਿੱਤ ਗਈ ਹੈ ਇਸ ਮੈਚ ਦੇ ਵਿੱਚੋਂ। ਹੈਲੋ, ਅਗਲੀਆਂ ਟੀਮਾਂ ਬਾਈ ਸਾਤਲੀਆਂ ਆ ਗਈਆਂ ਵੀਰੇ ਦੇਖ, ਬਿੱਲੇ ਵਾਲਾ ਤੇ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਦਾ ਜਿਹੜਾ ਬਹੁਤ ਸੋਹਣਾ ਮੈਚ ਖੇਡਿਆ ਜਾਣਾ ਹੈ। ਇਹ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਹੈ ਲਾਗੇ ਪੂਰਾ ਤਾਨ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ। ਉਧਰ ਅਮਰੀਕ ਬਾਠ ਵਰਗੇ ਨਾਲ ਕਹਿੰਦੇ ਹਰਦੀਪ ਗੋਲੂ ਹੋਣੀ, ਨਾਲ ਪਰਮਜੀਤ ਮਾਨ ਹੋਣੀ, ਹਰਿੰਦਰ ਸ਼ਰਮੇ ਹੋਣੀ, ਸਮੁੱਚੀ ਨਗਰ ਪੰਚਾਇਤ ਦੇ ਮੈਂਬਰ ਮੇਰੇ ਵੀਰੋ ਅਮਨ ਸ਼ਰਮੇ ਹੋਣੀ, ਭਾਊ ਵਰਗੇ ਜਿਨ੍ਹਾਂ ਜਿਨ੍ਹਾਂ ਦੇ ਚਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਆਉਣਗੇ, ਆਪਾਂ ਸਾਰਿਆਂ ਦਾ ਵੱਡਾ ਧੰਨਵਾਦ ਕਰਾਂਗੇ। ਕਿਉਂ ਵੀ ਅਮਰੀਕ ਬਾਠ ਇਸੇ ਕਰਕੇ ਤਾਂ ਕਹਿੰਦੇ ਬਾਹਮਣ ਵਾਲੇ ਦੇ ਮੁੰਡੇ ਵੇਖ ਲਓ, ਮੁੰਡੇ ਸ਼ੌਂਕ ਪਗਾਉਂਦੇ, ਦਸਾਂ ਨਵਾਂ ਦੀ ਕਿਰਤ ਕਮਾਈ, ਖੇਡਾਂ ਉੱਤੇ ਲਾਉਂਦੇ ਖਰੇ ਖੋਟੇ ਦੀ ਪਰਖ, ਇਹਨਾਂ ਨੂੰ ਕਰਦੇ ਗੱਲ ਟਣਕਾ ਕੇ ਰਾਜੇ ਖੇਲੇ ਸੱਚੇ ਸੱਜਣ, ਮਿਲਦੇ ਯਫੀਆਂ ਪਾ ਕੇ ਰਾਜੇ ਖੇਲੇ ਸੱਚੇ ਸੱਜਣ, ਮਿਲਦੇ ਯਫੀਆਂ ਪਾ ਕੇ। ਦੋਵੇਂ ਟੀਮਾਂ ਆ ਗਈਆਂ ਵੀਰੇ, ਇਸ ਤੋਂ ਅਗਲਾ ਜਿਹੜਾ ਮੈਚ ਖੇਡਿਆ ਜਾਣਾ ਹੈ ਬਰੀਵਾਲਾ ਤੇ ਪਿੰਡਰ, ਦੋਵੇਂ ਟੀਮਾਂ ਗਰਾਊਂਡ ਵਿੱਚ ਆ ਜਾਣ, ਬਰੀਵਾਲਾ ਵਰਸਸ ਪਿੰਡਰ। ਹੈਲੋ, ਬਰਗਾੜੀ ਦੀ ਟੀਮ ਨੂੰ ਬਈ ਦੱਸਿਆ ਜਾਂਦਾ ਕਿ ਸਾਡੇ ਨਾਲ ਸੰਪਰਕ ਕਰਨ ਆ ਕੇ, ਬਰਗਾੜੀ ਇਧਰ ਜਿਹੜਾ ਮੈਚ ਸ਼ੁਰੂ ਹੋਣ ਲੱਗੇ ਕਬੱਡੀ ਦੇ ਖਿਡਾਰੀਆਂ ਦੇ ਦਰਮਿਆਨ, ਦੋਵੇਂ ਟੀਮਾਂ ਜਿਹੜੀਆਂ ਮੰਨੀਆਂ ਪਰਮੰਨੀਆਂ ਟੀਮਾਂ ਨੇ, ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਵਰਸਸ ਬਿੱਲੇ ਵਾਲਾ। ਬਿੱਲੇ ਵਾਲੇ ਦੀ ਟੀਮ ਜਿਹੜੀ ਹੈ ਬਾਈ ਜੀ, ਨੋਟ ਕਰੋ, ਸਾਡੇ ਦਰਸ਼ ਵੀਰ ਰੱਬ ਵਰਗੇ, ਮੇਨ ਰੋਡ ਵਾਲੇ ਪਾਸੇ ਬਿੱਲੇ ਦੀ ਟੀਮ ਹੈ ਔਰ ਦੂਸਰੇ ਪਾਸੇ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਦੇ ਖਿਡਾਰੀ। ਲਓ ਪਹਿਲੀ ਕਬੱਡੀ, ਕਹਿੰਦੇ ਭਗਤੇ ਦੇ ਪੀਤੇ ਨੇ ਬਾਈ ਇਸ ਮੈਦਾਨ ਦੇ ਵਿੱਚ, ਨੌਜਵਾਨ ਗੱਭਰੂ ਪੁਆਇੰਟ ਲੈ ਕੇ ਵਾਪਸ, ਚੱਲ ਵੀ ਗੱਭਰੂ ਆ ਪਾ ਦੇ ਕਬੱਡੀ, ਬਿੱਲੇ ਪਿੰਡ ਦਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਵਿੱਕੀ ਦੇ ਨਾਂ ਨਾਲ ਪ੍ਰਸਿੱਧ ਆ ਖਿਡਾਰੀ, ਛੋਟੇ ਕੱਦ ਦਾ ਔਰ ਸਾਹਮਣੇ ਵੇਖਦਾ ਵੀ ਮਾਰੀ ਪੋਲੀ ਪੱਟ ਤੇ ਥਾਪੀ ਵੇਖਦੇ ਜਾਫੀ, ਉਧਰ ਭੁੱਲਰ ਹੋਣੀ ਸੰਦੀਪ ਭੁੱਲਰ ਵਰਗੇ, ਨਾਲ ਕਾਲਾ ਤੇ ਨਾਲ ਵੇਖਦਾ ਵੀ ਸਿੰਘ ਜੀ ਕਿੰਗ, ਦੁਨੀਆਂ ਦੇ ਵਿੱਚ ਨਾਲ ਕਾਇਮ ਹੈ ਮੇਰੇ ਵੀਰੋ ਸਰਦਾਰਾਂ ਦੇ। ਲਓ ਕਾਲਾ ਇਸ ਵੇਲੇ ਕਰਦਾ ਹੋਇਆ ਦੋ ਹੱਥ, ਵਾਹ ਹੋਇਆ ਨੌਜਵਾਨ, ਨਹੀਂ ਰਿੱਸਾ ਨਹੀਂ ਰਿੱਸਾ। ਉਧਰ ਫਿਰ ਵਿੱਕੀ ਦੀ ਕਬੱਡੀ ਮੈਦਾਨ ਵਿੱਚ ਪੈਣੀ ਹੈ, ਇਹ ਹੈ ਵਿੱਕੀ ਨੌਜਵਾਨ ਗੱਭਰੂ, ਜ਼ਿਲ੍ਹੇ ਫਰੀਦਕੋਟ ਦਾ ਕਹਿੰਦੇ ਪ੍ਰਸਿੱਧ ਹੈ ਮੇਲਾ, ਪ੍ਰਸਿੱਧ ਹੈ ਬਾਬੇ ਫਰੀਦ ਦੇ ਨਾਂ ਤੇ ਭਰਿਆ ਹੋਇਆ ਇਹ ਕਲੱਬ ਮੇਰੇ ਵੀਰੋ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਰੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼, ਗੁਣ ਹੀ ਭਰਿਆ ਮੈਂ ਫਿਰਾਂ। ਭਿੰਡਰ ਤੇ ਬਰੀ ਵਾਲਾ ਦੋਨੇ ਟੀਮਾਂ ਗਰਾਊਂਡ ਵਿੱਚ ਆ ਜਾਣ। ਹੈਲੋ ਬਈ, ਜਿਹੜਾ ਪਹਿਲਾ ਗਰਾਊਂਡ ਹਰੀ ਟੀਮ ਨੂੰ ਹੁਣ ਕਿਰਾਇਆ ਨਹੀਂ ਦਿੱਤਾ ਜਾਊਗਾ, ਐਲਾਨ ਕਰੀਏ ਜੀ ਨਾਜ ਨਾਲ। ਮੈਂ ਪਹਿਲਾਂ ਵੀ ਅਨਾਊਂਸ ਕੀਤਾ ਹੈ ਤੇ ਹੁਣ ਵੀ ਕਰ ਰਿਹਾ ਹੈ, ਇੱਕ ਤਾਂ ਜਿਹੜੀ ਫਸਟ ਸੈਕਿੰਡ ਟੀਮ ਆਵੇਗੀ ਫਾਈਨਲ ਮੈਚ ਦੇ ਵਿੱਚ ਉਹਨੂੰ ਕੋਈ ਵੀ ਕਿਰਾਇਆ ਨਹੀਂ ਦਿੱਤਾ ਜਾਣਾ, ਦੂਸਰਾ ਜਿਹੜੀਆਂ ਟੀਮਾਂ ਪਹਿਲੇ ਰਾਊਂਡ ਦੇ ਵਿੱਚੋਂ ਹਾਰਦੀਆਂ ਨੇ ਉਹਨਾਂ ਨੂੰ ਵੀ ਕੋਈ ਵੀ ਕਿਰਾਇਆ ਜਿਹੜਾ ਨਹੀਂ ਦਿੱਤਾ ਜਾਣਾ। ਲਓ ਕਾਲਾ ਇਸ ਸਮੇਂ ਜੱਫਾ ਲਾਉਣ ਦੀ ਬਿਲਕੁਲ ਤਿਆਰੀ ਵਿੱਚ, ਇੱਕ ਕਹਿੰਦੇ ਮੱਤੇ ਦਾ ਕਾਲਾ, ਇੱਕ ਮੀਆਂ ਬਿੰਡ ਦਾ ਕਾਲਾ, ਇੱਕ ਆ ਕਾਲਾ, ਏ ਵਾਹ ਗੱਭਰੂ ਨਹੀਂ ਰਿੱਸਾ
ਇਧਰ ਸਾਡਾ ਵੀਰ ਬਹੁਤ ਹੀ ਪਿਆਰਾ ਵੀਰ ਸਤਨਾਮ ਡੰਗੋਰ ਮਾਣੇ ਦਾ ਵਿਸ਼ੇ ਤੌਰ ਤੇ ਪੁੱਜਿਆ। ਆਪਾਂ ਜੀਆਂ ਨੂੰ ਆਖਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਇਸ ਨੌਜਵਾਨ ਦੇ ਉੱਪਰ, ਥੋੜੀ ਜਿਹੀ ਚੋਟ ਲੱਗੀ ਸੀ ਸੱਚੇ ਪਾਤਸ਼ਾਹ, ਕਿਸੇ ਵੀ ਖਿਡਾਰੀ ਤੇ ਜਿਹੜੀ ਚੋਟ ਨਾ ਲੱਗੇ, ਲੰਡੇ ਕਹਿੰਦੇ ਜਾਂ ਫਿਰ ਕਹਿ ਦਈਏ ਵੀ ਧੂੜਕੋਟ ਦੇ ਕਬੱਡੀ ਕੱਪ ਦੇ ਇਸ ਨੌਜਵਾਨ ਦੇ ਸੱਟ ਲੱਗੀ ਸੀ। ਬਹੁਤ ਹੀ ਪਿਆਰਾ ਵੀਰ ਕਬੱਡੀ ਦਾ ਖਿਡਾਰੀ ਸਤਨਾਮ ਡੰਗੋਰ ਮਾਣੇ ਦਾ ਸਾਡੇ ਦਰਮਿਆਨ ਪੁੱਜਿਆ। ਲਓ ਇਸ ਵੇਲੇ ਵੇਖਣਾ ਵੀ ਵਿੱਕੀ ਪੁਆਇੰਟ ਲੈ ਕੇ ਵਾਪਸ ਭੱਜਿਆ ਆਉਂਦਾ ਨੌਜਵਾਨ। ਅਗਲੀਆਂ ਟੀਮਾਂ ਭਿੰਡਰ ਵਰਸਜ ਬਰੀ ਵਾਲਾ, ਬਰਗਾੜੀ ਤੇ ਮੜਾਕ, ਡੰਗੋਰ ਮਾਣਾ ਤੇ ਪੰਜ ਗਰਾਈ, ਇਹ ਜਿਹੜੀਆਂ ਟੀਮਾਂ ਜਿੱਥੇ ਵਾਸ ਹੁੰਦੀਆਂ ਨੇ ਗਰਾਊਂਡ ਵਿੱਚ ਪੁੱਜਣਗੀਆਂ। ਹੈ ਵੀਰ ਹਰਿੰਦਰ ਸ਼ਰਮਾ ਜੀ, ਤੁਹਾਡੇ ਵੱਲੋਂ 100 ਰੁਪਈਆ ਮੇਰੇ ਲਈ ਪੁੱਜ ਚੁੱਕਿਆ, ਆਪਾਂ ਧੰਨਵਾਦ ਕਹਿੰਦੇ ਹਾਂ। ਪਰਮਜੀਤ ਮਾਨ ਹੋਣੀ, ਬਹੁਤ ਸਾਰੇ ਜਿਹੜੇ ਮਾਨ ਕਰਦੇ ਨੇ, ਅਮਨ ਸ਼ਰਮਾ ਜੀ। ਲਓ ਇਸ ਵੇਲੇ ਪੀਤਾ ਭਗਤੇ ਵਾਲ, ਭਗਤੇ ਦੀਆਂ ਕਹਿੰਦੇ ਭੂਤਾਂ ਬੜੀਆਂ ਪ੍ਰਸਿੱਧ ਹੈ, ਭਗਤੇ ਦੇ ਕਹਿੰਦੇ ਖੂਹ ਦੀਆਂ ਗੱਲਾਂ ਹੁੰਦੀਆਂ ਨੇ ਕਿ ਮਾਰ ਸੋਹਣੇ ਕੈਂਜੀ ਰੇਡਰ ਸੁੱਕਾ ਜਾਵੇ ਨਾ। ਭਗਤੇ ਦੀ ਟੀਮ ਦੇ ਖਿਡਾਰੀ ਸੋਹਣਾ ਖੇਡਦੇ ਨੇ, ਇਹ ਹੈ ਗੁਰਬੀਰ ਸਿੰਘ ਪੀਤਾ ਭਗਤੇ ਵਾਲਾ, ਜਿਹਨੇ ਕਹਿ ਦਈਏ ਭਗਤੇ ਦੀਆਂ ਲਾਈਟਾਂ ਬੜੀਆਂ ਮਸ਼ਹੂਰ ਨੇ, ਜਾਂ ਫਿਰ ਥਰਾਜ ਵਾਲੇ ਸਾਡੇ ਵੀਰ ਪੁੱਜੇ ਨੇ ਅੱਜ ਵਿਸ਼ੇ ਤੌਰ ਤੇ ਲਾਈਟਾਂ ਦਾ ਚਾਨਣ ਜਿਹੜਾ, ਕੀੜੀ ਦਿਸੂਗੀ ਕੀੜੀ ਤੁਰੇ ਜਾਂਦੇ ਨੂੰ। ਲਓ ਮੁੰਡਾ ਇਸ ਵੇਲੇ ਇਸ ਨੇ ਮੋਟੂ ਕਬੱਡੀ ਪਾਉਂਦਾ ਹੋਇਆ, ਲੈ ਵੀ ਗਿਆਨੀ ਵਾਹ ਮੇਰੀ ਸਮਾਰੋ ਤਾੜੀ, ਸਿੰਘ ਡਰਦੇ ਨੀ, ਸਿੰਘ ਹਰਦੇ ਨੀ, ਸਿੰਘ ਝੁਕਦੇ ਨੀ, ਉਹ ਸਿੰਘ ਰੁਕਦੇ ਨੀ, ਤਾਂ ਹੀ ਤਾਂ ਮੁੱਲ ਪੈਂਦੇ ਆ ਸਰਜੀਤ ਸਿਆ ਇਹਨਾਂ ਦੀਆਂ ਦਸਤਾਰਾਂ ਦੇ। ਅਫਗਾਨਿਸਤਾਨ ਵਿੱਚ ਵੇਖ ਲਵੋ ਕਬਜ਼ੇ ਕੀਤੇ ਆ ਸਿੰਘ ਸਰਦਾਰਾਂ ਨੇ, ਜਾਂ ਅਫਗਾਨਿਸਤਾਨ ਵਿੱਚ ਵੇਖ ਲਵੋ ਜਾ ਕੇ ਕਹਿੰਦੇ ਕਬਜ਼ੇ ਕੀਤੇ ਹੋਏ ਆ। ਇਸ ਮੁੰਡੇ ਦੇ ਨਾਂ ਤੇ ਤਾੜੀ ਮਾਰ ਦਿਓ, 6 ਸਿਲੰਡਰ ਦੀ ਗੱਡੀ ਰੋਕੀ ਆ, ਚੱਲ ਵੀ ਜਵਾਨਾ। ਲੋ ਪੀਤਾ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਲਈ। ਵਿੱਕੀ ਦੀ ਅਗਲੀ ਕਬੱਡੀ ਦੇ ਨਾਲ ਆਪਾਂ ਫਿਰ ਜੁੜਦੇ ਹਾਂ। ਇੱਧਰ ਕਾਲੇ ਉਣੀ ਲੋ ਇਸ ਵੇਲੇ ਦੇਖਦਾ ਵੀ ਵਿੱਕੀ ਦੀ ਪੈਂਦੀ ਹੋਈ ਕਬੱਡੀ। ਖੇਡ ਮੈਦਾਨ ਵਿੱਚ ਕਾਲਾ ਪੂਰਾ ਤਕੜਾ ਜਾਫੀ ਹੈ, ਬੜਾ ਤਜਰਬੇਕਾਰ ਜਾਫੀ ਇਸ ਵੇਲੇ ਲਾਉਂਦਾ ਹੋਇਆ ਜੱਫਾ, ਫਰੀਦਕੋਟ ਦੇ ਲਈ ਵੱਡਾ ਮਾਣ ਹੈ ਬਾਬੇ ਫਰੀਦ ਦੀ ਧਰਤੀ। ਚੱਲ ਵੇ ਨੌਜਵਾਨ ਆਪਾਂ ਕਬੱਡੀ, ਇਸ ਸਮੇਂ ਵੱਖਰੇ ਜੇ ਸਰੀਰ ਵਾਲਾ, ਪਤਲੀ ਜੀ ਦਿੱਖ ਵਾਲਾ, ਉਧਰ ਸਾਡੇ ਗੁਰਲਾਲ ਸਿੰਘ ਜੀ ਖੱਚੜ, ਨਾਲ ਸੁਰਜੀਤ ਸਿੰਘ ਜੀ ਲੋਹਗੜ ਵਾਲੇ, ਬਹੁਤ ਸਾਰਾ ਮਾਣ ਪਿਆਰ ਭੇਜਦੇ ਨੇ, ਅਸੀਂ ਧੰਨਵਾਦੀ ਆ। ਨਾਲ ਜਸਕਰਨ ਮਨੀਲਾ ਜੀ, ਨਾਲ ਮੇਰਾ ਵੀਰ ਰਮਨ ਮਨੀਲਾ ਜੀ, ਨਾਲ ਸਾਡੇ ਸਤਿਕਾਰਯੋਗ ਵੀਰ ਖੁਸ਼ ਹੋਣੀ ਮਨੀ ਹੋਣੀ, ਆਸਟ੍ਰੇਲੀਆ ਦੇ ਵਿੱਚ ਬੈਠੇ ਮੈਚਾਂ ਦਾ ਆਨੰਦ ਮਾਣਦੇ ਨੇ, ਇਹਨਾਂ ਭਰਾਵਾਂ ਦਾ ਵੀ ਧੰਨਵਾਦ। ਲੈ ਵੀ ਗੋਪੀ, ਇੱਕ ਕਹਿੰਦੇ ਫਰੰਦੀਪੁਰੀ ਆ ਪ੍ਰਸਿੱਧ ਹੈ ਦੁਨੀਆਂ ਦੇ ਵਿੱਚ, ਚੜ੍ਹਦਾ ਹੀ ਅੱਟ ਦੀ ਨੌਜਵਾਨ ਦੀ, ਪਰ ਇਧਰਲੇ ਪਾਸੇ ਉਹੀ ਗੋਪੀ ਪਰਲੀ ਕੰਨੀ ਤੇ ਹੈ। ਲਓ ਫੇਰ ਪੈ ਗਿਆ ਪੇਚਾ, ਫੇਰ ਪੈ ਗਿਆ ਪੇਚਾ, ਪੈ ਗਿਆ ਪੇਚਾ, ਸਵਾਦ ਆਜੂਗਾ ਮੇਰੇ ਪੰਜਾਬੀ ਵੀਰਿਓ। ਲੱਗ ਗਿਆ ਜੱਫਾ, ਲੱਗ ਗਿਆ ਜੱਫਾ, ਇਹ ਹੈ ਸੰਦੀਪ ਭੁੱਲਰ ਜਿਹਨੇ ਜੱਫਾ ਲਾਇਆ ਖੇਡ ਮੈਦਾਨ ਦੇ ਵਿੱਚ, ਸੰਦੀਪ ਦੇ ਨਾਂ ਨਾਲ ਪ੍ਰਸਿੱਧ। ਅਗਲਾ ਮੈਚ ਜਿਹੜਾ ਖੇਡਿਆ ਜਾਣਾ ਹੈ ਬਰੀਵਾਲ ਤੇ ਭਿੰਡਰ, ਬਰੀਵਾਲ ਦੀ ਟੀਮ ਆ ਗਈ ਵੀਰੇ, ਭਿੰਡਰਾਂ ਦੇ ਖਿਡਾਰੀ ਜਿਹੜੇ ਜਿੱਥੇ ਵਾਸ ਹੁੰਦੇ ਆ ਗਰਾਊਂਡਾਂ ਦੇ ਵਿੱਚ ਪੁੱਜਣਗੇ, ਭਿੰਡਰਾਂ ਦੀ ਟੀਮ ਜਿੱਥੇ ਵਾਸ ਹੁੰਦੀ ਹੈ। ਉਧਰ ਪੀਤੇ ਨੇ ਫਿਰ ਕਬੱਡੀ ਪਾ ਦਿੱਤੀ, ਤੂੜ ਦੇ ਮਨੀ ਤੂੜ ਦੇ ਵੀ ਫੈਸਲੇ ਹੋਣੇ ਹੈ ਅੱਜ ਇਸ ਮੈਦਾਨ ਦੇ ਵਿੱਚ, ਸਾਡਾ ਵੀਰ ਵਿਸ਼ੇ ਤੌਰ ਤੇ ਪੁੱਜਿਆ। ਗੱਲਬ ਦਾ ਬਿੱਲਾ, ਤੂੜ ਦਾ ਮਨੀ, ਉਧਰ ਜੈਤੋਂ ਦਾ ਅਸ਼ੋਕ ਸ਼ਰਮਾ ਕਹਿੰਦਾ ਵੀ ਪੁਆਇੰਟ ਜਿਹੜਾ ਰੇਡਰ ਨੂੰ ਮਿਲ ਗਿਆ, ਕਿਉਂਕਿ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ, ਬੱਲੇ ਹੋਏ ਚਲਾਕ ਸੱਜਣਾ, ਬੱਲੇ ਹੋਏ ਚਲਾਕ ਸੱਜਣਾ। ਉਧਰ ਜਸਕਰਨ ਮਨੀਲਾ ਜੀ, ਮੇਰੀ ਜ਼ਿੰਦਗੀ ਦਾ ਬਹੁਤ ਹੀ ਪਿਆਰਾ ਵੀਰ ਸੰਦੀਪ ਭੁੱਲਰ, ਕੋਸ਼ਿਸ਼ ਕਰਦਾ ਹੋਇਆ ਵਿੱਕੀ ਨੂੰ ਜੱਫਾ ਲਾਉਣ ਦੀ, ਬਿਲੇ ਪਿੰਡ ਦੇ ਵਿੱਕੀ ਨੂੰ ਨਹੀਂ ਜੱਫਾ ਲੱਗਿਆ ਪੁਆਇੰਟ ਜਿਹੜਾ ਰੇਡਰ ਦਾ, ਇਸ ਵੇਲੇ ਅੰਕ ਜਿਹੜਾ ਰੇਡਰ ਦਾ। ਮੈਂ ਬੇਨਤੀ ਕਰੂੰਗਾ ਜਿੰਨੇ ਵੀ ਖਿਡਾਰੀ ਇੱਥੇ ਖੇਡਣ ਦੇ ਵਾਸਤੇ ਪੁੱਜੇ ਨੇ ਓਪਨ ਭਾਰ ਦੇ, ਇਧਰਲੇ ਹੱਥ ਟਰਾਲੀ ਦੇ ਕੋਲੇ ਬੇਟ ਗਰੂ ਬਣਿਆ, ਉਧਰਲੇ ਪਾਸੇ ਜਾ ਕੇ ਖੜ ਜਾਣ, ਕਿਉਂਕਿ ਸਾਡੇ ਸਟੇਜ ਦੇ ਸਾਹਮਣੇ ਕੋਈ ਵੀ ਵੀਰ ਨਾ ਖੜੇ, ਸਾਡੇ ਮਹਿਮਾਨ ਜਿਹੜੇ ਉਹਨਾਂ ਨੂੰ ਉਡੀਕਾ ਲੱਗਦਾ, ਮੈਚ ਦੇਖਣ ਦਾ ਨਜ਼ਾਰਾ ਨਹੀਂ ਆਉਣਾ। ਇਹ ਬੇਨਤੀ ਹੈ ਸਾਡੇ ਕਬੱਡੀ ਦੇ ਖਿਡਾਰੀਆਂ ਨੂੰ। ਉਧਰ ਪੀਤਾ ਫਿਰ ਪੁਆਇੰਟ ਲੈ ਕੇ ਵਾਪਸ, ਚੱਲ ਵੀ ਜਵਾਨਾ ਪਾ ਦੇ ਕਬੱਡੀ। ਲੈ ਗੋਰੇ ਦੀ ਕਬੱਡੀ ਪੈ ਗਈ ਹੈ, ਆਉਂਦਾ ਇਹ ਖਿਡਾਰੀ ਹੁਣ ਧੂੜਾ ਪੱਟਦਾ, ਕਹਿੰਦੇ ਪਿੰਡ ਬੀਲਾ
ਤੇ ਗੋਰਾ ਨਾ ਜੱਟਦਾ ਹੁਣ ਵੇਖੋ ਹੱਥ ਕਿਹਨੂੰ ਲਾਵੇਗਾ ਦੇਖਣਾ ਵੀ ਪੁਆਇੰਟ ਹੁਣ ਲੈ ਕੇ ਆਵੇਗਾ ਜਾਂ ਫਿਰ ਦੇ ਕੇ ਆਵੇਗਾ ਇਹ ਹੈ ਗੋਰਾ ਉਧਰੋਂ ਕਾਲਾ ਕਹਿੰਦਾ ਮੈਨੂੰ ਛੱਡੋ ਮੈਂ ਲਾਵਾਂਗਾ ਜੱਫਾ ਜੇ ਤੇ ਮੈਚ ਵਧੀਆ ਲੱਗਿਆ ਬਾਈ ਤਾੜੀ ਤੁਸੀਂ ਆਪੇ ਹੀ ਮਾਰ ਦਿਆ ਕਰੋ ਕਿਉਂਕਿ ਸਤਿਕਾਰਯੋਗ ਦਰਸ਼ਕ ਵੀ ਰੱਬ ਦਾ ਰੂਪ ਹੈ ਕਿਹੜੀ ਜੱਤ ਗਈ ਯਾਰ ਇਹਦੇ ਵਿੱਚੋਂ ਜਗਪਾਲ ਸਾਡਾ ਵੀਰ ਇਸ਼ਾਰਾ ਕਰੇ ਸਕੋਰਾ ਵਾਲਾ ਵੀਰ ਪਾਲ ਕਿਹੜੀ ਟੀਮ ਜਿੱਤ ਗਈ ਬਾਈ ਬਾਬਾ ਫਰੀਦ ਕਬੱਡੀ ਕਲੱਬ ਦੀ ਟੀਮ ਜਿਹੜੀ ਜੇਤੂ ਰਹੀ ਸੀ ਫਰੀਦਕੋਟ ਬਾਬਾ ਫਰੀਦ ਬਰੀ ਵਾਲਾ ਵਰਸਜ ਭਿੰਡਰ ਆਸਾ ਬੁੱਟਰ ਦਾ ਜਸਵਿੰਦਰ ਮੇਰਾ ਵੀਰ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਉਹ ਅਗਲੀਆਂ ਸਵਾਵਾਂ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਜਾਵੇ ਜਸਵਿੰਦਰ ਆਸਾ ਬੁੱਟਰ ਦਾ ਬਹੁਤ ਹੀ ਸਤਿਕਾਰਯੋਗ ਵੀਰ ਭਿੰਡਰ ਤੇ ਬਰੀ ਵਾਲੇ ਦਾ ਮੈਚ ਹੈ ਜੀ ਹੁਣ ਬਰਗਾੜੀ ਤੇ ਮੜਾਕ ਡੱਗੋ ਰੁਮਾਣਾ ਤੇ ਪੰਜ ਗਰਾਈ ਭਿੰਡਰਾਂ ਦੀ ਟੀਮ ਆ ਗਈ ਜੇ ਨਹੀਂ ਆਈ ਤਾਂ ਅਸੀਂ ਸਕ੍ਰੈਚ ਕਰ ਦੇਵਾਂਗੇ ਭਿੰਡਰਾਂ ਦੀ ਟੀਮ ਜਿੱਥੇ ਵੀ ਵਾਸ ਹੁੰਦੀ ਹੈ ਉਧਰ ਜਸਕਰਨ ਮਨੀਲਾ ਜੀ ਨਾਲ ਸਾਡਾ ਵੀਰ ਰਮਨ ਮਨੀਲਾ ਚਰਨਪ੍ਰੀਤ ਨਾਲ ਗੁਰਪ੍ਰੀਤ ਕੈਨੇਡਾ ਨਾਲ ਵੱਡਾ ਵੀਰ ਸੁੱਖ ਤੇ ਖੁਸ਼ ਆਸਟ੍ਰੇਲੀਆ ਮਨੀ ਆਸਟ੍ਰੇਲੀਆ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਭਰਾ ਖੁਸ਼ ਬਰਾੜ ਧੂੜਕੋਟ ਮਨੀ ਸੇਖੋਂ ਜਸਕਰਨ ਮਨੀਲਾ ਨਾਲ ਰਮਨ ਬਰਾੜ ਗੋਪੀ ਗਿੱਲ ਮਨੀਲਾ ਰਣਜੀਤ ਬਰਾੜ ਆਸਟ੍ਰੇਲੀਆ ਅਮਨ ਸੰਧੂ ਨਾਲ ਹੀ ਦਿਲਬਾਗ ਸ਼ਰਮਾ ਕੈਨੇਡਾ ਪ੍ਰਦੀਪ ਸ਼ਰਮਾ ਕੈਨੇਡਾ ਰਮਾ ਕੈਨੇਡਾ ਇੰਦਰਜੀਤ ਬਰਾੜ ਮਨੀਲਾ ਧਰਵਿੰਦਰ ਬਰਾੜ ਅਯਾ ਸਪੋਰਟਸ ਕਬੱਡੀ ਕਲੱਬ ਦੇ ਜਿਹੜੇ ਪ੍ਰਧਾਨ ਹੈ ਬੇਅੰਤ ਸਰਦਾਰ ਸਾਡਾ ਵੀਰ ਬਰਾੜ ਸਾਹਿਬ ਪਾਲ ਸੰਧੂ ਜੀ ਮੀਤ ਪ੍ਰਧਾਨ ਹੈ ਪਰਮਜੀਤ ਮਾਨ ਹੋਣੀ ਨਾਲ ਅਮਰੀਕ ਬਾਠ ਵਰਗੇ ਅਰਸ਼ਵੀਰ ਬਰਾੜ ਨਾਲ ਹੀ ਬੀਬੀ ਮਨਜੀਤ ਕੌਰ ਜੀ ਸੇਵਕ ਸਰਪੰਚ ਜੀ ਸੁਖਦੇਵ ਸਿੰਘ ਜੀ ਹਰਿੰਦਰ ਸ਼ਰਮਾ ਸਾਡੇ ਪੰਚਾਇਤ ਮੈਂਬਰ ਨੇ ਸੁਖੀ ਬਰਾੜ ਜੀ ਨਾਲ ਸਾਡਾ ਸਵਰਨਜੀਤ ਸਿੰਘ ਮਾਨ ਤੇ ਖੁਸ਼ਕੀਰਤ ਬਰਾੜ ਹੋਣੀ ਅਸੀਂ ਫਿਰ ਤੋਂ ਜਿਹਨਾਂ ਦੇ ਵੱਡੇ ਯੋਗਦਾਨ ਹੈ ਬਾਅਦ ਵਿੱਚ ਥੋੜਾ ਜਿਹਾ ਜਿਹੜਾ ਅਨਾਊਂਸ ਕਰਾਂਗੇ ਅਸੀਂ ਇਹਨਾਂ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਹੁਣ ਮੈਚ ਵੀ ਚੱਲਦੇ ਨੇ ਇਹਨਾਂ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਨਾ ਹੈ ਲਓ ਆਪਾਂ ਵੇਖੀਏ ਵੀ ਹੁਣ ਜਿਹੜਾ ਮੈਚ ਹੈ ਇੱਕ ਪਾਸੇ ਤਾਜਾ ਪੁੱਜ ਗਿਆ ਕਹਿੰਦੇ ਮੋਠੇ ਨੇ ਤਕੜੀ ਕਬੱਡੀ ਖੇਡੀ ਸਰਪੰਚ ਨੇ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ ਇੱਕ ਤਾਜਾ ਕਾਲੇ ਸਿੰਘਾਂ ਦਾ ਲੈ ਵੀ ਬਾਈ ਭਿੰਡਰਾਂ ਦੀ ਟੀਮ ਦੱਸ ਦਿਓ ਕਿਹੜੇ ਪਾਸੇ ਖੇਡਦੀ ਹੈ ਦੇਖੀਏ ਵੀ ਪਹਿਲੀ ਕਬੱਡੀ ਮੈਦਾਨ ਦੇ ਵਿੱਚ ਬਰੀ ਵਾਲਾ ਪਿੰਡ ਪ੍ਰਸਿੱਧ ਪਿੰਡ ਹੈ ਭਾਵੇਂ ਭਿੰਦੇ ਨੇ ਮਸ਼ਹੂਰ ਕੀਤਾ ਬਰੀ ਵਾਲ ਨੂੰ ਪਰ ਆਹ ਖਿਡਾਰੀ ਕਹਿੰਦੇ ਚੀਨੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਧਰ ਵੇਖਦਾ ਵੀ ਜੱਗਾ ਭਿੰਡਰਾਂ ਵਾਲਾ ਇੱਕ ਜੱਗਾ ਖੱਬਿਆਂ ਦੇ ਨਾਂ ਦਾ ਜਾਣਿਆ ਜਾਂਦਾ ਸੀ ਜ਼ਿਲ੍ਹੇ ਮੋਗੇ ਦਾ ਭਿੰਡਰ ਪਿੰਡ ਪਰ ਚੀਨੀ ਦੇ ਲਈ ਤਾੜੀ ਜ਼ਰੂਰ ਮਾਰ ਦਿਓ ਤਾੜੀ ਮਾਰ ਦਿਓ ਇਹ ਹੈ ਚੀਨੀ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਲਈ ਚੱਲ ਤਾਜਿਆ ਪਾ ਕਬੱਡੀ ਨੌਜਵਾਨ ਕਹਿੰਦੇ ਬਾਜੇ ਦਾ ਛੋਟਾ ਵੀਰ ਹੈ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਬਾਜੇ ਦਾ ਛੋਟਾ ਵੀਰ ਪਹਿਲਾਂ ਜਿਹੜੇ ਮੁੰਡੇ ਨੇ ਕਬੱਡੀ ਪਾਈ ਸੀ ਉਹਦਾ ਨਾਂ ਤਾਂ ਹੀਰਾ ਆਪਾਂ ਚੀਨੀ ਕਵਾਂਗੇ ਲਓ ਮੁੰਡਾ ਇਸ ਸਮੇਂ ਤਾਜਾ ਕਬੱਡੀ ਪਾਉਂਦਾ ਕਹਿੰਦੇ ਘੁਮਿਆਰਾ ਪਿੰਡ ਪ੍ਰਸਿੱਧ ਪਿੰਡ ਹੈ ਭਾਵੇਂ ਮੋਠੇ ਦੀ ਗੱਲ ਹੈ ਜਾਂ ਬਾਜੇ ਦੀ ਗੱਲ ਹੈ ਲਓ ਬਾਜੇ ਦਾ ਛੋਟਾ ਵੀਰ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਤਾਜਾ 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 ਪੁਆਇੰਟ ਤਾਜੇ ਦਾ ਇਸ ਵੇਲੇ ਅੱਗ ਜਿਹੜਾ ਰੇਡਰ ਦਾ ਲੈ ਵੀ ਜਸਵਿੰਦਰ ਕਰ ਬਾਈ ਅਗਲੀ ਗੱਲ ਇਹਨਾਂ ਨੌਜਵਾਨਾਂ ਦੀ ਵਾਹਿਗੁਰੂ ਚੜ੍ਹਦੀ ਜਰਾਬ ਵਾਂਗ ਫੀਮ ਵਾਂਗ ਲੈਂਦੀ ਏ ਤੁਰੇ ਭਲਵਾਨ ਵਾਂਗ ਸਾਂਢ ਵਾਂਗ ਖੈਂਦੀ ਏ ਐਵੇਂ ਨੀ ਸਿਆਣੇ ਸੱਚ ਆਖਦੇ ਜਨਾਬ ਨੀ ਵਾਹ ਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਜਵਾਨੀ ਦੀ ਤਹਿਲੀਜ਼ ਤੇ ਕਦਮ ਰੱਖ ਕੇ ਇਹਨਾਂ ਨਾਲ ਉਹਨਾਂ ਨੇ ਕਬੱਡੀ ਦੇ ਖੇਤਰ ਦੇ ਵਿੱਚ ਕੁੱਦਣ ਦੀ ਗੱਲ ਕੀਤੀ ਤਾਂ ਕਹਿੰਦੇ ਨੇ ਆਲੇ ਦਰਜੇ ਦੀ ਕਬੱਡੀ ਦੇ ਖਿਡਾਰੀ ਬਣ ਬੈਠੇ ਰਮਨ ਕਟਾਰੀਆ ਜੀ ਕੋਟਕਪੂਰੇ
ਖੇਤਰ ਤੇ ਪੁੱਜੇ ਨੇ ਆੜਤੀਆ ਰਮਨ ਕਟਾਰੀਆ ਜੀ ਆੜਤੀਆ ਸਾਹਿਬ ਖੇਤਰ ਤੇ ਪੁੱਜੇ ਨੇ ਵੱਡਾ ਧੰਨਵਾਦ ਹੈ ਜਵਾਨੀ ਦੀ ਦਹਿਲੀ ਤੇ ਖਿਡਾਰੀ ਬਣ ਬੈਠੇ ਕਹਿੰਦੇ ਨੇ ਵੀ ਸ਼ੌਹਰਤਾਂ ਕਈਆਂ ਖਿਡਾਰੀਆਂ ਦੇ ਕਦਮ ਚੁੰਮਦੀਆਂ ਨੇ ਔਰ ਜਦੋਂ ਸ਼ੌਹਰਤਾਂ ਮਿਲ ਜਾਣ ਉਹਨਾਂ ਨੂੰ ਨਜ਼ਰਾਂ ਲੱਗ ਜਾਂਦੀਆਂ ਨੇ ਔਰ ਨਜ਼ਰਾਂ ਉਸੇ ਤਰ੍ਹਾਂ ਦੀ ਨਜ਼ਰ ਲੱਗੀ ਸਾਡੇ ਵਿੱਚ ਬਿਰਾਜਮਾਨ ਹੈ ਸਤਨਾਮ ਦੱਗੋ ਰਮਾਣੇ ਦੀ ਧਰਤੀ ਦਾ ਮੇਰਾ ਛੋਟਾ ਵੀਰ ਹੈ ਬਾਪੂ ਨਰਸਿੰਘ ਦਾ ਪੋਤਰਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਕਿ ਦੁਨੀਆ ਕਹਿੰਦੇ ਨੇ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ 17 ਦੇ ਵਿੱਚੋਂ ਇੱਕ ਨਾਂ ਹੈ ਦੁਨੀਆ ਸਤਿਕਾਰ ਦਿੰਦੀ ਹੈ ਪੂਰੇ ਪੰਜਾਬ ਦੇ ਕਬੱਡੀ ਕੱਪਾਂ ਦੇ ਉੱਤੇ ਜਿਹਨੂੰ ਦੇਖਣ ਨੂੰ ਜਿਵੇਂ ਕਹਿੰਦੇ ਨੇ ਜਿਹਦੀ ਇੱਕ ਝਲਕ ਦੇਖਣ ਨੂੰ ਦੁਨੀਆ ਅਸ਼ ਅਸ਼ ਕਰ ਉੱਠਦੀ ਹੈ ਉਹ ਸਾਡੇ ਵਿਚਕਾਰ ਪੁੱਜਿਆ ਹੋਇਆ ਭਾਵੇਂ ਕੁਝ ਸਮੇਂ ਪਹਿਲਾਂ ਸੋ 12 ਤਰੀਕ ਨੇ 12 ਕਹਿ ਲਈਏ ਤਰੀਕ ਨੂੰ ਧੂੜਕੁੱਟ ਰਣਸੀਂਹ ਦੇ ਖੇਡ ਮੇਲੇ ਦੇ ਉੱਤੇ ਚੋਟ ਲੱਗੀ ਇਹਨਾਂ ਗਰਾਊਂਡਾਂ ਤੋਂ ਕੁਝ ਸਮੇਂ ਦੇ ਲਈ ਦੂਰ ਹੋਇਆ ਇੱਕ ਅਰਦਾਸ ਕਰੀਏ ਕਿ ਫਿਰ ਮੈਦਾਨਾਂ ਦੇ ਵਿੱਚ ਆਵੇ ਸਾਡਾ ਵੀਰ ਸਤਨਾਮ ਜੀ ਫਿਰ ਮੈਦਾਨ ਦੇ ਵਿੱਚ ਆ ਜਾਵੇ ਤੇ ਅਰਦਾਸ ਹੈ ਮੇਰੀ ਪਰਮਾਤਮਾ ਦੇ ਅੱਗੇ ਜਦੋਂ ਵੀ ਲਫ਼ਜ਼ਾਂ ਦੀ ਬਲੀ ਸ਼ੁਰੂ ਕਰਦਾ ਮੈਂ ਪਹਿਲਾਂ ਹੀ ਜ਼ਿਕਰ ਕਰਦਾ ਕਿ ਮੇਰਾ ਯਾਰ ਮੇਰਾ ਪਿਆਰਾ ਵੀਰ ਮੈਦਾਨਾਂ ਦੇ ਵਿੱਚ ਫਿਰ ਕੁੱਦੇ ਸਤਨਾਮ ਦੱਗੋ ਰਮਾਣੇ ਦੀ ਧਰਤੀ ਦਾ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਮੰਚ ਦੇ ਉੱਤੇ ਪਹੁੰਚਿਆ ਹੋਇਆ ਉਹਦਾ ਧੰਨਵਾਦ ਹੈ ਚੱਲ ਨਾਜੁਨ ਕਿ ਚੰਗਾ ਭਲਾ ਸੀਗਾ ਮੁੰਡਾ ਖੇਡਦਾ ਤੇ ਮੱਲਦਾ ਨੀ ਮੇਰੇ ਨਾਲ ਬੁਲਾਇਆ ਨਾ ਬੋਲੇ ਭਾਬੀ ਕੱਲ ਦਾ ਜਿਹਦੇ ਨਾਨਾ ਨੇ ਉਡਾ ਤੀਆਂ ਧੱਜੀਆਂ ਨੀ ਕਬੱਡੀ ਖੇਡਦੇ ਨੂੰ ਨਜ਼ਰਾਂ ਹੀ ਲੱਗੀਆਂ ਨੀ ਕਬੱਡੀ ਖੇਡਦੇ ਨੂੰ ਨਜ਼ਰਾਂ ਹੀ ਲੱਗੀਆਂ ਨੀ ਇਧਰਲੇ ਪਾਸੇ ਘੁਮਿਆਰਾ ਪਿੰਡ ਹੈ ਬਾਜੇ ਦਾ ਛੋਟਾ ਵੀਰ ਤਾਜਾ ਤੇ ਬਰੀ ਵਾਲੇ ਦੀ ਧਰਤੀ ਦਾ ਲਵਲੀ ਲਵਲੀ ਸਿਆ ਨਾਜੁਨਾ ਬਰੀ ਵਾਲੇ ਦਾ ਨਾਂ ਉੱਚਾ ਕਰੇਗਾ ਕਹਿੰਦੇ ਨੇ ਜ਼ੋਰ ਤੇ ਜਵਾਨੀ ਪਿੜਦੀ ਹੈ ਨਾਜੁਨਾ ਵੀ ਫੈਸਲੇ ਰੈਫਰੀ ਦੇ ਅੰਤਮ ਨੇ ਪੁਆਇੰਟ ਚਾਫੀ ਦੇ ਖਾਤੇ ਡਿਕਲੇਅਰ ਹੋ ਚੁੱਕਿਆ ਹੈ ਇਹਨੂੰ ਕਹਿੰਦੇ ਆ ਫੰਨੇ ਖਾਂ ਪੁਆਇੰਟ ਕਹਿੰਦੇ ਨੇ ਫੰਨੇ ਖਾਂ ਐਨ ਅੜੀਅਲ ਸਾਨ ਵਾਂਗੂ ਡੱਟ ਕੇ ਪੁਆਇੰਟ ਲੈਣਾ ਰੈਫਰੀ ਦੇ ਫੈਸਲੇ ਅਟਲ ਨੇ ਜੇ ਮਿੱਟੀ ਉੱਡ ਕੇ ਪਾਲੇ ਤੋਂ ਬਾਹਰ ਆ ਜਾਵੇ ਤਾਂ ਮਤਲਬ ਪੁਆਇੰਟ ਵਿਰੋਧੀ ਦਾ ਨਹੀਂ ਪੁਆਇੰਟ ਜਾਫੀ ਦਾ ਹੋਵੇਗਾ ਕਿਉਂਕਿ ਮਿੱਟੀ ਉੱਡ ਕੇ ਆਈ ਸੀ ਨੌਜਵਾਨ ਨੂੰ ਬਹੁਤ ਹੀ ਚੋਟੀ ਦਾ ਪੁਆਇੰਟ ਪਿੰਡਰ ਤੇ ਬਰੀ ਵਾਲਾ ਹੋ ਗਿਆ ਸਵੇਰਾ ਸ਼ਿਪੀ ਰੈਨ ਮਿੱਤਰੋ ਓਏ ਹੋ ਗਿਆ ਸਵੇਰਾ ਕਹਿੰਦਾ ਟਲੀ ਰੈਨ ਮਿੱਤਰੋ ਜੱਟ ਭਿੰਦੇ ਦੀ ਕਬੱਡੀ ਦਾ ਫੈਨ ਮਿੱਤਰੋ ਜੱਟ ਭਿੰਦੇ ਦੀ ਕਬੱਡੀ ਦਾ ਸੀ ਫੈਨ ਮਿੱਤਰੋ ਬਰੀ ਵਾਲੇ ਦੀ ਧਰਤੀ ਦੇ ਭੁਪਿੰਦਰ ਦੇ ਪਿੰਡ ਦਾ ਆਹ ਨੌਜਵਾਨ ਮੀਤਾ ਬਰੀ ਵਾਲੇ ਪਿੰਡ ਦਾ ਕੌਡੀ ਦੇ ਵਿੱਚ ਅੰਕ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਸੋ ਧੰਨਵਾਦ ਬਾਪੂ ਜੀ ਨਰਸਿੰਘ ਜੀ ਪੁੱਜੇ ਨੇ ਇਹਨਾਂ ਦਾ ਵੱਡਾ ਧੰਨਵਾਦ ਹੈ ਕਿਉਂਕਿ ਖੇਡ ਦੇ ਕਬੱਡੀ ਜਦੋਂ ਚੋਟੀ ਦੇ ਖਿਡਾਰੀ ਨੇ ਖੇਡ ਦੇ ਕਬੱਡੀ ਜਦੋਂ ਚੋਟੀ ਦੇ ਖਿਡਾਰੀ ਨੇ ਉਹਨਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜਦੇ ਨੇ ਬਹੁਤ ਹੀ ਸਤਿਕਾਰ ਦੇ ਯੋਗ ਹੈ ਸਾਡੇ ਬਾਪੂ ਜੀ ਇਹਨਾਂ ਦਾ ਧੰਨਵਾਦ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਧਰ ਮੇਰਾ ਵੀਰ ਸਤਨਾਮ ਮੇਰੀ ਅਰਦਾਸ ਹੈ ਪਰਮਾਤਮਾ ਦੇ ਅੱਗੇ ਕਿ ਛੇਤੀ ਫਿਰ ਮੈਦਾਨਾਂ ਦੇ ਵਿੱਚ ਆ ਜਾਵੇ ਤੇ ਸਾਡੇ ਇਸ ਕਬੱਡੀ ਜਗਤ ਦੇ ਲਈ ਵੱਡਾ ਵਰਦਾਨ ਸਿੱਧ ਹੋ ਜਾਵੇ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਤਾਜ਼ਾ ਘੁਮਿਆਰੇ ਦੀ ਧਰਤੀ ਹੈ ਅੱਜ ਪਿੰਡਰ ਦਾ ਪੁੱਤ ਬਣ ਕੇ ਕਿ ਛੋਟੀ ਉਮਰੇ ਪਾਲ ਲੰਗੋਟੀ ਕੋਤਿਆਂ ਵਿੱਚ ਮੈਦਾਨੀ ਟਾਂਡੀ ਵਾਲਾ ਫਿੱਟੂ ਟਾਲਿਆ ਚੜ ਗਈ ਜਦੋਂ ਜਵਾਨੀ ਤਿੰਨ ਵਾਰੀ ਤਾਂ ਜਾ ਕੇ ਜਿੱਤ ਲਿਆ ਕੱਪ ਟਰਾਂਟੋ ਵਾਲਾ ਐਵੇਂ ਨੀ ਜਰਨੈਲ ਕਹਾਉਂਦਾ ਗਾਜਣ ਦਾ ਕਾਲਾ ਲਵਲੀ ਨੌਜਵਾਨਾਂ ਵੀ ਤੇਰੇ ਕਹਿੰਦੇ ਨੇ ਵੀ ਗੱਲਾਂ ਬਾਤਾਂ ਨੇ ਪੁਆਇੰਟ ਫਿਰ ਜਾਫੀ ਦੇ ਖਾਤੇ ਧਾਕਾ ਦੇ ਕੇ ਬਾਹਰ ਕੱਢ ਦਿੱਤਾ ਹੈ ਸਵਾਦ ਆ ਗਿਆ ਪੰਜਾਬੀ ਮਾਂ ਖੇਡ ਕਬੱਡੀ ਦੇ ਅੰਦਰ ਮੈਚਾਂ ਦਾ ਗੁਰਲਾਲ ਸਿੰਘ ਜੀ ਖੱਚਣਾ ਟਰਾਂਸਪੋਰਟਰ ਤੇ ਸੁਰਜੀਤ ਸਿੰਘ ਜੀ ਵੱਡੇ ਮਾਣ ਸਨਮਾਨ ਦੇ ਰਹੇ ਨੇ ਬੋਲਾਂ ਤੋਂ ਖੁਸ਼ ਹੋ ਕੇ ਸੋ ਧੰਨਵਾਦ ਕਰਦੇ ਹਾਂ ਉਧਰਲੇ ਪਾਸੇ ਹੀਰਾ ਬਹਾਦਰ ਕਹਿੰਦੇ ਨੇ ਜੱਦੀ ਪਿੰਡ ਦਾ ਨੇਪਾਲ ਦੇ ਵਿੱਚ ਹੈ ਕਹਿ ਲਈਏ ਵੀ ਨੇਪਾਲ ਦੇ ਧਨਗੜੀ ਸ਼ਹਿਰ ਤੋਂ ਕੁਝ ਕੁ ਫਰਲਾਂਗ ਦੀ ਦੂਰੀ ਤੇ ਇੱਕ ਛੋਟਾ ਜਿਹਾ ਪਿੰਡ ਹੈ ਹੀਰਾ ਬਹਾਦਰ ਪੂਰਾ ਨਾਂ ਬਰੀ ਵਾਲੇ ਦੇ ਵਿੱਚ ਆ ਕੇ ਰਹਿਣ ਬਸੇਰੇ ਕੀਤੇ ਹੋਏ ਨੇ ਪਰਿਵਾਰ ਦੇ ਜਿਵੇਂ ਕਹਿੰਦੇ ਨੇ ਬਰੀ ਵਾਲੇ ਦਾ ਪੁੱਤ ਦਾ ਜਨਮ ਹੋਇਆ ਔਰ ਪਿਛੋਕੜ ਇਹਨਾਂ ਦਾ ਨੇਪਾਲ ਦੇ ਨਾਲ ਸੰਬੰਧ ਹੈ ਕਠਮੰਡੂ ਦੇ ਬਿਲਕੁਲ ਲਾਗੇ ਤਾਗੇ ਦੀਆਂ ਗੱਲਾਂ ਨੇ ਹੀਰਾ ਬਹਾਦਰ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਲਵਲੀ ਦੇ ਲਈ ਜਸਕਰਨ ਮਨੀਲਾ ਦੇ ਵੱਲੋਂ ਰਮਨ ਮਨੀਲਾ ਦੇ ਵੱਲੋਂ ਲਵਲੀ ਦੇ ਲਈ 100 ਰੁਪਏ ਦੇ ਮਾਨ ਸਨਮਾਨ ਪੁੱਜੇ ਨੇ ਲਵਲੀ ਬਰੀ ਵਾਲੇ ਪਿੰਡ ਦੇ ਲਈ ਜਸਕਰਨ ਮਨੀਲਾ ਰਮਨ ਮਨੀਲਾ ਉਹਨਾਂ ਦੇ ਵੱਲੋਂ 100 ਰੁਪਇਆ ਲਵਲੀ ਬਰੀ ਵਾਲੇ ਦੇ ਲਈ ਔਰ ਫਿਰ ਮੁਕਾਬਲਾ ਸਖਤ ਉਧਰਲੇ ਪਾਸੇ ਵਾਹ ਕਹਿੰਦੇ ਨੇ ਕਬੱਡੀ ਦਾ ਪੁਆਇੰਟ ਇਹ ਜਾਫੀਆਂ ਦਾ ਵਾਹ ਉਧਰਲੇ ਪਾਸੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬੀਤਾ ਬਰੀ ਵਾਲੇ ਪਿੰਡ ਦਾ ਅਗਲਾ ਜਿਹੜਾ ਮੈਚ ਉਹ ਮੈਚ ਕਹਿੰਦੇ ਨੇ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਹੋਵੇਗੀ ਬਗਰਾੜੀ ਤੇ ਮੜਾਕ ਬਗਰਾੜੀ ਤੇ ਮੜਾ ਕੇ ਆਪਣੇ ਆਪ ਨੂੰ ਤਿਆਰ ਕਰਕੇ ਮੈਦਾਨ ਦੇ ਵਿੱਚ ਪੁੱਜੇ ਹਨ
ਉਸ ਤੋਂ ਬਾਅਦ ਦੱਗੋ ਰਮਾਣਾ ਤੇ ਪੰਜ ਗਰਾਈ ਕਲਾ ਨੱਥੂ ਵਾਲਾ ਤੇ ਬਾਦਲ ਨੱਥੂ ਵਾਲਾ ਗਰਭੀ ਤੇ ਬਾਦਲ ਚੱਕ ਫਤਿਹ ਸਿੰਘ ਵਾਲਾ ਤੇ ਕਲਿਆਣ ਸੁੱਖਾ ਧੂੜਕੋਟ ਤੇ ਡੋਲੀ ਭਾਈ ਸੰਤ ਬਾਬਾ ਨਛੱਤਰ ਸਿੰਘ ਪੰਜ ਗਰਾਈ ਕਲਾ ਤੇ ਕੋਟ ਭਾਈ ਜਿਵੇਂ ਕਹਿੰਦੇ ਨੇ ਵੀ ਉਸ ਤੋਂ ਬਾਅਦ ਹਰੀ ਕੇ ਕਲਾਂ ਤੇ ਜਲਾਲ ਕੌਣੀ ਤੇ ਰਾਜੇਣਾ ਜਲਾਲਾ ਬਾਅਦ ਤੇ ਆਜ਼ਾਦ ਕਬੱਡੀ ਕਲੱਬ ਖਾਰਾ ਤੇ ਭਾਈ ਰੂਪਾ ਇਹ ਸਾਰੀਆਂ ਟੀਮਾਂ ਆਪਣੇ ਆਪ ਨੂੰ ਤਿਆਰ ਕਰਕੇ ਮੈਦਾਨਾਂ ਦੇ ਵੱਲ ਪੁੱਜੀਆਂ ਕਹਿੰਦੇ ਨੇ 6-7 ਤੇ 8 ਤਰੀਕ ਨੂੰ ਦਲ ਸਿੰਘ ਵਾਲਾ ਨਜ਼ਦੀਕ ਜੈਤੋ ਮੰਡੀ ਦੇ ਖੇਡ ਮੇਲੇ ਦੀਆਂ ਤਰੀਕਾਂ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਦਲ ਸਿੰਘ ਵਾਲਾ ਦੀ ਧਰਤੀ ਦੇ ਅੰਦਰ 6-7 ਤੇ 8 ਤਰੀਕ ਨੂੰ ਜਿੱਥੇ 43 ਕਿਲੋ 55 ਕਿਲੋ 75 ਕਿਲੋ ਤੇ 65 ਕਿਲੋ ਓਪਨ ਦੇ ਮੁਕਾਬਲੇ ਉੱਥੇ 75 ਕਿਲੋ ਦੇ 7 ਤਰੀਕ ਨੂੰ ਮੁਕਾਬਲੇ ਤੇ 65 ਕਿਲੋ ਦੇ 8 ਤਰੀਕ ਨੂੰ ਮੁਕਾਬਲੇ ਹੋਣਗੇ ਇਹ ਸੰਬੰਧਿਤ ਨੋਟ ਕਰ ਲੈਣ ਕਿ 75 ਕਿਲੋ ਵਰਗ ਦੇ ਜਿਹੜੇ ਮੁਕਾਬਲੇ ਉਹ 7 ਤਰੀਕ ਨੂੰ ਤੇ 65 ਦੇ 8 ਨੂੰ ਕਰਵਾਏ ਜਾਣਗੇ ਹਰਜਿੰਦਰ ਸਿੰਘ ਜੀ ਮਠਾੜੂ ਦੇ ਵੱਲੋਂ ਹੀਰਾ ਬਹਾਦਰ ਦੇ ਲਈ ਮਾਨ ਸਨਮਾਨ ਪੁੱਜਿਆ ਔਰ ਆਹ ਲੈ ਨੌਜਵਾਨਾਂ ਵੀ ਮਾਨ ਸਨਮਾਨ ਆਪਦੇ ਮਾਇਆ ਦੇ ਕੱਫੇ ਮੇਰੇ ਕੋਲੋਂ ਫੜ ਲੈ ਬਰੀ ਵਾਲਾ ਜੇਤੂ ਆ ਜੀ ਪ੍ਰਬੰਧਕ ਨੋਟ ਕਰਨ ਬਰੀ ਵਾਲਾ ਜੇਤੂ ਆ ਸਮਾਜ ਦੇ ਵਿੱਚੋਂ ਆਹ ਹੀਰਾ ਬਹਾਦਰ ਦਾ ਪ੍ਰਾਈਜ਼ ਹੈ ਜਿਹੜਾ ਮੇਰੇ ਕੋਲੇ ਫੜ ਕੇ ਲੈ ਜਿਓ ਹੀਰਾ ਬਹਾਦਰ ਮੜਾਕ ਤੇ ਬਗਰਾੜੀ ਇਹ ਦੋਵੇਂ ਟੀਮਾਂ ਜਿਹੜੀਆਂ ਜਲਦੀ ਪੁੱਜਣ ਬਗਰਾੜੀ ਆ ਗਿਆ ਜੀ ਬਗਰਾੜੀ ਦੀ ਟੀਮ ਪਹੁੰਚ ਗਈ ਹੈ ਮੜਾਕ ਦੀ ਟੀਮ ਪੁੱਜੇ ਬਗਰਾੜੀ ਦੀ ਟੀਮ ਪਹੁੰਚ ਗਈ ਹੈ ਹੀਰਾ ਬਹਾਦਰ ਜੀ ਆਪਣਾ ਮਾਨ ਸਨਮਾਨ ਮੇਰੇ ਕੋਲੋਂ ਪ੍ਰਾਪਤ ਕਰੇ ਹੀਰਾ ਬਹਾਦਰ ਹਰਜਿੰਦਰ ਸਿੰਘ ਮਠਾੜੂ ਸਾਡੇ ਵੱਡੇ ਵੀਰ ਇਸ ਹੀਰਾ ਬਹਾਦਰ ਜੀ ਦੇ ਲਈ ਵੱਡੇ ਮਾਣ ਸਨਮਾਨ ਮਾਇਆ ਦੇ ਗੱਫੇ ਪੁੱਜਦੇ ਕਰ ਰਹੇ ਨੇ ਸੋ ਧੰਨਵਾਦ ਕਹਿੰਦੇ ਨੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੀ ਗੱਲ ਖਮਾਣੋ ਵਾਲੇ ਡੰਕੇ ਵਰਗਾ ਇਹ ਨੌਜਵਾਨ ਕਬੱਡੀ ਦਾ ਵਧੀਆ ਖਿਡਾਰੀ ਇੱਕ ਪਾਸੇ ਕਰਨ ਖਮਾਣੋ ਦੀ ਧਰਤੀ ਦਾ ਬਿਲਕੁਲ ਇਹੋ ਜਿਹੀਆਂ ਗੱਲਾਂ ਬਾਤਾਂ ਨੇ ਉਧਰਲੇ ਪਾਸੇ 6-7 ਤੇ 8 ਤਰੀਕ ਡਲ ਸਿੰਘ ਵਾਲਾ ਦੇ ਕਬੱਡੀ ਮੇਰੇ ਵੀਰੋ ਟੂਰਨਾਮੈਂਟ ਦੀਆਂ ਡੇਟਾਂ ਦੀ ਐਲਾਨ ਤਾਂ ਕਰਦੇ ਨੇ ਕਹਿੰਦੇ ਨੇ ਵੀ 7 ਤਰੀਕ ਨੂੰ ਕਬੱਡੀ 75 8 ਤਰੀਕ ਨੂੰ 65 ਤੇ ਓਪਨ ਦੇ ਫਾਈਨਲ ਹੋਣਗੇ ਸੋ ਉਲਟ ਕੀਤਾ ਕਹਿੰਦੇ ਨੇ ਵੀ 70 ਦੇ ਜਿਹੜੇ 8 ਤਰੀਕ ਨੂੰ ਨਹੀਂ ਉਹਦੇ 7 ਤਰੀਕ ਨੂੰ ਫਾਈਨਲ ਮੈਚ ਹੋਣਗੇ ਪਰ 65 ਕਿਲੋ ਜਿਹੜੀ ਉਹ 8 ਤਰੀਕ ਨੂੰ ਖੜਾਈ ਜਾਵੇਗੀ ਇਹ ਜਿਹੜੇ ਖਿਡਾਰੀ ਨੋਟ ਕਰ ਲੈਣ ਮੁਕਾਬਲਾ ਬਗਰਾੜੀ ਤੇ ਮੜਾਕ ਦੀਆਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਵਾਕਈ ਕਹਿੰਦੇ ਨੇ ਦੱਗੋ ਰਮਾਣਾ ਤੇ ਪੰਜ ਗਰਾਈ ਕਲਾਂ ਇਹ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ ਦੇ ਨੇੜੇ ਪੁੱਜਣ ਦੱਗੋ ਰਮਾਣਾ ਤੇ ਪੰਜ ਗਰਾਈ ਕਲਾਂ ਬਾਈ ਵਾਹ ਉਧਰਲੇ ਪਾਸੇ ਸਾਨੂੰ ਪਤਾ ਲੱਗਿਆ ਕਹਿੰਦੇ ਨੇ ਪੰਜ ਗਰਾਈ ਕਲਾਂ ਤੇ ਜੇ ਡੱਗੋ ਰਮਾਣੇ ਦੇ ਮੈਚ ਦਾ ਜੇ ਸਮਾਂ ਵੱਧ ਜਾਵੇ ਤਾਂ ਸਵਾਦ ਆ ਜਾਊਗਾ ਵਾਹ ਪੰਜਾਬ ਜੋ ਪੰਜ ਗਰਾਈ ਕਲਾਂ ਜਿਵੇਂ ਕਹਿੰਦੇ ਨੇ ਪੰਜ ਗਰਾਈ ਕਲਾਂ ਤੇ ਦੱਗੋ ਰਮਾਣੇ ਦਾ ਮੈਚ ਹੋਣਾ ਸਾਰ ਰੋਕ ਕੇ ਦੇਖਣ ਵਾਲਾ ਇਸ ਤੋਂ ਅਗਲਾ ਹੈ ਔਰ ਦੋਵੇਂ ਟੀਮਾਂ ਦੇ ਵਿੱਚ ਸਟਾਰ ਖਿਡਾਰੀਆਂ ਦੇ ਨਾਲ ਲੈਸ ਹੈ ਇੱਕ ਘਾਟ ਰੜਕੇਗੀ ਸਾਡੇ ਯਾਰ ਸਤਨਾਮ ਦੀ ਕਿਉਂਕਿ ਉਹ ਮੈਦਾਨ ਦੇ ਵਿੱਚ ਨਹੀਂ ਉਤਰ ਸਕਦਾ ਕੋਈ ਗੱਲ ਨਹੀਂ ਸਤਨਾਮ ਸਿੰਘ ਇੱਕ ਸਾਲ ਠਹਿਰ ਜਾ ਵਾਹਿਗੁਰੂ ਨੇ ਉਹ ਜੀ ਕਿਰਪਾ ਕਰ ਦੇਣੀ ਹੈ ਸੋ ਦਿਲ ਦੇ ਵਿੱਚ ਇੱਕ ਰੀਝਾਂ ਨੇ ਕਿ ਇੱਕ ਜਾਫੀ ਤੇ ਇੱਕ ਰੇਡਰ ਦਾ ਦੋਨੋਂ ਜਿਹੜੇ ਮੋਟਰਸਾਈਕਲ ਜਿੱਤਣੇ ਆਪਾਂ ਇੱਕ ਜਾਫੀ ਦੇ ਤੌਰ ਤੇ ਰੇਡਰ ਦੇ ਤੌਰ ਤੇ ਮੇਰੇ ਦਿਲ ਦੇ ਵਿੱਚ ਯਾਦ ਆ ਗੱਲਾਂ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਜੇ ਕਿਰਪਾ ਕੀਤੀ ਤਾਂ ਜ਼ਰੂਰ ਸਾਡੇ ਜਿਹੜੇ ਖਾਬ ਪੂਰੇ ਹੋਣਗੇ ਪਰ ਇਧਰਲੇ ਪਾਸੇ ਕਾਟੀ ਦੇ ਮੈਦਾਨ ਦੇ ਵਿੱਚ ਵੇ ਮੈਂ ਚਾਦਰ ਕੱਢਦੀ ਨਹੀਂ ਵਿੱਚ ਪਾਵਾਂ ਮੇਲਾ ਮੇਰੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਕਹਿ ਕੇ ਬਾਬਲ ਨੂੰ ਰੇਲਾ ਰਕਵਾਵਾਂ ਮੇਰਾ ਧਰਮੀ ਬਾਬਲ ਨਹੀਂ ਦੇਸਾ ਮਹਾਰਾਜਾ ਅੱਜ ਕੁਲਦੀਪ ਮਾਨਕ ਦੀ ਬਰਸੀ ਵੀ ਹੈ ਕਹਿੰਦੇ ਨੇ ਵੀ ਉਹਨੂੰ ਵੀ ਸਜਦਾ ਕੀਤਾ ਅੱਜ ਕੁਲਦੀਪ ਮਾਨਕ ਜੀ ਦੀ 30 ਨਵੰਬਰ ਦੀ ਬਰਸੀ ਹੈ ਮੇਰੇ ਵੀਰੋ ਪਰ ਉਧਰਲੇ ਪਾਸੇ ਕਾਢੀ ਦੀ ਗੱਲ ਕਰੀਏ ਤਾਂ ਅਰਸ਼ ਇਹਦਾ ਜੱਦੀ ਪਿੰਡ ਸੂਰਕੁਰੀ ਤੇ ਬਗਰਾੜੀ ਦਾ ਪੁੱਤ ਬਣ ਕੇ ਕਾਢੀ ਪਾ ਕੇ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਦੇ ਲਈ ਖੇਡਦਾ ਨੌਜਵਾਨ ਕਬੱਡੀ ਦਾ ਪੁਆਇੰਟ ਲੈ ਕੇ ਅੱਜ ਬਗਰਾੜੀ ਦੇ ਲਈ ਭੱਜਦਾ ਹੋਇਆ ਮੜਾਕ ਪਿੰਡ ਦਾ ਖਿਡਾਰੀ
ਜਿਸ ਪਿੰਡ ਦੇ ਰੂਪੇ ਵਰਗੇ ਜਿਸ ਪਿੰਡ ਦੇ ਐਸ ਨਹੀਂ ਹੁੰਦੀਆਂ ਕਹਿੰਦੇ ਨੇ ਗੱਲਾਂ ਵੱਖਰੀਆਂ ਨੇ ਉਧਰਲੇ ਪਾਸੇ ਕੁਲਵੰਤ ਬਗਰਾੜੀ ਔਰ ਉਧਰਲੇ ਪਾਸੇ ਕਹਿੰਦੇ ਨੇ ਬੂਟਾ ਬਗਰਾੜੀ ਪਿੰਡ ਵਾਲਾ ਡਬਲ ਟੱਚ ਪੁਆਇੰਟ ਧਾਵੀ ਦੇ ਖਾਤੇ ਐਡਜਸਟ ਇੱਕ ਅੰਕ ਦੇ ਵਾਧੇ ਹੁੰਦੇ ਹੋਏ ਬਾਈ ਵਾਹ ਪੰਜਾਬੀਆਂ ਦੀ ਹਰਮਨ ਪਿਆਰੀ ਹੈ ਪੰਜਾਬੀਆਂ ਦੀ ਬੁਲੰਦ ਹੌਸਲੇ ਵਾਲੀ ਹੈ ਉਧਰਲੇ ਪਾਸੇ ਤੂਤ ਪਿੰਡ ਹੈ ਸਨਾਯੂਨ ਭੋਲੇ ਦਾ ਤੂਤ ਦੀ ਧਰਤੀ ਬਾਬੇ ਉਜਾਗਰ ਸਿੰਘ ਤੋਂ ਜਿੱਤੇ ਕਬੱਡੀ ਦੀ ਚੇਚਕ ਲੱਗੀ ਬਾਬੇ ਉਜਾਗਰ ਸਿੰਘ ਦੀ ਲੰਗੋਟੀ ਦਾ ਵਾਰਸ ਬਾਬੇ ਹਿੰਮਤ ਸਿੰਘ ਬਾੜ ਦੀ ਨਗਰੀ ਦਾ ਖਿਡਾਰੀ ਤੂਤ ਪਿੰਡ ਵਾਲਾ ਭੋਲਾ ਕਬੱਡੀ ਦਾ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਅਗਲੀ ਕਬੱਡੀ ਮੜਾਕ ਦੀ ਧਰਤੀ ਦਾ ਜਾਬਾਜ਼ ਖਿਡਾਰੀ ਦੱਗੋ ਰਮਾਣਾ ਤੇ ਪੰਜ ਕਰਾਈ ਨੂੰ ਇੱਕ ਮਿੰਟ ਹੈ ਦੋਵੇਂ ਟੀਮਾਂ ਗਰਾਊਂਡ 'ਚ ਪੁੱਜਣ चल नाइना अंक जरा मलाक की टीम के खाते दगो रमाणा पांच ग्राई कल दगो रमाणा पांच ग्राई कल इन्हों का मैच है दोवे टीम जड़िया जल्दी के खेड मैदान पुजन दगो रमाणा पांच ग्राई कल सो उधरले पासे कबड्डी के मैदान बल्ले 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 एक नहीं दो नहीं तीन नहीं पूरा टब्बर ही नाले चोपड़िया नाले दो दो ਪੰਜਾਬੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅੰਕ ਜਿਹੜਾ ਅਰਸ਼ ਸੂਰਕੁੜੀ ਪਿੰਡ ਵਾਲਾ ਨਾਯੂਨ ਆਪਣੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਮੜਾਕ ਪਿੰਡ ਦਾ ਖਿਡਾਰੀ ਵਾਕਈ ਕਹਿੰਦੇ ਨੇ ਫਰੀਦਕੋਟ ਜ਼ਿਲ੍ਹੇ ਦਾ ਲਾਸਟ ਪਿੰਡ ਜੈਤੋ ਮੰਡੀ ਦੇ ਲਾਗੇ ਤਾਗੇ ਉਸ ਤੋਂ ਬਾਅਦ ਜਿਹੜਾ ਮੁਕਤਸਰ ਸ਼ੁਰੂ ਹੋ ਜਾਂਦਾ ਔਰ ਮੁਕਤਸਰ ਦੇ ਇਲਾਕੇ ਦੀਆਂ ਗੱਲਾਂ ਬਾਤਾਂ ਨੇ ਮੜਾਕ ਫਰੀਦਕੋਟ ਜ਼ਿਲ੍ਹੇ ਦਾ ਲਾਸਟ ਪਿੰਡ ਔਰ ਬਗਰਾੜੀ ਦੇ ਨਾਲ ਮੈਚ ਬਗਰਾੜੀ ਦਾ ਜਾਫੀ ਜੀ ਨੇ ਜਾਬਾਜ਼ ਜਫਾ ਲਾ ਕੇ ਅੰਕਾਂ ਦੇ ਵਿੱਚ ਵਾਧੇ ਕਰ ਦਿੱਤੇ ਰਮਨ ਜਸਕਰਨ ਮਨੀਲਾ ਦੇ ਵਿੱਚ ਬੈਠੇ ਨੇ ਬਰਾੜ ਪਰਿਵਾਰ ਦੇ ਵੱਡੇ ਮਾਣ ਸਨਮਾਨ ਜਿੱਥੇ ਖਿਡਾਰੀਆਂ ਨੂੰ ਪੁੱਜਦੇ ਕੀਤੇ ਨੇ ਉੱਥੇ ਚਰਨਪ੍ਰੀਤ ਜੀ ਤੇ ਗੁਰਪ੍ਰੀਤ ਬਰਾੜ ਕੈਨੇਡਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਵੀ ਵੱਡੇ ਧੰਨਵਾਦ ਹੈ ਜਿਨ੍ਹਾਂ ਨੇ ਵੱਡੀਆਂ ਜਿਵੇਂ ਕਹਿੰਦੇ ਨੇ ਜ਼ਿੰਮੇਵਾਰੀਆਂ ਸਮਝਦੇ ਹੋਏ ਆਪਣੇ ਪਿੰਡ ਦੇ ਲਈ ਬਹੁਤ ਸਾਰੇ ਦਸਵੇਂ ਦਸੌਂਦ ਕੱਢੇ ਪੀਪਲਜ ਐਕਸਪ੍ਰੈਸ ਕੈਲਗਰੀ ਵਾਲੇ ਚਲੇ ਨਾ ਯੋਨਾ ਪਾਗਲੀ ਕਾਢੀ ਉਧਰਲੇ ਪਾਸੇ ਜਿਵੇਂ ਕਹਿੰਦੇ ਨੇ ਤੂਤਾਂ ਵਾਲਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਤੂਤਾਂ ਵਾਲਾ ਭੋਲਾ ਕੌਡੀ ਪਾਉਂਦਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਮੇਰੇ ਵੀਰੋ ਪੂਰਾ ਜ਼ੋਰ ਹੈ ਲਾਉਂਦਾ ਅੰਕ ਆਪਣੇ ਵੱਲ ਲਜਾਂਦਾ ਨਹੀਂ ਰੀਸਾਂ ਅੰਕ ਤੂਤਾਂ ਵਾਲੇ ਨਾਯੂਨ ਦਾ ਬਗਰਾੜੀ ਪਿੰਡ ਦੇ ਲਈ ਜੁੜਦਾ ਹੋਇਆ ਉਧਰਲੇ ਪਾਸੇ ਮੇਜਰ ਵਿਰਾਟ ਜੀ ਜਲੰਧਰ ਸਿੱਧੂ ਜੀ ਕਰਮਪਾਲ ਲੰਡੇਕਿਆਂ ਦੀ ਪਹਿਲੀ ਪਸੰਦ ਹੈ ਧਾਵੀ ਸਤਨਾਮ ਦੱਗੋ ਰਮਾਣੇ ਦੀ ਧਰਤੀ ਦਾ ਖੇਤਰ ਤੇ ਪੁੱਜਿਆ ਹੋਇਆ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜੇ ਅਪਾਰ ਕਿਰਪਾ ਕਰ ਦਿੱਤੀ ਤਾਂ ਆਉਣ ਵਾਲਾ ਸਾਲ ਇਹਨਾਂ ਨਾਯੂਨਾਂ ਦਾ ਹੋਵੇਗਾ ਫਿਰ ਔਰ ਇਧਰਲੇ ਪਾਸੇ ਮੜਾਕ ਵਾਲਾ ਹੁੰਦਲ ਹੇਜ ਧਾਵੀ ਸੀ ਮੜਾਕ ਦਾ ਸਟਾਰ ਬਈ ਖੇਡ ਦਾ ਕਬੱਡੀ ਲਿਆ ਗਿਆ ਸਵਾਦ ਬਈ ਖੇਡ ਕੇ ਕਬੱਡੀ ਇਹ ਲਿਆ ਗਿਆ ਸਵਾਦ ਬਈ ਅੰਕ ਰੇਡਰ ਦੇ ਖਾਤੇ ਡਿਕਲੇਅਰ ਹੋ ਚੁੱਕੇ ਹੈ ਪੰਜ ਗ੍ਰਾਈ ਕਲਾਂ ਤੇ ਦੱਗੋ ਰਮਾਣਾ ਇਹ ਦੋਵੇਂ ਟੀਮਾਂ ਦੇ ਖਿਡਾਰੀ ਜਿਹੜੇ ਜਲਦੀ ਪੁੱਜਣ ਬਾਈ ਵਾਹ ਚੋਪੜ ਤੇ ਸਿੰਘ ਦੇਖ ਲੈ ਖਾਲਸਾ ਜੀ ਹੋਰਾਂ ਨੂੰ ਕਹਿੰਦੇ ਨੇ ਵੀ ਬਹੁਤ ਵਧੀਆ ਜੱਫਾ ਲਾ ਦਿੱਤਾ ਕੋਈ ਗੱਲ ਨੀ ਜਸੇਦਾਰਾ ਜੇ ਹੁਣ ਤੇਰਾ ਸਮਾਂ ਨੇ ਮਿਹਨਤ ਮਾਰੀ ਚੱਲ ਮੁਸ਼ਕਤਾਂ ਕਰੀ ਚੱਲ ਆਉਣ ਵਾਲਾ ਸਮਾਂ ਤੁਹਾਡਾ ਹੋਵੇਗਾ ਕਹਿੰਦੇ ਨੇ ਕੋਈ ਖਿਡਾਰੀ ਮਾੜਾ ਨਹੀਂ ਹੁੰਦਾ ਸੋ ਖਿਡਾਰੀ ਜਿਹੜਾ ਖੇਡਣ ਦੇ ਲਈ ਮੈਦਾਨ ਦੇ ਵਿੱਚ ਆ ਜਾਵੇ ਜਸਵਿੰਦਰ ਦੇ ਲਈ ਸਭ ਏਕ ਹੈ ਔਰ ਬਾਬੇ ਨਾਨਕ ਨੇ ਚਾਹਿਆ ਤਾਂ ਦੁਨੀਆ ਦੇ ਵਿੱਚ ਤੁਹਾਡਾ ਵੀ ਜਿਹੜਾ ਨਾਂ ਸਤਿਕਾਰ ਦਾ ਬਦਲਿਆ ਜਾਵੇਗਾ ਕਬੱਡੀ ਜਗਤ ਦੀ ਇਸ ਦੁਨੀਆ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਚਾਲੇ ਨਾ ਹੋਈਓ ਨਾ ਪਾ ਕੌਡੀ ਤੂਤਾਂ ਵਾਲਾ ਫਿਰ ਅੰਕ ਆਪਣੀ ਖਾਤੇ ਦੇ ਵਿੱਚ ਜੋੜਦਾ ਹੋਇਆ ਬਾਈ ਵਾਹ ਜਿਵੇਂ ਕਹਿੰਦੇ ਨੇ ਵੀ ਪਿਚਰਾ ਕਈ ਦਰਸ਼ਕ ਮੇਰੇ ਵਰਗੇ ਕਹਿੰਦੇ ਨੇ ਵੀ ਇਹਦਾ ਤਾਂ ਸਰੀਰ ਮਾੜਾ ਓਏ ਇਹਦਾ ਤਾਂ ਅੰਗ ਹੀ ਪਤਲਾ ਕਿ ਟਿਚਰਾ ਕਰੇ ਗਰਾਊਂਡ ਦੇ ਬਾਹਰ ਬੈਠਾ ਟਿਚਰਾ ਕਰਨ ਵਾਲਾ ਨਿਰੀ ਬਿਮਾਰੀ ਹੁੰਦਾ ਪਤਾ ਲੱਗ ਜਾਂਦਾ ਇੱਥੇ ਖੇਡਦਾ ਜੇ ਮੈਂ ਦਰਸ਼ਕ ਤੇ ਤੂੰ ਖਿਡਾਰੀ ਹੁੰਦਾ ਇੱਕ ਖਿਡਾਰੀ ਦੇ ਵੱਲੋਂ ਜਿਵੇਂ ਕਹਿੰਦੇ ਨੇ ਔਰ ਇੱਧਰ ਬਗਰਾੜੀ ਪਿੰਡ ਵਾਲਾ ਬੂਟਾ ਸਿੰਘ ਨਾ ਹੋ ਇਸ ਖਿਡਾਰੀ ਦਾ ਕਹਿੰਦੇ ਨੇ ਜੀਤ ਬਗਰਾੜੀ ਵਾਲਾ ਵਧੀਆ ਭਾਵੇਂ ਅੱਜ ਕੱਲ੍ਹ ਇਟਲੀ ਦੇ ਵਿੱਚ ਰੈਣ ਬਸੇਰੇ ਕੀਤੇ ਹੋਏ ਨੇ ਉਸ ਨਾਯੂਨ ਦੇ ਉਹਦਾ ਸਾਥੀ ਜਾਫੀ ਬੂਟਾ ਜਾਪਾ ਲਾਉਂਦਾ ਹੋਇਆ ਬਾਈ ਵਾਹ ਉਧਰਲੇ ਪਾਸੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ NRI ਵੀਰਾਂ ਦਾ ਜਿਹੜੇ ਕਿ ਵਿਦੇਸ਼ ਦੇ ਵਿੱਚ ਬੈਠੇ ਬੜਾ ਮਾਣ ਸਨਮਾਨ ਭੇਜ ਰਹੇ ਪਹਿਲਾਂ ਇਸ ਕੌਡੀ ਦੀ ਗੱਲ ਕਰਾਂਗਾ ਉਧਰਲੇ ਪਾਸੇ ਬੜਾ ਚੋਟੀ ਦਾ ਪੁਆਇੰਟ ਜਿਵੇਂ ਕਹਿੰਦੇ ਨੇ ਜਾਪੀ ਮੜਾਕ ਵਾਲੇ ਨੇ ਆਪਣੇ ਖਾਤੇ ਪਾ ਦਿੱਤਾ ਨਹੀਂ ਰੀਸਾਂ ਐਸੇ ਤਰੀਕ ਦੀਆਂ ਗੱਲਾਂ ਬਾਤਾਂ ਹੋਣਗੀਆਂ
ਸੋ 29 ਤੇ 30 ਨਵੰਬਰ 2015 ਨੂੰ ਐਸੇ ਤਰੀਕਾਂ ਦੇ ਉੱਤੇ ਖੇਡ ਮੇਲਾ ਹੋਵੇਗਾ ਜਿਹੜਾ ਅਗਲੇ ਸਾਲ ਦਾ ਆਵੇਗਾ, ਜਿੱਥੇ ਐਨਆਰਆਈ ਵੀਰ ਜਿਨ੍ਹਾਂ ਨੇ ਹੁਣ ਪੈਸੇ ਭੇਜੇ ਨੇ ਉਦੋਂ ਖੁਦ ਆਪ ਆ ਜਾਣਗੇ। ਕਬੱਡੀ ਓਪਨ ਦਾ ਪਹਿਲਾ ਜਿੱਥੇ ਐਗਤੀ ਰਮਨ ਬਰਾੜ ਮਨੀਲਾ ਤੇ ਜਸਕਰਨ ਬਰਾੜ ਉਹਨਾਂ ਦੇ ਵੱਲੋਂ ਇਨਾਮ ਦਿੱਤਾ ਜਾਣਾ। ਸੋ ਦੂਸਰਾ ਆਪਣਾ ਪ੍ਰਾਈਜ਼ ਜਿਹੜਾ ਚਰਨਪ੍ਰੀਤ ਤੇ ਬਰਾੜ ਕਨੇਡਾ ਵਾਲਾ ਤੇ ਗੁਰਪ੍ਰੀਤ ਬਰਾੜ ਕਨੇਡਾ ਵਾਲਾ ਨਾਲ ਬੈਸਟ ਲੀਡਰ ਤੇ ਜਾਫੀਆਂ ਦੇ ਲਈ ਟੈਲੀਵਿਜ਼ਨ ਦਿੱਤੇ ਜਾਣਗੇ। ਦੱਸ ਦਈਏ ਕਿ ਮੈਚ ਦੇ ਵਿੱਚੋਂ ਬਗਰਾੜੀ ਜੇਤੂ ਹੈ, ਮੈਚ ਦੇ ਵਿੱਚੋਂ ਬਗਰਾੜੀ ਦੀ ਟੀਮ ਜਿਹੜੀ ਜੇਤੂ ਹੈ। ਪੰਜ ਗ੍ਰਾਈ ਕਲਾਂ ਤੇ ਡੱਗੋ ਰਮਾਣਾ ਹਾਲੇ ਤੱਕ ਦੋਵੇਂ ਟੀਮਾਂ ਨਹੀਂ ਆਈਆਂ। ਪੰਜ ਗ੍ਰਾਈ ਕਲਾਂ ਤੇ ਡੱਗੋ ਰਮਾਣਾ, ਡੱਗੋ ਰਮਾਣਾ ਪੁੱਜ ਗਈ ਹੈ। ਪੰਜ ਗ੍ਰਾਈ ਕਲਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਪੁੱਜ ਜਾਵੇ, ਪੰਜ ਗ੍ਰਾਈ ਕਲਾਂ ਪੁੱਜ ਜਾਵੇ। ਡੱਗੋ ਰਮਾਣਾ ਮੈਦਾਨ ਚ ਹੈ। ਜਸਪਾਲ ਸਿੰਘ ਢਿੱਲੋਂ ਸਾਡਾ ਵੀਰ ਜਿਹੜਾ ਸਕੋਰ ਬੋਰਡ ਦੀ ਭੂਮਿਕਾ ਦਾ ਕਰ ਰਿਹਾ ਦਾ ਧੰਨਵਾਦ ਹੈ। ਜਿੱਥੇ ਅਗਲੇ ਸਾਲ ਦੀਆਂ ਗੱਲਾਂ ਬਾਤਾਂ ਨੇ, ਅਗਲੇ ਸਾਲ ਕੈਨੇਡਾ ਦੀ ਪੀਪਲਜ਼ ਐਕਸਪੈਕਸ ਕੈਲਗਰੀ ਦੇ ਵੱਲੋਂ ਕਬੱਡੀ ਓਪਨ ਦਾ ਪਹਿਲਾ ਪ੍ਰਾਈਜ਼ 1,11,000 ਰੁਪਈਆ ਅਗਲੇ ਸਾਲ ਡਿਕਲੇਅਰ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਹੋਵੇਗਾ। ਔਰ ਨਾਲ ਖੁਸ਼ ਬਰਾੜ ਆਸਟ੍ਰੇਲੀਆ ਵਾਲਾ ਤੇ ਮਨੀ ਸਰਪੰਚ ਆਸਟ੍ਰੇਲੀਆ ਵਾਲਾ 71,000 ਰੁਪਈਆ ਡਿਕਲੇਅਰ ਕਰਦੇ ਨੇ ਅਗਲੇ ਸਾਲ ਸਾਡੇ ਵੱਲੋਂ ਹੋਵੇਗਾ। ਉੱਥੇ ਜਸਕਰਨ ਬਰਾੜ ਮਨੀਲਾ ਤੇ ਰਮਨ ਬਰਾੜ ਮਨੀਲਾ ਕਹਿੰਦੇ ਨੇ ਦੋ ਮੋਟਰਸਾਈਕਲ ਬੈਸਟ ਲੀਡਰ ਤੇ ਜਾਫੀਆਂ ਨੂੰ ਸਾਡੇ ਵੱਲੋਂ ਹੋਣਗੇ। ਔਰ ਪੀਪਲਜ਼ ਐਕਸਪ੍ਰੈਸ ਕੈਲਗਰੀ ਕੈਨੇਡਾ ਦੇ ਵੱਲੋਂ ਕੁੜੀਆਂ ਦੇ ਵਾਲੀਬਾਲ ਦੇ ਮੈਚ ਦੇ ਲਈ 25,000 ਤੇ 15,000 40,000 ਐਕਸਟਰਾ ਹੋਰ ਇਨਾਮ ਹੋਣਗੇ। 51,000 ਰੁਪਈਆ ਜਿਵੇਂ ਕਹਿੰਦੇ ਨੇ ਦਿਲਬਾਗ ਕੈਨੇਡਾ ਤੋਂ, ਪ੍ਰਦੀਪ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਅਗਲੇ ਸਾਲ ਦੇ ਖੇਡ ਮੇਲਿਆਂ ਦੇ ਲਈ ਭੇਜ ਰਹੇ ਨੇ। ਉੱਥੇ ਰਮਨ ਬਰਾੜ ਜਸਕਰਨ ਬਰਾੜ ਮਨੀਲਾ ਵਾਲੇ ਇਸ ਟੂਰਨਾਮੈਂਟ ਦੇ 10 ਨੂੰ ਵੀ ਕਹਿੰਦੇ ਨੇ ਮਨੀਲਾ ਦੇ ਸੱਦੇ ਦੇ ਰਹੇ ਨੇ। ਸੋ ਧੰਨਵਾਦ ਹੈ। ਔਰ ਨਾਲ ਪੰਜਾਬੀ ਮਾਂ ਖੇਡ ਕਬੱਡੀ ਦੇ ਸਾਰੇ ਉਹਨਾਂ ਸੱਜਣਾ ਮਿੱਤਰਾਂ ਦਾ ਵੱਡਾ ਧੰਨਵਾਦ ਕਰਾਂਗਾ। ਪਰ ਖੇਡ ਖੇਡਾ ਜਿਵੇਂ ਕਹਿੰਦੇ ਨੇ ਡੱਗੋ ਰਮਾਣਾ ਤੇ ਪੰਜ ਗ੍ਰਾਈ, ਡੱਗੋ ਰਮਾਣਾ ਤੇ ਪੰਜ ਗ੍ਰਾਈ ਕਾਲਾਂ ਇਹਨਾਂ ਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਡੱਗੋ ਰਮਾਣਾ ਤੇ ਪੰਜ ਗ੍ਰਾਈ ਕਾਲਾਂ ਕਹਿੰਦੇ ਨੇ ਵੀ ਪੰਜਾਬੀ ਮਾਂ ਖੇਡ ਕਬੱਡੀ ਦਾ ਇੱਕ ਸੁਪਰ ਪਹੁੰਚਿਆ ਸਾਡੇ ਦਰਮਿਆਨ, ਸਤਨਾਮ ਡੱਗੋ ਰਮਾਣਾ। ਸੋ ਭਾਵੇਂ ਸਟੇਜ ਦੇ ਉੱਤੇ ਬੈਠਾ ਦਰਸ਼ਕੋ, ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਉਹਦੇ ਨਾਂ ਦੀ। ਭਾਵੇਂ ਅੱਜ ਕੱਲ੍ਹ ਸਟੇਜ ਦੇ ਉੱਤੇ ਬੈਠਾ ਖੇਡ ਨਹੀਂ ਸਕਦਾ, ਪਰ ਉਹਦੇ ਮਨ ਦੇ ਵਿੱਚ ਜਿਹੜੀ ਅੱਗ ਹੈ ਉਹ ਦਿਲ ਦੇ ਵਿੱਚ ਇੱਕ ਵਲਵਲਾ ਹੈ, ਉਹ ਤੂਫਾਨ ਬਣ ਕੇ ਉੱਠਦਾ ਹੋਵੇਗਾ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕਰ ਦਿੱਤੀ ਤਾਂ ਆਉਣ ਵਾਲਾ ਸਮਾਂ ਫਿਰ ਉਸ ਨਾਲ ਜੁੜਨਾ ਹੋਵੇਗਾ। ਸੋ ਸਤਨਾਮ ਦੇ ਲਈ ਇੱਕ ਜ਼ੋਰਦਾਰ ਤਾੜੀ ਤੋਂ ਬਾਅਦ ਦੱਸ ਦਈਏ ਕਿ ਦੋ ਸਟਾਰ ਨੇ ਕਹਿੰਦੇ ਨੇ ਦੋਵੇਂ ਰੇਡਰ ਚੋਟੀ ਦੇ ਦੋਦੇ ਵਾਲਾ ਸੰਦੀਪ ਮਾੜੀ ਵਾਲਾ ਸਿਕੰਦਰ ਔਰ ਉਹਨਾਂ ਦੇ ਨਾਲ ਗੁਰਜੀਤ ਮਾੜੀ ਵਾਲਾ ਸ਼ਰਨਾ ਡੱਗੋ ਰਮਾਣੇ ਪਿੰਡ ਦਾ ਗੀਤੂ ਹੋਰੀ, ਇਹ ਸਾਰੇ ਸਟਾਰਾਂ ਦੇ ਨਾਲ ਲੈਸ ਅੱਜ ਡੱਗੋ ਰਮਾਣੇ ਦੀ ਪੂਰੀ ਟੀਮ। ਪੰਜ ਗ੍ਰਾਈ ਕਲਾਂ ਦੇ ਨਾਲ ਮੈਚ ਆ ਪਹਿਲੀ ਕਬੱਡੀ। ਕੱਲ੍ਹ ਦੇ ਆਪਾਂ ਪਹਿਲਾਂ ਵਾਲੇ ਸਮੇਂ ਚ ਨਹੀਂ ਜਾਂਦੇ, ਕੱਲ੍ਹ ਦੇ ਗੁੰਦਾਰਿਆਂ ਦੇ ਕਬੱਡੀ ਕੱਪ ਦਾ ਘੋੜਾ ਜੇਤੂ ਖਿਡਾਰੀ ਕੌਡੀ ਪਾ ਰਿਹਾ ਦੋਦੇ ਦੀ ਧਰਤੀ ਦਾ ਸੰਦੀਪ। ਕੱਲ੍ਹ ਹੀ ਇਹਨੇ ਗੁੰਦਾਰਿਆਂ ਦੇ ਕਬੱਡੀ ਕੱਪ ਤੋਂ ਘੋੜਾ ਜਿੱਤਿਆ ਮੇਰੇ ਵੀਰੋ ਦੋਦੇ ਪਿੰਡ ਦਾ। ਵਾਕਈ ਕਹਿੰਦੇ ਨੇ ਮੁਕਤਸਰ ਜ਼ਿਲ੍ਹੇ ਦੇ ਦੋਦੇ ਪਿੰਡ ਦੇ ਸੰਦੀਪ ਦੇ ਨਾਲ ਹੱਥ ਜੋੜੀਆਂ, ਇੱਕ ਪਾਸੇ ਮੁੱਠੀ ਭਰ, ਦੂਜੇ ਪਾਸੇ ਕਹਿੰਦੇ ਨੇ ਐਕਸਪੀਰੀਅੰਸ ਪੂਰਾ, ਅੰਕ ਧਾਵੀ ਦੇ ਖਾਤੇ ਹੈ ਰੇਡਰ ਦੇ ਹਿੱਸੇ ਜੁੜਦਾ ਹੋਇਆ। ਕਮੇਟੀ ਦੇ ਵੱਲੋਂ ਇੱਕ ਹੱਥ ਬੰਨ ਕੇ ਬੇਨਤੀ ਹੈ ਵੀ ਜਿੰਨੇ ਵੀ ਜਾਲ ਦੇ ਅੰਦਰ ਬੈਠੇ ਨੇ ਉਹ ਕਿਰਪਾ ਕਰਕੇ ਛਾਲ ਮਾਰੋ ਤੇ ਜਾਲ ਦੇ ਬਾਹਰ ਹੋ ਜਾਓ, ਧੰਨਵਾਦ। ਸ਼ਰਨਾ ਡੱਗੋ ਰਮਾਣੇ ਦੀ ਧਰਤੀ ਦਾ ਗੁਰਜੀਤ ਮਾੜੀ ਪਿੰਡ ਵਾਲੇ ਦੁਨੀਆਂ ਦੇ ਮਹਾਨ ਜਾਫੀ ਨੇ। ਔਰ 4 ਜਿਵੇਂ ਕਹਿੰਦੇ ਨੇ ਮਾਰਚ ਗੁਰਜੀਤ ਦੇ ਲਈ ਲੱਕੀ, ਹਮੀਰਗੜ੍ਹ ਦੇ ਖੇਡ ਮੇਲੇ ਦੇ ਉੱਤੇ ਮਾਨ ਸਨਮਾਨ। ਚੱਲ ਵੀ ਨਾ ਆਈ ਉਹਨਾਂ ਪਾ ਕਬੱਡੀਆਂ ਪੰਜ ਗ੍ਰਾਈ ਦੀ ਧਰਤੀ ਦੇ ਵੱਲੋਂ ਫਿਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਜੱਸਾ ਨਾਓ। ਪੰਜ ਗ੍ਰਾਈ ਪਿੰਡ ਹੈ ਇਸ ਖਿਡਾਰੀ ਦਾ, ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ, ਇੱਕ ਪਾਸੇ ਜੱਸਾ ਦੂਜੇ ਪਾਸੇ ਹਰਨਾ ਡੱਗੋ ਰਮਾਣੇ ਦੀ ਧਰਤੀ ਦਾ। ਸਾਡੇ ਡੌਲਿਆਂ ਤੇ ਮਾਣ, ਮੈਨੂੰ ਪੱਟਾਂ ਵਿੱਚ ਜਾਣ ਮੇਰੇ ਜਫਾ ਲਾਈਦਾ ਵੇਖ ₹1.25 ਲੱਖ ਦਾ, ਡੌਲਿਆਂ ਤੇ ਮਾਣ ਮੈਨੂੰ ਪੱਟਾਂ ਵਿੱਚ ਜਾਣ ਮੇਰੇ ਜਫਾ ਲਾਈਦਾ ਵੇਖ ₹1.25 ਲੱਖ ਦਾ। ਕੌਡੀ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਸੋ ਧਰਮਿੰਦਰ ਸਿੰਘ ਡੱਗੋ ਰਮਾਣੇ ਦੀ ਧਰਤੀ ਦਾ ਨਾਇਨ ਆਪਣਾ ਕੈਨੇਡੀਅਨ ਕਬੱਡੀ ਕਲੱਬ ਦੇ ਵੱਲੋਂ ਕੈਲਗਰੀ 3 ਜੁਲਾਈ 2010 ਨੂੰ ਪਹਿਲਾ ਵਿਦੇਸ਼ ਦਾ ਟੂਰ ਲਾ ਕੇ ਪਹਿਲਾ ਮੈਚ ਖੇਡਣ ਵਾਲਾ ਆ ਨਾਇਨ ਸਤਨਾਮ ਦਾ ਛੋਟਾ ਭਾਈ ਡੱਗੋ ਰਮਾਣੇ ਦੀ ਧਰਤੀ ਦਾ ਧਰਮਿੰਦਰ ਸਿੰਘ ਵੇਂਦਾ। ਇੱਕ
पासे मालविंदर टमाणा की टीम के जलंधर सिद्धू मेजर बराड़ के सदे मेजर फलूर वाला जलंधर सिद्धू करमपाल होर के सदे से गया और कबड्डी पाके वापस मुड़ता हुआ तरविंदर दगोर माने पिंड का अगली कबड्डी पाने के लिए फिर पांच ग्राई की धरती पांडग्राई जलंधर सिंह सिद्धू होर का पिंड है उधरले पासे दगोर माने की धरती के शरने का जिक्र कहते हैं टॉप के स्टार जाफियों के अजकल जरूर होंगे जिते भी दुनिया की गल चले दुनिया के वधिया खिडारियों की गल चले इधर गीतू दगोर माने पिंड का अंक तावी का चल नायुन कौडी पाउन दे मैदान दे विच कहंदे ने भी अज संदीप दोते पिंड वाला मोटरसाइकलां दा जेतू घोड़ियां दा जेतू पहला घोड़ा इहने कहंदे ने पहला जिहड़ा वड्डा प्राइज जिहते घोड़े जितण दी शुरुआत कोट भाई दे खेड मैदानां दे विच कबड्डी 75 किलो वर्ग दे विच पहली वार इस नौजवान ने घोड़ा जितया तां पिंड ने घोड़े ते बिठा के जट नूं ढोल लैके पूरे पिंड दे चक्कर लवाए दोते पिंड वाला संदीप मेरे वीडियो कबड्डी दा पॉइंट लैके भजदा होया उधरले पासे अगली कबड्डी कौन पावेगा समय के लिहाज के नाल दसीए कि जसा पांच ग्राई पलां कलां की धरती का जलंधर सिंह सिद्धू होरां दे पिंड दा कह लिए उधरले पासे पंजाबी मां खेड कबड्डी के मैदान के लखविंदर लोला जिवें कहिंदे ने भी उन्हां दे पिंड दा खिडारी उधर केवल वर्गे बलकारन हो रही उन्हां दे पिंड दा खिडारी कौडी पा रहा जिस पिंड दे इंदर वर्गे वधिया जाफियां दे तौर ते दुनिया जाणदी है चल ना आयुन कहंदे ने पहला घोड़ा जे गल करिए तां दो घोड़ियां दा जेतू है संदीप और इधरले पासे कदे नैनो गड्डी ते कदे मोटरसाइकल इस सीजन दे विच सब तो वध जिहड़े मोटरसाइकल जिहड़े खिडारी ने जिते है वह इस वक्त रेड दे उत्ते है सिकंदर सिंह नाव ते माड़ी इहदा पिंड है खेड दा कबड्डी इहदी वखरी जी हिंड है खेड के कबड्डी जिहड़ा मेला लुटदा विच है मैदान दे सिकंदर माड़ी वाला अज मुकदा विच है मैदान दे सिकंदर माड़ी वाला अज मुकदा इह इंटरनैशनल तावी आजाद कबड्डी क्लब कल कला एडमिंटन के लिए खेलता हुआ कबड्डी के दो स्टार ने उधरले पासे फिर पांच ग्राई कलां की धरती का तरत मालवे की महकों की राणी है और गिद्धे भंगड़े की इतने रीत पुराणी है तरत मालवे की महकों की राणी है गिद्धे भंगड़े की जिते रीत पुराणी है कौडी पाउन दे लई चक्की दे पुट वर्गी छाती गेट लाहौरी है बई वाह एक पासे कहिंदे ने वधिया चोटी राए मेरे वीरो रेडर ते दूजे पासे जाफी अंक जिहड़ा जाफी दे खाते क्या बात ने के आउंदा सी 90 दे उत्ते छड्डी ते बन के ब्रेक मोड़ ते मांज दित्ती सामने वाली गड्डी ते बन के ब्रेक मोड़ अंक जिहड़ा धावी दे खाते है अगली कबड्डी फिर नावजन पंज ग्राइंग कलां दी धरती दा जस्सा मैदान दे विच इस तो तुरंत बाद जिहड़ा मुकाबला है नत्थू वाला गरबी ते बादल दोवें टीमां जी मैदान च आ जाण नत्थू वाला गरबी ते बादल इह दोवें टीमां जिहड़ियां मैदान च आ जाण नत्थू वाला गरबी ते बादल दोवे टीमों के जेडे खिडारी मैदान च आ जाने एक मिनट के बीच में भाई वाह गुरजीत कहंदे ने भी 2014 दे विच 2014 दे विच 2013 दे विच कह लिए 4 मार्च 2013 नूं शहीद भगत सिंह कबड्डी क्लब हमीरगढ़ के वलों करवाए गए कबड्डी कप का मोटरसाइकिल का जेतू जापी जप्पा ला के अंकों के विच वाधे करता होया गुरजीत माड़ी पिंड वाला उधरले पासे फिर कौडी संदीप दोते पिंड वाले दी है वाह खेड कबड्डी दे विच जिवें कहंदे ने जीवन जोगा नचदा ही आउंदा है ढोले दियां लाउंदा है कहंदे ने भी अज माहिए भी गाउंदा है संदीप दोते पिंड वाला अंकां दे विच वाधे करदा होया नत्थू वाला गरबी दी टीम जिहड़ी मैदान च पुज गई है नत्थू वाला गरबी ते बादल नूं मेरी बेनती है इह टीम पुज जावे कुहार वाले तो बलजिंदर सिंह जी तरमिंदर दगोर माने के लिए 500 रुपये के मान सम्मान भेज रहे तरमिंदर जी मेरे को माया के गफे फड़ के लेके जाओ कुहार वाले तो खास रिश्तेदारियां ने बलजिंदर सिंह जी वालों तरमिंदर दगोर माने के लिए 500 रुपये के मान सम्मान पुजे ने मेरे को अपने माया के गफे जरूर फड़ के लै जाए बादल की टीम आई भी है या नहीं बादल की टीम नूं एक मिनट है बादल की टीम पिंड बादल की टीम नूं एक मिनट है जी पिंड बादल की टीम नूं एक मिनट है
हाँ जी कमेटी के प्रबंधकों के वालों बेनती है भी जो चाह का लंगर स्टेज से चल रहा हूँ हूँ गेस्टा के लिए है खिडारी वीर ते दर्शक वीर उन्होंने लिए मिस्से पराउठे हाँ जी मिस्से पराउठे।